ਬਾਬਾ ਜੀ, ਤੁਹਾਡੇ ਚਰਨਾਂ ਦੇ ਵਿੱਚ ਮੇਰੇ ਹੱਥ ਜੋੜ ਕੇ ਬੇਨਤੀ ਆ, ਕੋਈ ਇਹੋ ਜਿਹਾ ਚਮਤਕਾਰ ਕਰੋ ਜਿਹੜੀ ਇਹਨਾਂ ਨੂੰ ਵਧੀਆ ਜਿਹੀ ਨੌਕਰੀ ਮਿਲ ਜਾਵੇ ਅਤੇ ਸਾਡੇ ਸਾਰੇ ਦੁੱਖ ਦਲਿੱਦਰ ਕੱਟੇ ਜਾਣ। ਬਸ ਇੰਨੀ ਕੁ ਕਿਰਪਾ ਕਰਿਓ ਕਿ ਸਾਨੂੰ ਕਿਸੇ ਅੱਗੇ ਨਾ ਹੱਥ ਨਾ ਅੱਡਣੇ ਪੈਣ। ਸ਼ੈਲੀ ਆ ਗਏ। ਆਈ ਜੀ। ਬਾਬਾ ਜੀ, ਆਪਣੀ ਕਿਰਪਾ ਸਾਡੇ 'ਤੇ ਬਣਾਈ ਰੱਖਿਓ। ਆ ਲਓ ਜੀ ਪਾਣੀ। ਜੀ ਮੈਂ ਤਿਆਰ ਹਾਂ, ਚਲੋ ਆਪਾਂ ਚੱਲਦੇ ਹਾਂ। ਤੂੰ ਕਿੱਧਰ ਜਾਣਾ? ਜੀ ਸਵੇਰੇ ਮੈਂ ਤੁਹਾਨੂੰ ਯਾਦ ਤਾਂ ਕਰਵਾਇਆ ਸੀ ਵੀ ਸੌਦੇ ਪੱਤੇ ਖਤਮ ਹੋਏ ਹੋਏ ਨੇ, ਆਪਾਂ ਉਹ ਲੈ ਕੇ ਆਉਣੇ ਆ। ਕੀ ਗੱਲ ਜੀ, ਤਨਖਾਹ ਮਿਲੀ ਨੀ? ਤਨਖਾਹ ਤਾਂ ਮਿਲ ਗਈ, ਪਰ ਸ਼ੈਲੀ ਤੈਨੂੰ ਸਹੀ ਦੱਸਾਂ ਨਾ, ਇਸ ਵਾਰੀ ਨਾ ਆਪਾਂ ਨੂੰ ਹੱਥ ਘੁੱਟ ਕੇ ਚੱਲਣਾ ਪੈਣਾ। ਕਿਉਂ? ਉਹ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਵੀ ਜਦੋਂ ਤਨਖਾਹ ਮਿਲ ਗਈ ਤਾਂ ਤੁਸੀਂ ਮੈਨੂੰ ਨਵੇਂ ਸੂਟ ਲੈ ਕੇ ਦੇਵੋਗੇ, ਤੇ ਹੁਣ ਤੁਸੀਂ ਤਾਂ ਸੌਦੇ ਪੱਤਿਆਂ ਲਈ ਵੀ ਹੱਥ ਘੁੱਟੀ ਜਾ ਰਹੇ ਹੋ। ਉਹ ਫਿਰ ਹੁਣ ਕੀ ਕਰਾਂ, ਕੀ ਦੱਸਾਂ ਤੈਨੂੰ ਮੈਂ, ਜਿਹੜੀਆਂ ਮੈਂ 4 ਕੁ ਛੁੱਟੀਆਂ ਕਰੀਆਂ ਸੀ ਪਿਛਲੇ ਮਹੀਨੇ, ਉਹਨਾਂ ਨੇ ਉਹ ਛੁੱਟੀਆਂ ਦੇ ਪੈਸੇ ਕੱਟ ਕੇ ਤਨਖਾਹ ਦਿੱਤੀ ਹੈ ਮੈਨੂੰ। ਅੱਛਾ ਜੀ, ਇਹ ਤਾਂ ਬਹੁਤ ਗਲਤ ਗੱਲ ਆ। ਤਾਂ ਹੀ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਕਿਤੇ ਹੋਰ ਨੌਕਰੀ ਕਰ ਲਓ। ਉਹ ਨੌਕਰੀ ਲੱਭਣ ਮੈਂ ਲੱਗਿਆ ਤਾਂ ਹੋਇਆ, ਹੋਰ ਨਾਲੇ ਮੈਨੂੰ ਜਦ ਤੱਕ ਕਿਤੇ ਕੰਮ ਨਹੀਂ ਮਿਲਦਾ ਉਹਨਾਂ ਟਾਈਮ ਤਾਂ ਮੈਨੂੰ ਇਹਨਾਂ ਕੋਲ ਹੀ ਕੱਢਣਾ ਪਊ। ਨਹੀਂ ਤਾਂ ਫਿਰ ਨਾ ਆਪਾਂ ਇਹਨਾਂ ਪੈਸਿਆਂ ਤੋਂ ਵੀ ਜਾਵਾਂਗੇ। ਚਲੋ ਕੋਈ ਗੱਲ ਨਹੀਂ, ਪਰ ਤੁਸੀਂ ਫਿਕਰ ਨਾ ਕਰਿਓ, ਮੈਂ ਤੁਹਾਡੇ ਨਾਲ ਹਾਂ, ਆਪਾਂ ਇੰਨੇ ਕੁ ਪੈਸਿਆਂ 'ਚ ਹੀ ਸਾਰ ਲਾਂਗੇ, ਨਾਲੇ ਰੱਬ ਕਦੇ ਨਾ ਕਦੇ ਆਪਣੀ ਵੀ ਸੁਣੂਗਾ। ਚੱਲ ਹੁਣ ਐਂ ਕਰ, ਜਿਹੜੇ ਜ਼ਰੂਰੀ ਸੌਦੇ ਨੇ ਨਾ ਉਹ ਮੈਨੂੰ ਦੱਸ ਦੇ, ਉਹ ਮੈਂ ਲੈ ਆਉਣਾ। ਹਾਂਜੀ ਦਿੰਦੀ ਹਾਂ। ਆ ਲਓ। ਚੱਲ ਠੀਕ ਹੈ, ਲੈ ਕੇ ਆਉਣਾ ਮੈਂ ਸੌਦੇ, ਨਾਲੇ ਬਾਜ਼ਾਰ ਮੈਂ ਤੈਨੂੰ ਕਿਸੇ ਦਿਨ ਫੇਰ ਲੈ ਜੂੰਗਾ। ਦੱਸ ਕੀ ਸੋਚਿਆ ਸੀ ਤੇ ਕੀ ਹੋ ਗਿਆ? ਲੈ ਫੋਨ ਕਰਕੇ ਨਾ ਸ਼ੈਲੀ ਨੂੰ ਵਧਾਈਆਂ ਤਾਂ ਦੇ ਦਾਂ। ਮੈਨੂੰ ਲੱਗਦਾ ਮੇਰਾ ਫੋਨ ਆਇਆ। ਭਾਬੀ ਦਾ ਫੋਨ? ਹੈਲੋ। ਹਾਂ ਸ਼ੈਲੀ, ਤੈਨੂੰ ਵਧਾਈਆਂ। ਵਧਾਈਆਂ ਕਾਹਦੀਆਂ ਭਾਬੀ? ਮੇਰੇ ਦਿਓਰ ਦਾ ਵਿਆਹ ਆ ਗਿਆ। ਸੱਚੀ ਹੋ? ਵੀਰੇ ਦਾ ਰਿਸ਼ਤਾ ਪੱਕਾ ਹੋ ਗਿਆ? ਆਹੋ, ਤੇਰੇ ਵੀਰ ਦਾ ਰਿਸ਼ਤਾ ਪੱਕਾ ਹੋ ਗਿਆ। ਭਾਬੀ ਹੈਗੀ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ, ਪਰ ਮੈਂ ਤੁਹਾਡੇ ਨਾਲ ਨਾਰਾਜ਼ ਹਾਂ। ਕੀ ਗੱਲ, ਤੁਸੀਂ ਕੁੜੀ ਨੂੰ ਇਕੱਲੇ ਇਕੱਲੇ ਹੀ ਦੇਖ ਆਏ? ਉਹ ਨਾਰਾਜ਼ ਕਾਹਤੋਂ ਹੁੰਨੀ ਆ, ਕੁੜੀ ਤਾਂ ਦੇਖਣ ਮੈਂ ਵੀ ਨਹੀਂ ਗਈ, ਤੈਨੂੰ ਪਤਾ ਤਾਂ ਹੈਗਾ ਪਹਿਲਾਂ ਕਿੰਨੀ ਵਾਰੀ ਭਾਨੀਆਂ ਵੱਜੀਆਂ ਨੇ ਰਿਸ਼ਤੇ ਨੂੰ। ਇਸ ਵਾਰੀ ਨਾ ਇਸ ਲਈ ਕੋਈ ਰਿਸਕ ਹੀ ਨਹੀਂ ਲਿਆ, ਮੰਮੀ ਡੈਡੀ ਤੇ ਛੋਟਾ ਹੀ ਗਏ ਸੀਗੇ ਉੱਥੇ ਕੁੜੀ ਦੇਖਣ ਵਾਸਤੇ, ਉਹਨਾਂ ਨੂੰ ਕੁੜੀ ਪਸੰਦ ਆ ਗਈ ਤੇ ਮੰਮੀ ਨੇ ਸ਼ਗਨ ਕਰਤਾ। ਚਲੋ ਇਹ ਤਾਂ ਬਹੁਤ ਵਧੀਆ ਹੋਇਆ, ਹੁਣ ਮੈਨੂੰ ਤੁਸੀਂ ਕੁੜੀ ਦੀ ਫੋਟੋ ਤਾਂ ਭੇਜ ਦਿਓ, ਮੈਂ ਦੇਖਾਂ ਤਾਂ ਸਹੀ
ਕਿਹੋ ਜਿਹੀ ਲੱਗਦੀ ਆ ਉਹ? ਨਹੀਂ ਮੈਂ ਕਦੋਂ ਨਹੀਂ ਸੁਣੀ ਜਾਨੀ ਆ, ਤੂੰ ਕੁੜੀ ਕੁੜੀ ਕਰੀ ਜਾਨੀ ਆ। ਹੁਣ ਉਹ ਕੁੜੀ ਨਹੀਂ, ਹੁਣ ਉਹ ਤੇਰੀ ਛੋਟੀ ਭਾਬੀ ਆ। ਹਾਂਜੀ ਹਾਂਜੀ ਭਾਬੀ, ਹੁਣ ਤੁਸੀਂ ਮੈਨੂੰ ਛੋਟੀ ਭਾਬੀ ਦੀ ਫੋਟੋ ਤਾਂ ਭੇਜ ਦੋ। ਉਹ ਤੇਰੇ ਕਹਿਣ ਤੋਂ ਪਹਿਲਾਂ ਹੀ ਨਾ ਮੈਂ ਤੈਨੂੰ ਫੋਟੋ ਭੇਜਤੀ, ਦੇਖ ਲਈ ਆਪਣੇ ਵਟਸਐਪ ਤੇ। ਨਾਲੇ ਨਾ ਮੇਰੀ ਗੱਲ ਸੁਣ ਲਾ, ਆਪਾਂ ਵਿਆਹ ਛੇਤੀ ਹੀ ਕਰਨਾ, ਆਪਦੀਆਂ ਤਿਆਰੀਆਂ ਨਾ ਹੁਣੇ ਸ਼ੁਰੂ ਕਰ ਦੇ। ਲੈ ਭਾਬੀ, ਇਹ ਵੀ ਕੋਈ ਕਹਿਣ ਵਾਲੀ ਗੱਲ ਆ? ਉਹ ਮੈਂ ਤਾਂ ਤਿਆਰੀਆਂ ਅੱਜ ਹੀ ਸ਼ੁਰੂ ਕਰ ਦੂੰਗੀ, ਨਾਲੇ ਮਸਾਂ ਤਾਂ ਮੇਰੇ ਭਰਾ ਦਾ ਵਿਆਹ ਆਇਆ। ਅੱਛਾ, ਹੁਣ ਮੇਰੀ ਮੰਮੀ ਨਾਲ ਤਾਂ ਗੱਲ ਕਰਵਾ ਦਿਓ, ਮੈਂ ਉਹਨਾਂ ਨੂੰ ਵੀ ਵਧਾਈਆਂ ਦੇ ਦਾਂ। ਮੰਮੀ? ਮੰਮੀ ਤਾਂ ਲੱਡੂ ਫੇਰਨ ਗਏ ਹੋਏ ਨੇ, ਜਦੋਂ ਮੰਮੀ ਆ ਗਏ ਨਾ ਮੈਂ ਨਾਲ ਦੀ ਨਾਲ ਹੀ ਤੇਰੀ ਗੱਲ ਕਰਾ ਦੂੰਗੀ। ਠੀਕ ਆ ਭਾਬੀ। ਭਾਬੀ, ਮੇਰਾ ਲੱਡੂਆਂ ਦਾ ਡੱਬਾ ਉਹ ਕਿੱਥੇ ਆ? ਨਹੀਂ ਮੇਰੀ ਇਹ ਪਿਆਰੀ ਹੈ ਨਣ ਦੇ, ਤੇਰੇ ਕੋਲ ਲੱਡੂ ਨਹੀਂ ਆਉਂਦੇ, ਤੇਰੇ ਕੋਲ ਤਾਂ ਤੇਰੀ ਫੇਵਰੇਟ ਬਰਫੀ ਪਹੁੰਚਦੀ ਹੋਊ। ਸ਼ੈਲੀ ਪੁੱਤ! ਓ ਸ਼ੈਲੀ ਪੁੱਤ! ਅੱਛਾ, ਇਹ ਲੱਡੂ ਬਣ ਰਹੇ ਨੇ। ਭਾਬੀ ਤੁਸੀਂ ਰੁਕੋ, ਮੈਂ ਤੁਹਾਡੇ ਨਾਲ ਫੇਰ ਗੱਲ ਕਰਦੀ ਹਾਂ। ਮੰਮੀ ਸਤਿ ਸ਼੍ਰੀ ਅਕਾਲ ਜੀ। ਡੈਡੀ ਸਤਿ ਸ਼੍ਰੀ ਅਕਾਲ ਜੀ। ਪੁੱਤ ਤੈਨੂੰ ਵਧਾਈਆਂ, ਤੇਰੇ ਭਰਾ ਦਾ ਨਾ ਰਿਸ਼ਤਾ ਪੱਕਾ ਹੋ ਗਿਆ, ਮਸਾਂ ਮਸਾਂ ਨਾ ਪੂਰ ਚੜਿਆ ਮੁੰਡੇ ਦਾ ਰਿਸ਼ਤਾ। ਉਹ ਤਾਂ ਹੈ ਮੰਮੀ। ਨਹੀਂ ਤੈਨੂੰ ਤਾਂ ਪਤਾ ਹੀ ਆ, ਲੋਕਾਂ ਨੇ ਨਾ ਰਿਸ਼ਤਾ ਤੋੜਨ ਦੀ ਕੋਈ ਕੱਚ ਨਹੀਂ ਛੱਡੀ ਸੀ। ਉਹ ਤੂੰ ਕਿਉਂ ਮੇਰੇ ਭਰਾ ਦੇ ਪਿੱਛੇ ਪਈ ਆ? ਉਹਨੇ ਨੀ ਕੁਛ ਕੀਤਾ, ਉਹ ਤਾਂ ਹੋਰ ਬੰਦੇ ਸੀ ਜਿਨ੍ਹਾਂ ਨੇ ਪਹਿਲਾਂ ਭਾਨੀ ਮਾਰੀ ਆ। ਉਹ ਹੋਰ ਕੋਈ ਨੀ ਸੀ, ਉਹ ਤੇਰੇ ਭਰਾ ਦੇ ਰਿਸ਼ਤੇਦਾਰ ਸੀ। ਚਲੋ ਛੱਡੋ ਮੰਮੀ, ਹੁਣ ਕਾਹਤੋਂ ਆਪਾਂ ਆਪਣੇ ਕਾਰਜ ਚ ਰੰਗ ਚ ਭੰਗ ਪਾਉਣਾ, ਆਪਾਂ ਤਾਂ ਹੁਣ ਖੁਸ਼ੀਆਂ ਮਨਾਉਣੀਆਂ ਨੇ, ਵਿਆਹ ਤੇ ਆਪਾਂ ਭੰਗੜੇ ਪਾਉਣੇ ਆ। ਹਾਂ ਹਾਂ ਪਾਵਾਂਗੇ ਆਪਾਂ ਭੰਗੜੇ ਵੀ। ਆ ਫੜ ਡੱਬਾ, ਨਾਲੇ ਨਾ ਮੂੰਹ ਮਿੱਠਾ ਕਰ ਆਪਦਾ। ਰਾਜ, ਉਹ ਤਾਂ ਦੁਕਾਨ ਤੇ ਆ। ਨਹੀਂ ਮੰਮੀ, ਦੁਕਾਨ ਤੋਂ ਤਾਂ ਆ ਗਏ, ਉਹ ਨਾ ਸੌਦੇ ਜੇ ਮੁੱਕੇ ਹੋਏ ਸੀ, ਉਹ ਲੈਣ ਗਏ ਆ। ਕਹੋ ਤਾਂ ਮੈਂ ਫੋਨ ਕਰਕੇ ਬੁਲਾ ਲੈਂਦੀ ਆ। ਨਾ ਨਾ ਪੁੱਤ, ਕਰਨ ਦੇ ਉਹਨੂੰ ਕੰਮ, ਐਵੇਂ ਕਾਹਨੂੰ ਉਹਦਾ ਕੰਮ ਛੱਡਣਾ। ਅਸੀਂ ਤਾਂ 10 ਮਿੰਟ ਬੈਠਾਂਗੇ, ਨਾਲੇ ਨਾ ਫਿਰ ਹੁਣ ਅਸੀਂ ਤੇਰੀਆਂ ਮਾਸੀਆਂ ਨੂੰ ਵੀ ਡੱਬੇ ਦੇ ਕੇ ਆਉਣੇ ਨੇ। ਅੱਛਾ ਮੰਮੀ, ਵਿਆਹ ਕਦੋਂ ਦਾ ਰੱਖਿਆ? ਵਿਆਹ ਇਸੇ ਮਹੀਨੇ ਦੇ ਐਂਡ 'ਚ ਹੀ ਆ, ਆਪਾਂ ਨਾ ਬਾਹਲਾ ਟਾਈਮ ਨਹੀਂ ਪਾਉਣਾ, ਫੇਰ ਨਾ ਕਿਤੇ ਇਹਨਾਂ ਦਾ ਭਰਾ ਕੋਈ ਕਾਰਾ ਹੀ ਕਰ ਦੇ। ਉਹ ਤੂੰ ਐਵੇਂ ਨਾ ਬੋਲੀ ਆਇਆ ਕਰ ਪੁੱਤ, ਜਦੋਂ ਨਾ ਵਿਆਹ ਦੀ ਤਰੀਕ ਫਾਈਨਲ ਹੋ ਗਈ ਮੈਂ ਤੈਨੂੰ ਨਾਲ ਦੀ ਨਾਲ ਫੋਨ ਕਰ ਦੂ, ਤੂੰ ਨਾ ਬਸ ਆਪਦੀ ਤਿਆਰੀ ਖਿੱਚ ਕੇ ਰੱਖੀ। ਹਾਂਜੀ ਮੰਮੀ। ਨਾਲੇ ਨਾ ਰਾਜ ਨੂੰ ਕਹਿ ਦੀ ਆਪਦਾ ਨਵਾਂ ਕੋਟ ਪੈਂਟ ਸਮਾ ਲਵੇ, ਕਿਤੇ ਪਹਿਲਾਂ ਵਾਲਾ ਹੀ ਕੰਮ ਕਰ ਦੇਵੇ। ਕੋਈ ਨੀ ਮੰਮੀ, ਮੈਂ ਕਹਿ ਦੂੰਗੀ ਇਹਨਾਂ ਨੂੰ। ਚੰਗਾ ਪੁੱਤ, ਹੁਣ ਅਸੀਂ ਚੱਲਦੇ ਹਾਂ। ਲੈ ਆਏ ਕਿਵੇਂ, ਨਾ ਚਾਹ ਨਾ ਪਾਣੀ, ਕੁਛ ਪੀਤਾ ਤਾਂ ਹੈ ਨੀ। ਕੋਈ ਨਾ ਪੁੱਤ, ਚਾਹ ਪਾਣੀ ਕਿਸੇ ਹੋਰ ਦਿਨ ਸਹੀ, ਹੁਣ ਅਸੀਂ ਨਾ ਤੇਰੀਆਂ ਮਾਸੀਆਂ ਕੋਲੇ ਵੀ ਜਾਣਾ, ਉੱਥੇ ਵੀ ਤਾਂ ਟਾਈਮ ਲੱਗ ਜਾਣਾ ਨਾ। ਦੇਖ ਲਾ ਪੁੱਤ, ਭੈਣਾਂ ਨੂੰ ਮਿਲਣ ਦੀ ਇਹਨੂੰ ਕਿੰਨੀ ਕਹਾ ਵਾ। ਜ਼ਿਆਦਾ ਨਾ ਬੋਲੋ ਤੁਸੀਂ, ਚਲੋ ਹੁਣ ਆਪਾਂ ਜਾਣਾ ਵਾ। ਚੱਲ ਚੱਲ। ਠੀਕ ਆ ਧੀਏ, ਹੁਣ ਅਸੀਂ ਚੱਲਦੇ ਆ, ਜਦੋਂ ਨਾ ਮੈਂ ਤੈਨੂੰ ਫੋਨ ਕਰੂੰ ਤੂੰ ਉਦੋਂ ਹੀ ਆ ਜੀ। ਹੁਣ ਮੈਂ ਸਮਾਉਂਗੀ ਨਵੇਂ ਨਵੇਂ ਸੂਟ, ਸਭ ਤੋਂ ਵੱਧ ਟੋਰ ਵੀ ਤਾਂ ਉੱਥੇ ਮੇਰੀ ਹੋਣੀ ਚਾਹੀਦੀ ਆ, ਆਖਿਰਕਾਰ
ਮੁੰਡੇ ਦੀ ਭੈਣ ਜੋ ਆ ਮੈਂ। ਲੈ ਸ਼ੈਲੀ ਸੌਦੇ ਲਿਆਓ ਜੀ। ਕੀ ਗੱਲ, ਬੜੀ ਖੁਸ਼ ਲੱਗ ਰਹੀ ਹੈ ਜੀ। ਖੁਸ਼ੀ ਵਾਲੀ ਤਾਂ ਗੱਲ ਆ, ਖੁਸ਼ ਤਾਂ ਫਿਰ ਮੈਂ ਆਪੇ ਲੱਗਣਾ। ਇੱਕ ਮਿੰਟ। ਮਠਿਆਈ ਦਾ ਡੱਬਾ ਇਹ ਕਿੱਧਰੋਂ ਆਇਆ ਜੀ? ਤੁਸੀਂ ਦੱਸੋ ਇਹ ਕਿੱਧਰੋਂ ਆ ਸਕਦਾ? ਪਤਾ ਨਹੀਂ ਯਾਰ, ਤੂੰ ਹੀ ਦੱਸ ਦੇ ਹੁਣ। ਦੱਸ ਦਿੰਦੀ ਆ, ਪਹਿਲਾਂ ਮੂੰਹ ਤਾਂ ਮਿੱਠਾ ਕਰੋ। ਲਿਆ ਕਰਾ ਮੂੰਹ ਮਿੱਠਾ, ਹੁਣ ਤਾਂ ਦੱਸ ਦੇ ਕਿੱਧਰੋਂ ਆਇਆ ਜੀ। ਤੁਹਾਡੇ ਨਾ ਛੋਟੇ ਸਾਲੇ ਦਾ ਵਿਆਹ, ਉਹਦਾ ਰਿਸ਼ਤਾ ਪੱਕਾ ਹੋ ਗਿਆ ਜੀ। ਤੁਹਾਡੇ ਨਾ ਛੋਟੇ ਸਾਲੇ ਦਾ ਵਿਆਹ, ਉਹਦਾ ਰਿਸ਼ਤਾ ਪੱਕਾ ਹੋ ਗਿਆ। ਕੀ ਹੋ ਗਿਆ ਇਹਨੂੰ? ਪਤਾ ਨਹੀਂ ਕੀ ਹੋ ਗਿਆ, ਦੇਖਣਾ ਪਊਗਾ। ਛੇਤੀ ਦੇਖੋ ਇਹਨੂੰ, ਤੇਲ ਤਾਂ ਪਵਾਇਆ ਹੋਇਆ ਸੀ ਨਾ? ਉਹ ਪਵਾਇਆ ਹੋਇਆ ਸੀ ਤੇਲ ਤਾਂ। ਬੈਟਰੀ ਵੀ ਫੁੱਲ ਆ ਇਹਦੀ ਯਾਰ। ਫੇਰ ਕੀ ਹੋ ਗਿਆ ਇਹਨੂੰ? ਬਹੁਤ ਟਾਈਮ ਹੋ ਗਿਆ, ਇਹਦੇ ਨਾਲੋਂ ਤਾਂ ਨਾ ਮੈਂ ਬੱਸ ਚੜ ਕੇ ਆ ਜਾਂਦੀ। ਕਿੱਥੇ ਤੁਹਾਡੇ ਨਾਲ ਆਉਂਦਾ, ਮੈਂ ਫੈਸਲਾ ਗਲਤ ਲੈ ਲਿਆ। ਉਹ ਜਾ ਤੁਰ ਜਾ, ਬੱਸ ਸਟੈਂਡ ਨਾ 2 ਕਿਲੋਮੀਟਰ ਤੇ ਹੀ ਹੈ, ਚਲੀ ਜਾਈ ਬੱਸ ਤੇ। ਕਰੋ ਠੀਕ ਇਹਨੂੰ। ਇੱਕ ਤਾਂ ਮੈਂ ਤੇਰੇ ਪਿੱਛੇ ਕੰਮ ਛੱਡਿਆ, ਇੱਕ ਤੂੰ ਮੈਨੂੰ ਉੱਪਰ ਦੀ ਗੱਲਾਂ ਸੁਣਾਉਣ ਲੱਗੀ ਪਈ ਹੈ। ਸੋਰੀ, ਮੈਂ ਤਾਂ ਕਹਿੰਦੀ ਸੀ ਮੰਮੀ ਹੁਣੀ ਨਾ ਮੇਰੇ ਇੰਤਜ਼ਾਰ ਕਰਦੇ ਹੋਣਗੇ। ਦੇਖੋ ਹੁਣ ਇਹਨੂੰ ਛੇਤੀ ਕਰੋ ਠੀਕ, ਚੱਲੀਏ ਆਪਾਂ। ਉਹ ਦੇਖ ਹੀ ਤਾਂ ਰਿਹਾ, ਲੱਗਦਾ ਚੰਗਾ ਹੀ ਫਲਟ ਪੈ ਗਿਆ ਕੋਈ। ਫੇਰ ਹੁਣ? ਫੇਰ ਹੁਣ ਕੀ, ਕਿਸੇ ਤਰੀਕੇ ਚੱਲ ਪਏ, ਫਿਰ ਸ਼ਹਿਰ ਜਾ ਕੇ ਦਿਖਾਉਣਾ। ਬਾਬਾ ਜੀ ਬਸ ਕਿਸੇ ਤਰੀਕੇ ਹੁਣ ਇਹ ਚੱਲ ਪਏ। ਉਹ ਚੱਲ ਵੀ ਚੱਲ ਵੀ ਚੱਲ, ਬੈਠ ਫਟਾਫਟ, ਸ਼ਹਿਰ ਤੱਕ ਤਾਂ ਪਹੁੰਚਦੇ ਹੋਈਏ। ਬਾਬਾ ਜੀ ਧੰਨਵਾਦ ਆ ਤੁਹਾਡਾ, ਕਾਸ਼ ਅੱਜ ਮੈਂ ਕੁਛ ਹੋਰ ਮੰਗਿਆ ਹੁੰਦਾ ਨਾ, ਮੈਨੂੰ ਤਾਂ ਬਾਬਾ ਜੀ ਨੇ ਉਹ ਵੀ ਦੇ ਦੇਣਾ ਸੀ। ਸੁਨੀਤ ਪੁੱਤ ਰੋਟੀ ਤਿਆਰ ਆ? ਹਾਂਜੀ ਮੰਮੀ ਤਿਆਰ ਆ, ਪਰ ਸ਼ੈਲੀ ਤਾਂ ਅਜੇ ਤੱਕ ਆਈ ਨੀ। ਉਸੇ ਨੂੰ ਤਾਂ ਪੁੱਤ ਮੈਂ ਉਡੀਕਦੀ ਆ, ਉਹ ਕਿੰਨਾ ਟਾਈਮ ਹੋ ਗਿਆ, ਉਹ ਹੁਣ ਤੱਕ ਤਾਂ ਉਹਨੂੰ ਆ ਜਾਣਾ ਚਾਹੀਦਾ ਸੀ। ਮੰਮੀ ਮੈਨੂੰ ਤਾਂ ਐਂ ਲੱਗਦਾ ਵੀ ਕਿਤੇ ਸ਼ੈਲੀ ਨੇ ਆਪਦਾ ਆਉਣਾ ਕੈਂਸਲ ਤਾਂ ਨੀ ਕਰਤਾ। ਨਹੀਂ ਪੁੱਤ ਇਹ ਨੀ ਹੋ ਸਕਦਾ, ਜੇ ਉਹਨੇ ਨਾ ਆਉਣਾ ਹੁੰਦਾ ਨਾ ਮੈਨੂੰ ਫੋਨ ਕਰਕੇ ਉਹ ਪਹਿਲਾਂ ਹੀ ਦੱਸ ਦਿੰਦੀ। ਮੰਮੀ ਕੀ ਪਤਾ ਤੁਹਾਡਾ ਦਿਲ ਰੱਖਣ ਦੀ ਮਾਰੀ ਨੇ ਉਹਨੇ ਤੁਹਾਨੂੰ ਕੁਛ ਕਿਹਾ ਹੀ ਨਾ ਹੋਵੇ। ਨਹੀਂ ਤੂੰ ਕਦੇ ਚੰਗਾ ਬੋਲ ਹੀ ਨਹੀਂ ਸਕਦੀ, ਜਦੋਂ ਵੀ ਤੇਰੇ ਮੂੰਹ ਚੋਂ ਕੁਛ ਨਿਕਲੂ ਨਾ ਉਲਟਾ ਹੀ ਨਿਕਲੂਗਾ। ਮੈਂ ਦੇਖਦੀ ਹਾਂ ਸ਼ੈਲੀ ਨੂੰ ਨਾ ਫੋਨ ਕਰਕੇ ਉਹ ਕਿੱਥੇ ਕੁ ਪਹੁੰਚ ਗਏ। ਲੈ ਮੰਮੀ ਮੈਨੂੰ ਕਹਿੰਦੀ ਸੀ ਘੋਟਲਾ ਪ੍ਰਧਾਨਗੀ, ਮੇਰੀ ਸੱਸ ਭਰਾ ਦੀ ਮੈਨੂੰ ਘੋਟਣ ਦਊਗੀ ਪ੍ਰਧਾਨਗੀ। ਆ ਜਾਓ, ਸਕੂਟਰੀ ਤੋਂ ਉਤਰਿਆ, ਅੰਦਰ ਚੱਲੋ। ਨਹੀਂ ਮੈਂ ਨਹੀਂ ਅੰਦਰ ਆਉਣਾ, ਮੈਂ ਸਕੂਟਰੀ ਠੀਕ ਕਰਾਉਣੀ ਹੈ।
ਨਾਲੇ ਵੈਸੇ ਵੀ ਨਾ ਮੰਮੀ ਨੂੰ ਤੇਰੇ ਨਾਲ ਹੀ ਕੰਮ ਸੀ, ਮੈਂ ਕੀ ਕਰੂੰਗਾ ਇੱਥੇ। ਫਿਰ ਵੀ ਇੱਕ ਵਾਰ ਤੁਸੀਂ ਮੰਮੀ ਡੈਡੀ ਤੇ ਵੀਰ ਜੀ ਨੂੰ ਆ ਕੇ ਮਿਲ ਤਾਂ ਲੈਂਦੇ। ਕੋਈ ਨੀ, ਫੇਰ ਮਿਲ ਲੂੰਗਾ, ਮੈਨੂੰ ਇੱਕ ਵਾਰੀ ਪਹਿਲਾਂ ਸਕੂਟਰੀ ਤੇ ਠੀਕ ਕਰਾ ਲੈਣ ਦੇ। ਨਾਲੇ ਸ਼ੈਲੀ ਜਦੋਂ ਵਿਹਲੀ ਹੋ ਗਈ ਨਾ ਮੈਨੂੰ ਫੋਨ ਕਰ ਦੀ, ਆ ਕੇ ਲੈ ਜਾਊਂਗਾ ਮੈਂ ਤੈਨੂੰ। ਪਤਾ ਨੀ ਕਿਉਂ ਹਜੇ ਤੱਕ ਇਹ ਪੁਰਾਣੀਆਂ ਗੱਲਾਂ ਦਾ ਗੁੱਸਾ ਕਰੀ ਬੈਠੇ ਨੇ। ਚਲੋ ਠੀਕ ਆ ਫਿਰ, ਜਿਵੇਂ ਤੁਹਾਡੀ ਮਰਜ਼ੀ। ਮੰਮੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ, ਤੈਨੂੰ ਉਡੀਕਦੇ ਨਾ ਮੇਰੀਆਂ ਅੱਖਾਂ ਹੀ ਥੱਕ ਗਈਆਂ। ਉਹ ਤਾਂ ਨਾ ਰਸਤੇ 'ਚ ਇਹਨਾਂ ਦਾ ਸਕੂਟਰ ਖਰਾਬ ਹੋ ਗਿਆ ਸੀ, ਬਸ ਤਾਂ ਕਰਕੇ ਟਾਈਮ ਲੱਗ ਗਿਆ। ਉਹ ਕਿੰਨੀ ਵਾਰ ਤਾਂ ਉਹਨੂੰ ਕਿਹਾ ਵੀ ਇਹ ਕਵਾੜ ਸਕੂਟਰੀ ਦਾ ਨਾ ਖਹਿੜਾ ਛੱਡ ਦੇ, ਉਹ ਤਾਂ ਸੁਣਦਾ ਹੀ ਨਹੀਂ। ਨਾ ਰਾਜ ਕਿੱਥੇ ਰਹਿ ਗਿਆ, ਹਜੇ ਤੱਕ ਆਇਆ ਹੀ ਨਹੀਂ। ਮੰਮੀ ਉਹ ਤਾਂ ਨਾ ਮੈਨੂੰ ਉਤਾਰ ਕੇ ਚਲੇ ਗਏ। ਲੈ ਕੀ ਗੱਲ ਹੋ ਗਈ, ਪ੍ਰਾਹੁਣਾ ਬਿਨਾਂ ਪਾਣੀ ਪੀਤੇ ਹੀ ਚੱਲਿਆ ਗਿਆ। ਭਾਬੀ ਸਤਿ ਸ਼੍ਰੀ ਅਕਾਲ ਜੀ। ਉਹ ਇਹੋ ਜਿਹੀ ਗੱਲ ਨਹੀਂ, ਦਰਅਸਲ ਨਾ ਰਸਤੇ 'ਚ ਸਾਡੀ ਸਕੂਟਰੀ ਖਰਾਬ ਹੋ ਗਈ, ਇਹ ਉਸੇ ਨੂੰ ਹੀ ਠੀਕ ਕਰਾਉਣ ਗਏ ਨੇ। ਅੱਛਾ ਅੱਛਾ, ਤਾਂ ਆਹ ਗੱਲ ਸੀ, ਮੈਂ ਤਾਂ ਕੁਛ ਹੋਰ ਹੀ ਸਮਝ ਗਈ ਸੀ। ਕੁੜਾ ਤੂੰ ਚੁੱਪ ਕਰ ਜਾ, ਉਹੀ ਬੋਲੀ ਜਾਂਦੀ ਆ। ਪੁੱਤ ਤੂੰ ਨਾ ਮੈਨੂੰ ਪਹਿਲਾਂ ਐਂ ਦੱਸ, ਰੋਟੀ ਖਾਏਗੀ ਤੇ ਚਾਹ ਪੀਏਗੀ? ਨਾ ਮੰਮੀ, ਨਾ ਤਾਂ ਮੈਂ ਹਜੇ ਚਾਹ ਪੀਣੀ ਆ ਤੇ ਨਾ ਹੀ ਮੈਂ ਰੋਟੀ ਖਾਣੀ ਆ। ਬਸ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਮੈਨੂੰ ਬੁਲਾਇਆ ਕਾਹਦੇ ਲਈ ਆ? ਬੁਲਾਉਣਾ ਕਾਹਦੇ ਲਈ ਆ, ਉਹ ਤਾਂ ਤੇਰੇ ਪ੍ਰਾਹੁਣੇ ਕਰਕੇ ਬੁਲਾਇਆ ਤੈਨੂੰ, ਤਾਂ ਕਿ ਉਹਨੂੰ ਤੂੰ ਪਹਿਲਾਂ ਹੀ ਸਮਝਾ ਕੇ ਲੈ ਕੇ ਆਵੇਂ। ਭਾਬੀ ਸ਼ਵਨੀਤ ਉਹੀ ਨਾ ਆਵਾ ਤਵਾ ਜਾ ਬੋਲੀ ਜਾ, ਇੱਥੇ ਚੁੱਪ ਕਰ ਜਾ। ਮੰਮੀ ਇਹਦੇ ਵਿੱਚ ਮੈਂ ਗਲਤ ਕੀ ਕਿਹਾ? ਨਹੀਂ ਤੂੰ ਚੁੱਪ ਕਰਨਾ ਕਿ ਨਹੀਂ। ਸ਼ੈਲੀ ਪੁੱਤ ਤੂੰ ਨਾ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ, ਆਪਣੇ ਘਰ ਦਾ ਨਾ ਪੁੱਤ ਅਖੀਰਲਾ ਵਿਆਹ ਵਾ, ਤੇਰਾ ਡੈਡੀ ਤੇ ਤੇਰਾ ਵੱਡਾ ਭਰਾ ਇਹ ਚਾਹੁੰਦੇ ਨੇ। ਤੂੰ ਨਾ ਆਵਾਜ਼ ਨੂੰ ਸਮਝਾ ਕੇ ਲੈ ਕੇ ਆਵੇ ਵੀ ਉਹ ਆਪਦੇ ਨਾ ਗੁੱਸੇ ਤੇ ਕੰਟਰੋਲ ਰੱਖੇ ਤੇ ਸ਼ਰਾਬ ਨੂੰ ਉਹ ਹੱਥ ਨਾ ਲਾਵੇ। ਤੈਨੂੰ ਪਤਾ ਤਾਂ ਹੈ ਵੀ ਰਾਜ ਦਾ ਗੁੱਸਾ ਕਿੰਨਾ ਭੈੜਾ, ਜਦੋਂ ਉਹ ਸ਼ਰਾਬ ਪੀ ਲੈਂਦਾ ਫਿਰ ਤਾਂ ਉਹਨੂੰ ਹੋਸ਼ ਨਹੀਂ ਰਹਿੰਦੀ। ਲੈ ਦੇਖ ਕਿਵੇਂ ਗੁੰਨ ਬੱਟਾ ਬਣੀ ਬੈਠੀ ਆ, ਤੈਨੂੰ ਮੰਮੀ ਨੇ ਕੁਛ ਕਿਹਾ, ਤੈਨੂੰ ਸਮਝ ਲੱਗੀ ਕਿ ਨਹੀਂ? ਮੰਮੀ ਮੈਂ ਸਮਝ ਗਈ ਆ ਜਿਹੜਾ ਕੁਛ ਤੁਸੀਂ ਮੈਨੂੰ ਸਮਝਾਉਣਾ ਚਾਹੁੰਦੇ ਹੋ। ਬਸ ਪੁੱਤ ਇਹੀ ਕਹਿਣਾ ਸੀ ਤੈਨੂੰ, ਤੂੰ ਸਮਝਾ ਲਈ ਰਾਜ ਨੂੰ। ਸ਼ੈਲੀ ਇੱਕ ਗੱਲ ਪੁੱਛਾਂ, ਜਿਹੜਾ ਤੂੰ ਆ ਸੂਟ ਪਾਇਆ ਹੋਇਆ ਇਹ ਉਹੀ ਆ ਨਾ ਜਿਹੜਾ ਮੰਮੀ ਨੇ ਤੈਨੂੰ 2 ਸਾਲ ਪਹਿਲਾਂ ਲੈ ਕੇ ਦਿੱਤਾ ਸੀ? ਹਾਂਜੀ ਭਾਬੀ ਇਹ ਉਹੀ ਸੂਟ ਆ। ਆ ਦੇਖ ਲਓ ਮੰਮੀ ਤੁਸੀਂ ਆਪ ਹੀ, ਮੈਨੂੰ ਨਹੀਂ ਲੱਗਦਾ ਹੈਗਾ ਵੀ ਰਾਜ ਇਹਨੂੰ ਕੋਈ ਕੱਪੜਾ ਲੀੜਾ ਲੈ ਕੇ ਦਿੰਦਾ ਹੋਊਗਾ, ਇਹ ਤਾਂ ਆਪਣੇ ਦਿੱਤੇ ਹੋਏ ਸੂਟ ਹੀ ਸਵਾ ਕੇ ਪਾਉਂਦੀ ਆ। ਸ਼ਵਨੀਤ ਤੂੰ ਇਹ ਕੀ ਬੋਲੀ ਜਾਂਦੀ ਆ? ਮੰਮੀ ਮੇਰੀ ਗੱਲ ਦਾ ਗੁੱਸਾ ਕਿਉਂ ਕਰਦੇ ਹੋ, ਮੈਂ ਤਾਂ ਉਹੀ ਕਹਿ ਰਹੀ ਹਾਂ ਜੋ ਸੱਚ ਹੈ। ਮੰਮੀ ਮੈਂ ਤਾਂ ਇਹ ਕਹਿਣੀ ਆ ਤੁਹਾਨੂੰ, ਇਹਨੂੰ ਹੁਣੇ ਹੀ ਪੁੱਛ ਲਓ ਵੀ ਰਾਜ ਇਹਨੂੰ ਵਿਆਹ ਤੇ ਕੋਈ ਕੱਪੜਾ ਲੀੜਾ ਲੈ ਕੇ ਦਊਗਾ ਕਿ ਨਹੀਂ, ਜੇ ਨਹੀਂ ਲੈ ਕੇ ਦਿੰਦਾ
ਤਾਂ ਆਪਾਂ ਇਹਨੂੰ ਜਿਹੜਾ ਸੂਟ ਦੇਣਾ ਉਹ ਹੁਣੇ ਦੇ ਦਿੰਦੇ ਹਾਂ, ਉਹੀ ਸਵਾਲੂਗੀ ਇਹ। ਨਹੀਂ ਨਹੀਂ ਭਾਬੀ, ਮੈਂ ਵਿਆਹ 'ਤੇ ਨਵਾਂ ਸੂਟ ਹੀ ਸਮਾ ਕੇ ਪਾ ਕੇ ਆਊਂਗੀ। ਫੇਰ ਠੀਕ ਆ, ਜੇ ਤੂੰ ਨਵਾਂ ਸੂਟ ਸਵਾ ਕੇ ਪਾ ਕੇ ਆਏਂਗੀ ਤੇ ਰਾਜ ਉਹ ਸਵਾਊਗਾ ਨਵਾਂ ਕੋਟ ਪੈਂਟ। ਨਹੀਂ ਬਸ ਕਰ, ਤੂੰ ਕੀ ਉਲਟਾ ਸਿੱਧਾ ਜਿਹਾ ਸਵਾਲ ਪੁੱਛਣ ਲੱਗੀ ਹੋਈ ਹੈ। ਉਹ ਉਹਨੂੰ ਵੀ ਪਤਾ ਵਿਆਹ 'ਤੇ ਆਉਣਾ ਉਹਨੇ, ਵੀ ਕਿਹੋ ਜਿਹੇ ਕੱਪੜੇ ਪਾਉਣੇ ਨੇ, ਕਿਹੋ ਜਿਹੇ ਨਹੀਂ। ਵੈਸੇ ਪੁੱਤ ਤੈਨੂੰ ਇੱਕ ਗੱਲ ਦੱਸਾਂ ਮੈਂ, ਆਹ ਮੈਡਮ ਜੀ ਤਾਂ ਨਾ ਲਹਿੰਗਾ ਪਾਉਣਗੇ ਵਿਆਹ 'ਤੇ। ਹਾਂ ਸ਼ੈਲੀ, ਮੈਂ ਡਿਜ਼ਾਈਨਰ ਲਹਿੰਗਾ ਪਾਉਂਗੀ, ਪੂਰੇ 10,000 ਦਾ ਆ। ਪੁੱਤ ਜੇ ਤੂੰ ਲਹਿੰਗਾ ਪਾਉਣਾ ਨਾ, ਜਿੱਥੋਂ ਇਹ ਮੈਡਮ ਲੈ ਕੇ ਆਈ ਹੈ ਤੂੰ ਵੀ ਉੱਥੋਂ ਹੀ ਲੈ ਆ ਲਹਿੰਗਾ। ਮਾਂ ਮੇਰੀ, ਹਜੇ ਤਾਂ ਜੇਬ 'ਚ ਕੋਈ ਪੈਸਾ ਵੀ ਨਹੀਂ, ਮੈਂ ਇੰਨੇ ਪੈਸੇ ਕਿੱਥੋਂ ਲਾ ਦਾਂ? ਹਾਂ ਸ਼ੈਲੀ, ਮੰਮੀ ਬਿਲਕੁਲ ਸਹੀ ਕਹਿ ਰਹੇ ਨੇ, ਤੂੰ ਵੀ ਲੈ ਲਾ ਉੱਥੋਂ ਹੀ ਲਹਿੰਗਾ, ਆਪਾਂ ਦੋਵੇਂ ਨਾ ਇੱਕੋ ਜਿਹੇ ਜਿਹੇ ਲਹਿੰਗੇ ਪਾਵਾਂਗੀਆਂ। ਨਹੀਂ ਨਹੀਂ ਭਾਬੀ, ਮੈਨੂੰ ਇੱਕੋ ਜਿਹੇ ਕੱਪੜੇ ਪਾਉਣ 'ਚ ਕੋਈ ਦਿੱਕਤ ਨਹੀਂ, ਪਰ ਸੱਚ ਦੱਸਾਂ ਨਾ, ਮੈਨੂੰ ਆਹ ਲਹਿੰਗੇ ਲੂੰਗੇ ਜਿਹੇ ਪਾਉਣੇ ਪਸੰਦ ਨਹੀਂ, ਮੈਂ ਸੂਟ ਪਾ ਕੇ ਹੀ ਖੁਸ਼ ਹਾਂ। ਅੱਛਾ ਜੀ। ਜਾ ਸ਼ੁਭਨੀਤ, ਤੂੰ ਨਾ ਜਾ ਕੇ ਰੋਟੀ ਪਾਣੀ ਨੂੰ ਲੱਗ ਜਾ, ਕਦੋਂ ਦੀ ਕੁੜੀ ਆਈ ਆ, ਭੁੱਖ ਲੱਗੀ ਹੋਊਗੀ ਉਹਨੂੰ। ਹਾਂਜੀ ਮੰਮੀ, ਹੁਣੇ ਲੈ ਕੇ ਆਈ ਰੋਟੀ। ਸ਼ੈਲੀ, ਮੈਨੂੰ ਐਂ ਕਿਉਂ ਲੱਗਦਾ ਵੀ ਤੂੰ ਮੇਰੇ ਤੋਂ ਕੁਛ ਲੁਕੋ ਰਹੀ ਹੈ? ਲੈ ਮੰਮੀ, ਮੈਂ ਕੀ ਤੁਹਾਡੇ ਤੋਂ ਲੁਕਾਉਣਾ, ਤੁਹਾਨੂੰ ਐਵੇਂ ਲੱਗੀ ਜਾਂਦਾ। ਪੁੱਤ, ਮੈਂ ਤਾਂ ਇਹ ਸੋਚਦੀ ਹਾਂ ਤੂੰ ਰਾਜ ਨਾਲ ਰਹਿੰਦੀ ਕਿਵੇਂ ਆ, ਉਸ ਬੰਦੇ 'ਚ ਇੰਨਾ ਗੁੱਸਾ ਅਤੇ ਕੰਮ ਵੀ ਉਹਦਾ ਠੀਕ ਠਾਕ ਹੀ ਚੱਲਦਾ। ਮੰਮੀ, ਉਹ ਰਾਜ 'ਚ ਕੋਈ ਗੁੱਸਾ ਨਹੀਂ, ਉਹ ਬਹੁਤ ਚੰਗੇ ਨੇ, ਰੱਬ ਦੀ ਕਿਰਪਾ ਨਾਲ ਨਾ ਸਾਡੀ ਆਈ ਚਲਾਈ ਵਧੀਆ ਚੱਲੀ ਜਾਂਦੀ ਆ। ਹੋਰ ਦੱਸੋ ਕੀ ਚਾਹੀਦਾ? ਕਿੰਨੀ ਸਿਆਣੀ ਹੋ ਗਈ ਮੇਰੀ ਧੀ, ਪਰ ਮੈਂ ਵੀ ਤੇਰੀ ਮਾਂ, ਬੰਦੇ ਬੰਦੇ ਦਾ ਪਤਾ ਲੱਗ ਜਾਂਦਾ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ। ਮੰਮੀ ਮੈਨੂੰ ਇੱਕ ਗੱਲ ਦੱਸੋ, ਨਾ ਰਾਜ ਮੈਨੂੰ ਮਾਰਦਾ ਕੁੱਟਦਾ? ਨਹੀਂ ਪੁੱਤ। ਫਿਰ ਫਿਰ ਮੰਮੀ ਐਂ ਦੱਸੋ, ਗੁੱਸਾ ਕਿਹਦੇ ਵਿੱਚ ਨਹੀਂ, ਮੇਰੇ 'ਚ ਨਹੀਂ, ਤੁਹਾਡੇ 'ਚ ਨਹੀਂ, ਜੇ ਡੈਡੀ ਜੀ 'ਚ ਨਹੀਂ, ਜੇ ਵੀਰੇ 'ਚ ਨਹੀਂ, ਉਹ ਸਾਰਿਆਂ 'ਚ ਗੁੱਸਾ ਹੁੰਦਾ। ਬਸ ਐਂ ਕਹੋ ਵੀ ਰਾਜ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਗੁੱਸਾ, ਉਹਨਾਂ ਦਾ ਸੁਭਾਅ ਹੀ ਇਹੋ ਜਿਹਾ, ਪਰ ਸੱਚ ਦੱਸਾਂ ਨਾ, ਹੁਣ ਉਹ ਆਪਣੇ ਗੁੱਸੇ 'ਤੇ ਨਾ ਕੰਟਰੋਲ ਕਰ ਰਹੇ ਨੇ। ਨਾਲੇ ਤੁਸੀਂ ਨਾ ਬੇਫਿਕਰ ਰਹੋ, ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ। ਸ਼ੈਲੀ, ਗਵਾਂਢੀਆਂ ਦੀ ਗੱਡੀ ਹਜੇ ਆਪਣੇ ਘਰ ਹੀ ਖੜੀ ਹੈ, ਕੀ ਗੱਲ ਲੈ ਕੇ ਨਹੀਂ ਗਏ ਹਲੇ? ਕਿੱਥੇ ਜੀ, ਕਹਿ ਵੀ ਨਹੀਂ ਸਕਦੇ, ਗਵਾਂਢ ਦਾ ਜੋ ਕੰਮ ਆ। ਹਾਂ ਇਹ ਵੀ ਗੱਲ ਹੈ। ਹੋਰ ਫਿਰ ਕੀ ਕਹਿੰਦੀ ਭਰਜਾਈ ਤੇਰੀ? ਜੀ ਭਾਬੀ ਨੇ ਕੀ ਕਹਿਣਾ, ਉਹ ਤਾਂ ਵਿਆਹ ਦੀਆਂ ਗੱਲਾਂ ਕਰਦੇ ਸੀ, ਉਹ ਕਹਿੰਦੇ ਮੈਂ ਪਾਉਣਾ ਲਹਿੰਗਾ ਵੀ ਤੂੰ ਵੀ ਲਹਿੰਗਾ ਪਾ ਲਈ। ਅੱਛਾ, ਤਾਂ ਫਿਰ ਉਹ ਲਹਿੰਗਾ ਪਾਊਗੀ? ਸੱਚ ਪੁੱਛੋ ਨਾ, ਮੇਰਾ ਵੀ ਦਿਲ ਕਰਦਾ ਵੀ ਮੈਂ ਲਹਿੰਗਾ ਪਾਵਾਂ। ਦੱਸੋ ਨਾ, ਪਾ ਲਵਾਂ? ਉਹ ਪਾ ਲਈ ਜਿਹੜਾ ਕੁਛ ਪਾਉਣਾ ਹੋਊਗਾ, ਮੈਂ ਨਹੀਂ ਤੈਨੂੰ ਰੋਕਦਾ। ਸੱਚੀ? ਲੈ, ਮੈਂ ਉਹੀ ਭਾਬੀ ਨੂੰ ਮਨਾ ਕਰ ਆਈ। ਕੀ ਮਨਾ ਕਰ ਆਈ? ਆਹੀ
ਵੀ ਮੈਨੂੰ ਨਾ ਲਹਿੰਗੇ ਨਹੀਂ ਵਧੀਆ ਲੱਗਦੇ, ਸੂਟ ਹੀ ਵਧੀਆ ਲੱਗਦੇ ਨੇ। ਵੈਸੇ ਤੂੰ ਕਿਹਾ ਸਹੀ ਹੋਈ ਆ ਭਾਬੀ ਨੂੰ, ਜੋ ਗੱਲ ਸੂਟਾਂ 'ਚ ਬਣਦੀ ਹੈ ਨਾ ਉਹ ਲਹਿੰਗੇ 'ਚ ਨਹੀਂ ਬਣਦੀ। ਹੁਣ ਤੁਹਾਡੀ ਇਹ ਗੱਲ ਦਾ ਮੈਂ ਮਤਲਬ ਕੀ ਸਮਝਾਂ, ਵੀ ਤੁਸੀਂ ਮੈਨੂੰ ਜਵਾਬ ਦੇ ਰਹੇ ਹੋ? ਉਹ ਨਹੀਂ ਯਾਰ, ਤੂੰ ਪਾਲੀ ਲਹਿੰਗਾ, ਕੋਈ ਜਵਾਬ ਨਹੀਂ ਤੈਨੂੰ। ਸੱਚੀ? ਅੱਜ ਤਾਂ ਮਜ਼ਾ ਹੀ ਆ ਗਿਆ। ਪਰ ਇੱਕ ਗੱਲ ਹੋਰ ਵੀ ਆ। ਉਹ ਹੁਣ ਕੀ ਰਹਿ ਗਿਆ, ਹੁਣ ਕਿਹੜੀ ਗੱਲ ਆ ਤੇਰੇ ਦਿਮਾਗ 'ਚ? ਜੇ ਤੁਹਾਨੂੰ ਪਤਾ ਲਹਿੰਗਾ 10,000 ਦਾ। ਮੈਨੂੰ ਪਤਾ ਸੀ ਵੀ ਇੰਨਾ ਮਹਿੰਗਾ ਲਹਿੰਗਾ ਨਾ ਤੁਸੀਂ ਮੈਨੂੰ ਲੈ ਕੇ ਦੇ ਨਹੀਂ ਸਕਦੇ, ਮੈਂ ਰਹਿ ਨਹੀਂ ਦਿੰਦੀ ਹਾਂ ਪਾਉਣ ਨੂੰ। ਉਹ ਆਪੀ ਸਲਾਹਾਂ ਬਣਾ ਲੈਂਦੀ ਹੈ ਤੂੰ, ਅਤੇ ਆਪੀ ਸਲਾਹਾਂ ਕੈਂਸਲ ਕਰ ਦਿੰਦੀ ਹੈ, ਉਹ ਫਿਰ ਮੈਨੂੰ ਕਿਉਂ ਪੁੱਛਦੀ ਹੁੰਦੀ ਹੈ? ਉਹ ਨਾਲੇ ਕੋਈ ਗੱਲ ਨਹੀਂ, 10,000 ਦੀ ਗੱਲ ਹੈ, ਨਾਲੇ ਮੈਨੂੰ ਤੇਰੇ ਉੱਤੋਂ ਦੀ ਕੁਛ ਹੈ? ਸੱਚੀ? ਥੈਂਕ ਯੂ ਸੋ ਮੱਚ। ਮੈਂ ਐਂ ਕਰਦੀ ਹਾਂ, ਭਾਬੀ ਨੂੰ ਫੋਨ ਕਰਕੇ ਕਹਿ ਦਿੰਦੀ ਹਾਂ ਵੀ ਉਹ ਮੇਰੇ ਲਈ ਵੀ ਲਹਿੰਗਾ ਲੈ ਲੈਣਗੇ। ਹੁਣ ਮੈਂ ਵੀ ਲਹਿੰਗਾ ਪਾਊਂਗੀ। ਲਹਿੰਗੇ ਪਾਉਣੇ ਆ, ਕਾਹਦੀ ਖੁਸ਼ੀ 'ਚ? ਦੀਦੀ ਤੁਸੀਂ? ਜਵਾਬ ਨੀ ਦਿੱਤਾ। 10 ਮਿਸ ਕਾਲਾਂ ਭੈਣੇ, ਇਹ ਤਾਂ ਫੋਨ ਹੀ ਸਾਇਲੈਂਟ ਤੇ ਲੱਗਿਆ ਹੋਇਆ, ਤਾਂ ਨੀ ਪਤਾ ਚੱਲਿਆ। ਆਹੋ ਭਾਈ, ਪਤਾ ਹੋਊ ਵੀ ਅੱਜ ਭੈਣ ਨੇ ਆਉਣਾ, ਤਾਂ ਹੀ ਫੋਨ ਸਾਇਲੈਂਟ ਤੇ ਲਾਤਾ। ਹੱਦ ਹੈ ਭੈਣੇ, ਨਾ ਮੈਂ ਤੈਨੂੰ ਇਹੋ ਜਿਹਾ ਲੱਗਦਾ? ਨਾ ਨਾ, ਮੇਰਾ ਵੀਰ ਨਹੀਂ ਹੈਗਾ ਇਹੋ ਜਿਹਾ, ਆਪਣੇ ਘਰੇ ਹੈ ਤਾਂ ਇੱਕ ਜਿਹੜੀ ਆਪਾਂ ਨੂੰ ਵਰਤਦਾ ਦੇਖ ਕੇ ਖੁਸ਼ ਨਹੀਂ ਹੈਗੀ। ਨਹੀਂ ਨਹੀਂ ਦੀਦੀ, ਮੈਂ ਕਿਉਂ ਨਹੀਂ ਖੁਸ਼ ਹੋਊਂਗੀ? ਚਲੋ ਛੱਡੋ ਇਹਨਾਂ ਗੱਲਾਂ ਨੂੰ, ਵੈਸੇ ਤੁਸੀਂ ਗੱਲਾਂ ਕਾਹਦੀਆਂ ਕਰਦੇ ਸੀ? ਉਹ ਭੈਣੇ, ਉਹ ਤਾਂ ਨਾ ਸ਼ੈਲੀ ਦੇ ਛੋਟੇ ਭਰਾ ਦਾ ਇਹ ਵਿਆਹ ਰੱਖਿਆ ਹੋਇਆ ਤੇ ਇਹਨੇ ਪਾਉਣਾ ਲਹਿੰਗਾ, ਬਸ ਉਹਦੀਆਂ ਗੱਲਾਂ ਕਰਦੇ ਸੀ। ਜੇਬ ਚ ਨੀ ਧੇਲਾ ਕਰਦੀ ਮੇਲਾ ਮੇਲਾ, ਭਾਬੀ ਆਹ ਨਾ ਅਮੀਰਾਂ ਦੇ ਚੋਜ ਨੇ, ਇਹ ਆਪਣੇ ਵਰਗਿਆਂ ਕੋਲ ਨਹੀਂ ਹੁੰਦੇ, ਐਵੇਂ ਵਾਧੂ ਦੇ ਖਰਚੇ ਕਰੇਗੀ। ਉਹ ਭੈਣੇ ਕੋਈ ਗੱਲ ਨੀ, ਕਰ ਲੈਂਦੇ ਇਹਨੂੰ ਵੀ ਚੋ ਪੂਰਾ, ਆਖਰ ਇਹਦੇ ਸਕੇ ਭਰਾ ਦਾ ਵਿਆਹ ਹੈ। ਵੀਰੇ ਦੇਖ, ਮੈਨੂੰ ਤਾਂ ਕੋਈ ਪ੍ਰੋਬਲਮ ਨੀ, ਪਾਲੇ ਲਹਿੰਗਾ, ਪਰ ਲਹਿੰਗਾ ਨਾ ਸਿਰਫ ਇੱਕ ਦਿਨ ਹੀ ਪੈਂਦਾ, ਤੁਸੀਂ ਇਹ ਦੇਖੋ ਵੀ ਕਿੰਨਾ ਮਹਿੰਗਾ ਆਉਂਦਾ, ਬਾਅਦ ਚੋਂ ਅਲਮਾਰੀ 'ਚ ਹੀ ਪਿਆ ਰਹਿਣਾ ਉਹ। ਫਿਰ ਐਂ ਕਹੋ ਵੀ ਤੁਹਾਡੇ ਪੈਸੇ ਲੱਗੇ ਹੋਏ ਤਾਂ ਬੇਕਾਰ ਹੀ ਜਾਣਗੇ। ਆ ਨਾ ਹੁਣ ਮੂੰਹ ਜੇ ਨਾ ਲਮਕਾ ਕੇ ਬੈਠੋ, ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਹੀ ਕਰ ਲਓ ਤੁਸੀਂ। ਜਾ ਸ਼ੈਲੀ, ਭੈਣ ਲਈ ਚਾਹ ਪਾਣੀ ਦਾ ਇੰਤਜ਼ਾਮ ਤਾਂ ਕਰ। ਹਾਂਜੀ। ਵੀਰੇ ਤੂੰ ਜਾਏਗਾ ਫਿਰ ਵਿਆਹ ਤੇ? ਭੈਣੇ ਜਾਣਾ ਤਾਂ ਪਊਗਾ ਹੀ, ਰਿਸ਼ਤੇ ਹੀ ਇਹ ਹੈ ਜਾ। ਵੀਰੇ ਉਹ ਤਾਂ ਤੇਰੀ ਗੱਲ ਠੀਕ ਹੈ, ਜੇ ਤੇਰੇ ਸਹੁਰਿਆਂ ਨੇ ਫਿਰ ਤੈਨੂੰ ਕੁਛ ਕਹਿਤਾ ਫਿਰ? ਭੈਣੇ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ, ਮੈਂ ਉਹਨਾਂ ਨੂੰ ਕਹਿਣ ਦਾ ਮੌਕੇ ਨਹੀਂ ਦਿੰਦਾ, ਮੈਂ ਵਿਆਹ ਵਾਲੇ ਦਿਨ ਹੀ ਜਾਊਂਗਾ, ਉਸੇ ਦਿਨ ਹੀ ਵਾਪਸ ਆ ਜਾਊਂਗਾ। ਫਿਰ ਇਹ ਤਾਂ ਗੱਲ ਠੀਕ ਹੈ ਵੀਰੇ, ਤੂੰ ਕੱਲ੍ਹ ਗਿਆ ਤਾਂ ਸੀ ਸ਼ੈਲੀ ਦੇ ਨਾਲ ਉਹਦੇ ਪੇਕੇ, ਫਿਰ ਕੀ ਕਹਿੰਦੀਆਂ ਨੇ ਉਹ? ਭੈਣੇ ਮੈਂ ਗਿਆ ਜ਼ਰੂਰ ਸੀ ਸ਼ੈਲੀ ਦੇ ਨਾਲ, ਪਰ ਮੈਂ ਉਹਨੂੰ ਗੇਟ 'ਤੇ ਉਤਾਰਿਆ ਆ ਅਤੇ ਉੱਥੋਂ ਹੀ ਮੈਂ ਵਾਪਸ ਲੈ ਆਇਆ, ਮੈਂ ਅੰਦਰ ਗਿਆ ਹੀ ਨਹੀਂ। ਨਾਲੇ ਭੈਣੇ ਮੈਂ ਨਹੀਂ ਚਾਹੁੰਦਾ, ਵਿਆਹ ਦਾ ਕੰਮ ਹੈ ਅਤੇ ਵਿੱਚ ਕੋਈ ਕਲੇਸ਼ ਪਵੇ। ਸਹੀ ਕਿਹਾ ਵੀਰੇ ਤੂੰ।
ਜਾ। ਭੈਣੇ ਮੈਨੂੰ ਫੋਨ ਆਇਆ, ਮੈਂ ਗੱਲ ਕਰਕੇ ਆਉਣਾ। ਹੋਰ ਸੁਣਾ ਸ਼ੈਲੀ, ਤੇਰੀ ਮੰਮੀ ਤੇ ਤੇਰੀ ਚਲਾਕੂ ਭਾਬੀ ਕਿਵੇਂ ਆ? ਦੀਦੀ ਉਹ ਵੀ ਵਧੀਆ। ਦੇਖ ਮੇਰੀ ਗੱਲ ਤੂੰ ਧਿਆਨ ਨਾਲ ਸੁਣ ਲੈ। ਆਪਣੀ ਮਾਂ ਤੇ ਆਪਦੀ ਭਰਜਾਈ ਨੂੰ ਪਹਿਲਾਂ ਹੀ ਸਮਝਾ ਦੀ। ਪਹਿਲਾਂ ਹੀ ਕੀ, ਉਹਨਾਂ ਨੂੰ ਕਹਿ ਦੀ ਵੀ ਆਪਦੇ ਮੂੰਹ ਬੰਦ ਰੱਖਣ ਤੇ ਰਾਜ ਨੂੰ ਕੁਛ ਨਾ ਕਹਿਣ। ਤੈਨੂੰ ਵੀ ਪਤਾ ਵੀ ਪਹਿਲਾਂ ਉਹਨਾਂ ਨੇ ਰਾਜ ਨਾਲ ਕੀ ਕੁਛ ਕੀਤਾ, ਤੇ ਜੇ ਉਹੀ ਕੁਛ ਹੁਣ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੁਝ ਨਹੀਂ। ਸਮਝ ਗਈ ਜਾਂ ਮੈਂ ਸਿੱਧੀ ਗੱਲ ਉਹਨਾਂ ਨਾਲ ਹੀ ਕਰਾਂ? ਨਹੀਂ ਨਹੀਂ ਦੀਦੀ, ਮੈਂ ਸਮਝ ਗਈ ਹਾਂ। ਉਹ ਕੌਣ ਕੀ ਸਮਝ ਗਿਆ? ਨਾ ਨਾ ਵੀਰੇ, ਕੁਛ ਨਹੀਂ। ਉਹ ਤਾਂ ਭਾਬੀ ਕਹਿੰਦੀ ਸੀ ਮੈਂ ਵਿਆਹ 'ਚ ਹੁਣ ਸੂਟ ਹੀ ਪਾਉਣਾ, ਲਹਿੰਗਾ ਨਹੀਂ। ਸਹੀ ਕਿਹਾ ਨਾ ਭਾਬੀ? ਹਾਂਜੀ ਹਾਂਜੀ ਦੀਦੀ, ਸਹੀ ਕਹਿੰਦੇ ਨੇ। ਹੋਰ ਸੁਣਾਓ ਭੈਣੇ, ਜੀਜਾ ਤੇ ਬੱਚੇ ਕਿਵੇਂ ਨੇ? ਸਾਰੇ ਠੀਕ ਨੇ। ਬੱਚੇ ਤਾਂ ਕਹਿੰਦੇ ਸੀ ਮਾਮੇ ਨੂੰ ਮਿਲਣਾ। ਫਿਰ ਭੈਣੇ ਤੂੰ ਨਾਲ ਹੀ ਲੈ ਆਉਂਦੀ? ਨਾਲ ਕਿੱਥੇ ਵੀਰੇ, ਬੱਚਿਆਂ ਦੇ ਨਾ ਪੇਪਰ ਚੱਲਦੇ ਨੇ ਤੇ ਮੇਰਾ ਬਾਹਲਾ ਹੀ ਮਿਲਣ ਨੂੰ ਜੀ ਕਰਦਾ ਸੀ, ਫਿਰ ਮੇਰੇ ਕੋਲ ਤਾਂ ਰਿਹਾ ਨਹੀਂ ਗਿਆ। ਚੱਲ ਵਧੀਆ ਕੀਤਾ ਭੈਣੇ। ਉਹ ਯਾਰ ਤੈਨੂੰ ਕਿਹਾ ਨਾ ਆਉਣਾ। ਵੀਰੇ ਤੂੰ ਕੰਮ ਹੀ ਕਰਿਆ ਪਹਿਲਾਂ, ਤੈਨੂੰ ਉਹ ਫੋਨਾਂ ਜਾਂ ਟਿਕਣ ਹੀ ਨਹੀਂ ਦੇਣਾ। ਠੀਕ ਹੈ ਭੈਣੇ, ਬਸ ਮੈਂ ਗਿਆ ਤੇ ਆਇਆ। ਦੀਦੀ ਤੁਸੀਂ ਰੋਟੀ 'ਚ ਕੀ ਖਾਓਗੇ? ਜਿਹੜਾ ਕੁਛ ਤੁਸੀਂ ਖਾਣਾ ਮੈਂ ਉਹੀ ਬਣਾ ਦਿੰਦੀ ਹਾਂ। ਮੇਰੀ ਗੱਲ ਸੁਣ ਲੈ ਭਾਬੀ, ਰੋਟੀ ਤਾਂ ਚਾਹੇ ਤੂੰ ਮੈਨੂੰ ਰਾਤ ਵਾਲੀ ਦਾਲ ਨਾਲ ਹੀ ਖਵਾ ਦੀ, ਪਰ ਜਿਹੜਾ ਕੁਛ ਤੈਨੂੰ ਮੈਂ ਕਿਹਾ ਹਾਂ ਨਾ ਉਹਦਾ ਧਿਆਨ ਰੱਖੀ। ਮੇਰੇ ਭਰਾ ਨੂੰ ਭੋਰਾ ਜਿੰਨੀ ਟੈਨਸ਼ਨ ਨਹੀਂ ਆਉਣੀ ਚਾਹੀਦੀ ਵਿਆਹ ਦੇ ਵਿੱਚ। ਮਾਸਾ ਮਾਸਾ ਮੇਰਾ ਵੀਰ ਨਾ ਟੈਨਸ਼ਨ 'ਚੋਂ ਬਾਹਰ ਆਇਆ, ਅਤੇ ਅਸੀਂ ਨਹੀਂ ਚਾਹੁੰਦੇ ਉਹ ਦੁਬਾਰਾ ਟੈਨਸ਼ਨ 'ਚ ਆਵੇ। ਦੀਦੀ ਮੈਂ ਨਾ ਕਦੋਂ ਦੀ ਸੁਣੀ ਜਾਂਦੀ ਹਾਂ, ਉਹ ਜਿਵੇਂ ਤੁਹਾਨੂੰ ਆਪਣੇ ਭਰਾ ਦੀ ਫਿਕਰ ਆ ਨਾ, ਉਵੇਂ ਮੈਨੂੰ ਮੇਰੇ ਘਰ ਵਾਲੇ ਦੀ ਫਿਕਰ ਆ। ਉਹ ਰਹਿਣ ਦੇ ਰਹਿਣ ਦੇ, ਜੇ ਤੈਨੂੰ ਇੰਨੀ ਫਿਕਰ ਹੁੰਦੀ ਨਾ ਤੂੰ ਉਸੇ ਦਿਨ ਆਪਦੀ ਮਾਂ ਤੇ ਭਰਜਾਈ ਨੂੰ ਉੱਥੇ ਹੀ ਚੁੱਪ ਕਰਾ ਲੈਂਦੀ ਜਿਸ ਦਿਨ ਉਹਨਾਂ ਨੇ। ਸ਼ੁਭਨੀਤ ਪੁੱਤ, ਪ੍ਰਾਹੁਣੇ ਨੂੰ ਨਾ ਚਾਹ ਨਾ ਬਣਾਈ, ਉਹਨੂੰ ਨਾ ਦੁੱਧ 'ਚ ਪੱਤੀ ਪਾ ਕੇ ਦੇਈ। ਲੈ ਮੰਮੀ ਜੀ ਇਹ ਵੀ ਕੋਈ ਕਹਿਣ ਦੀ ਗੱਲ ਆ, ਮੈਂ ਦੁੱਧ 'ਚ ਹੀ ਪੱਤੀ ਪਾ ਰਹੀ ਹਾਂ। ਹੋਰ ਪੁੱਤਰ ਜੀ ਕੰਮ ਕਾਰ ਕਿਵੇਂ ਚੱਲਦਾ? ਡੈਡੀ ਜੀ ਬਹੁਤ ਵਧੀਆ ਚੱਲਦਾ ਕੰਮ, ਤਾਂ ਅਸੀਂ ਤਾਂ ਸਗੋਂ ਕੰਮ ਹੋਰ ਵਧਾਉਣ ਦੀ ਸੋਚ ਰਹੇ ਹਾਂ। ਚਲੋ ਬੇਟਾ ਇਹ ਤਾਂ ਹੋਰ ਵੀ ਵਧੀਆ ਗੱਲ ਆ। ਹੋਰ ਡੈਡੀ ਜੀ ਵੀਰ ਜੀ ਦਾ ਕੰਮ ਕਿਵੇਂ ਚੱਲਦਾ? ਉਹਦਾ ਕੰਮ? ਇੱਕ ਮਿੰਟ ਇੱਧਰ ਆ ਕੇ ਮੇਰੀ ਗੱਲ ਸੁਣਿਆ ਜੀ। ਹਾਂ ਸੁਣਦਾ ਪੁੱਤਰ ਜੀ, ਆਇਆ ਮੈਂ। ਸ਼ੁਭਨੀਤ ਪੁੱਤ ਮੈਂ ਨਾ ਤੇਰੇ ਡੈਡੀ ਨੂੰ ਕੰਮ ਭੇਜਤਾ, ਹੁਣ ਤੂੰ ਆਪੇ ਗੱਲ ਕਰ ਲਈ, ਮੇਰੇ ਤੋਂ ਨਹੀਂ ਗੱਲ ਕਰਵਾਉਣੀ ਪੁੱਤ। ਮੰਮੀ ਤੁਸੀਂ ਕਾਹਦੇ ਵਾਸਤੇ ਟੈਨਸ਼ਨ ਪਾਈ ਆ, ਆਹ ਚਾਹ ਦਿੰਦੇ ਦਿੰਦੇ ਨਾ ਮੈਂ ਆਪੇ ਹੀ ਸਾਰੀ ਗੱਲ ਨਿਬੇੜ ਦੇਣੀ ਆ। ਆ ਲਓ ਵੀਰ ਜੀ ਚਾਹ, ਦੁੱਧ 'ਚ ਪੱਤੀ ਪਾ ਕੇ ਲੈ ਕੇ ਆਈ ਹਾਂ। ਮੈਂ ਸੁਣਿਆ ਵੀਰ ਜੀ ਤੁਸੀਂ ਨਵੀਂ ਗੱਡੀ ਲੈ ਰਹੇ ਹੋ। ਹਾਂ ਭੈਣੇ, ਆ ਗੱਡੀ ਤੋਂ ਨਾ ਪੁਰਾਣੇ ਤੋਂ ਦਿਲ ਜਾ ਕੇ ਗਿਆ, ਮੈਂ ਸੋਚਿਆ ਨਵੀਂ ਵੀ ਲੈ ਲਈਏ। ਚਲੋ ਵਧੀਆ,
ਵੀਰ ਜੀ, ਇੱਕ ਗੱਲ ਕਰਨੀ ਸੀ ਤੁਹਾਡੇ ਨਾਲ, ਪਰ ਸਮਝ ਨਹੀਂ ਲੱਗਦੀ ਵੀ ਕਿਵੇਂ ਕਰਾਂ। ਕਿਵੇਂ ਕਰਾਂ, ਇਹਦਾ ਕੀ ਮਤਲਬ ਹੈ? ਉਹ ਭੈਣੇ, ਤੁਸੀਂ ਬੇਝਿਜਕ ਹੋ ਕੇ ਗੱਲ ਕਰੋ। ਵੀਰ ਜੀ, ਸਾਨੂੰ ਨਾ ਥੋੜੀ ਥੋੜੀ ਜਿਹੀ ਹੈਲਪ ਦੀ ਜ਼ਰੂਰਤ ਹੈ। ਸਾਨੂੰ ਨਾ ਥੋੜੇ ਜਿਹੇ ਪੈਸੇ ਚਾਹੀਦੇ ਨੇ। ਹੁਣ ਨਾ ਇਹਨਾਂ ਨੇ ਕੰਮ ਚੇਂਜ ਕਰਨਾ, ਜਿਹੜਾ ਇਹ ਕੰਮ ਕਰ ਰਹੇ ਨੇ ਉਹਦੇ ਵਿੱਚੋਂ ਕੁਛ ਬਚਦਾ ਬਚਾਉਣਾ ਤਾਂ ਹੈ ਨਹੀਂ। ਇਹਨਾਂ ਨੇ ਤਾਂ ਮੈਨੂੰ ਬਥੇਰਾ ਮਨਾ ਕੀਤਾ ਵੀ ਕੀ ਆਪਾਂ ਪ੍ਰਾਹੁਣੇ ਤੋਂ ਪੈਸੇ ਮੰਗਦੇ ਚੰਗੇ ਲੱਗਦੇ ਆ। ਫਿਰ ਮੈਂ ਹੀ ਕਿਹਾ ਵੀ ਜੇ ਤੁਹਾਡੇ ਤੋਂ ਗੱਲ ਨਹੀਂ ਹੁੰਦੀ ਮੈਂ ਗੱਲ ਕਰ ਲੈਂਦੀ ਹਾਂ। ਨਾਲੇ ਵੀਰ ਜੀ, ਤੁਸੀਂ ਤਾਂ ਸਾਡੇ ਘਰ ਦੇ ਹੋ, ਤੁਸੀਂ ਸਾਨੂੰ ਥੋੜਾ ਜਵਾਬ ਦਿਓਗੇ। ਨਾਲੇ ਬਥੇਰੇ ਪੈਸੇ ਦਿੱਤੇ ਨੇ ਰੱਬ ਨੇ ਤੁਹਾਨੂੰ। ਨਾ ਵੀਰ ਜੀ, ਤੁਸੀਂ ਕਿਹੜੀਆਂ ਸੋਚਾਂ 'ਚ ਡੁੱਬਦੇ? ਮੈਂ ਕਦੋਂ ਦੀ ਇਕੱਲੀਏ ਬੋਲੀ ਜਾਂਦੀ ਹਾਂ, ਤੁਸੀਂ ਕਿਸੇ ਗੱਲ ਦਾ ਹੰਗਾਰਾ ਹੀ ਨਹੀਂ ਭਰਦੇ। ਮੈਨੂੰ ਤਾਂ ਐਂ ਲੱਗਦਾ ਵੀ ਤੁਹਾਡੇ ਕੰਨਿਓ ਜਵਾਬ ਹੀ ਆ। ਜੇ ਤੁਸੀਂ ਕਿਸੇ ਨੂੰ ਪੁੱਛਣਾ ਪਛਾਉਣਾ, ਉਹਨਾਂ ਨੂੰ ਪੁੱਛ ਕੇ ਫੇਰ ਦੇ ਦਿਓ ਤੁਸੀਂ ਜਵਾਬ। ਨਾ ਨਾ ਭੈਣੇ, ਇਹ 'ਚ ਪੁੱਛਣਾ ਪਛਾਉਣਾ ਕਿਹਨੂੰ ਹੈ ਕਿਸੇ ਤੋਂ? ਤੁਹਾਨੂੰ ਪੈਸੇ ਚਾਹੀਦੇ ਨੇ, ਤੁਸੀਂ ਦੱਸੋ ਕਿੰਨੇ ਕੁ ਚਾਹੀਦੇ ਨੇ? ਜ਼ਿਆਦਾ ਪੈਸੇ ਨਹੀਂ ਚਾਹੀਦੇ ਵੀਰ ਜੀ, ਬਸ 1 ਲੱਖ ਹੀ ਚਾਹੀਦਾ। ਬਸ 1 ਲੱਖ? ਉਹ ਇਹ ਵੀ ਕੋਈ ਵੱਡੀ ਗੱਲ ਹੈ? ਤੁਸੀਂ 2 ਲੱਖ ਲੈ ਲਓ। ਮੈਂ ਕੱਲ ਪਰਸੋਂ ਨੂੰ ਸ਼ੈਲੀ ਨੂੰ ਤਾਂ ਨਾਲ ਲੈ ਕੇ ਆਉਣਾ, ਨਾਲ ਮੈਂ ਰੁਪਈਏ ਚੱਕ ਲਿਆਉਂਗਾ। ਭੈਣੇ, ਸੰਗਨ ਸੁੰਗਨ ਦੀ ਲੋੜ ਨਹੀਂ, ਜੇ ਮੇਰੇ ਲਾਇਕ ਕੋਈ ਸੇਵਾ ਹੋਰ ਹੈ ਨਾ ਉਹ ਵੀ ਦੱਸ ਦਿਓ। ਦੇਖਿਆ ਮੰਮੀ, ਵੀਰ ਜੀ ਕਿੰਨੇ ਚੰਗੇ ਆ। ਮੰਗਿਆ ਆਪਾਂ ਨੇ 1 ਲੱਖ ਤੇ ਵੀਰ ਜੀ 2 ਲੱਖ ਰੁਪਇਆ ਦੇ ਰਹੇ ਨੇ। ਪੁੱਤ, ਤੂੰ ਚਾਹ ਤਾਂ ਪੀ ਲਾ, ਠੰਡੀ ਹੋ ਗਈ। ਨਾਲੇ ਤਾਂ ਫਿਕਰ ਨਾ ਕਰੀ, ਜਦੋਂ ਸਾਡਾ ਕੰਮ ਚੱਲ ਪਿਆ ਨਾ ਤੈਨੂੰ ਉਹਦੀ ਪੈਸੇ ਮੋੜ ਦਾਂਗੇ। ਉਹ ਕੋਈ ਗੱਲ ਨਹੀਂ ਮੰਮੀ ਜੀ, ਕੋਈ ਟੈਨਸ਼ਨ ਨਹੀਂ, ਜਦੋਂ ਮਰਜ਼ੀ ਮੋੜ ਦਿਓ। ਪੁੱਤ, ਤੇਰੇ ਵਰਗਾ ਜਮਾਈ ਤਾਂ ਨਾ ਰੱਬ ਸਭ ਨੂੰ ਦੇਵੇ। ਚੰਗਾ ਮੰਮੀ ਜੀ, ਹੁਣ ਮੈਂ ਚੱਲਦਾ। ਮੈਨੂੰ ਨਾ ਸ਼ੈਲੀ ਡੀਕਦੀ ਹੋਣੀ ਹੈ, ਨਾਲੇ ਪੈਸੇ ਮੈਂ ਕੱਲ ਪਰਸੋਂ ਨੂੰ ਹੀ ਦੇ ਜੂੰਗਾ। ਦੇਖਿਆ ਮੰਮੀ ਜੀ, ਇਹਨੂੰ ਕਹਿੰਦੇ ਆ ਦਿਮਾਗ। ਉਹ ਤੁਹਾਡੇ ਤੋਂ ਨਹੀਂ ਹੋਣੀ ਸੀ ਕੋਈ ਗੱਲ, ਇਹ ਤਾਂ ਜਿਹੜੇ ਆ ਪੈਸੇ ਵੀ ਆ ਰਹੇ ਹਨ, ਇਹ ਮੇਰੇ ਕਰਕੇ ਹੀ ਆ ਰਹੇ ਆ। ਠੀਕ ਆ ਠੀਕ ਆ, ਨਹੀਂ ਪੈਸੇ ਤਾਂ ਆ ਰਹੇ ਨੇ, ਇਹਨਾਂ ਨੂੰ ਮੋੜਨ ਦਾ ਵੀ ਸੋਚ ਲਈ। ਲੈ, ਮੋੜਨ ਦੀ ਕੀ ਲੋੜ ਆ ਮੰਮੀ, ਬਥੇਰੀ ਮਾਇਆ ਇਹਨਾਂ ਕੋਲੇ। ਉਹ 2 ਲੱਖ ਨਾਲ ਇਹਨਾਂ ਨੂੰ ਕੀ ਫਰਕ ਪੈਣ ਲੱਗਿਆ? ਹੁਣ ਤਾਂ ਨਾ ਤੁਸੀਂ ਬਸ ਇਹ ਸੋਚੋ ਵੀ ਇਹ ਪੈਸੇ ਆਪਾਂ ਖਰਚਣੇ ਕਿੱਥੇ ਕਿੱਥੇ ਆ। ਲਿਆਓ। ਕੀ? ਮੇਰਾ ਗਿਫਟ। ਗਿਫਟ? ਭੁੱਲ ਗਏ, ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੇਰਾ ਬਰਥਡੇ ਆ ਰਿਹਾ ਤੇ ਮੈਨੂੰ ਗਿਫਟ ਚਾਹੀਦਾ। ਓ ਅੱਛਾ ਅੱਛਾ, ਤੇਰੇ ਜਨਮ ਦਿਨ ਵਾਲਾ ਗਿਫਟ। ਸੋਰੀ ਯਾਰ, ਮੇਰੇ ਤਾਂ ਨਾ ਦਿਮਾਗ ਚੋਂ ਹੀ ਨਿਕਲ ਗਿਆ। ਆਈ ਕਿਵੇਂ ਦਿਮਾਗ ਚੋਂ ਨਿਕਲ ਸਕਦਾ? ਆਈ ਵਾਰ ਤਾਂ ਤੁਸੀਂ ਮੈਨੂੰ ਕੋਈ ਨਾ ਕੋਈ ਗਿਫਟ ਲੈ ਕੇ ਦਿੰਦੇ ਹੋ ਤੇ ਇਸ ਵਾਰ ਦਿਮਾਗ ਚੋਂ ਨਿਕਲ ਗਿਆ। ਉਹ ਗੁੱਸੇ ਕਿਉਂ ਹੁੰਨੀ ਹੈ, ਲਿਆ ਦੂੰਗਾ, ਜਨਮ ਦਿਨ ਤੋਂ ਬਾਅਦ ਲਿਆ ਦੂੰਗਾ। ਲੈ, ਆਹ ਕੀ ਗੱਲ ਬਣੀ? ਅਖੇ ਜਨਮ ਦਿਨ ਤੋਂ ਬਾਅਦ ਲਿਆ ਦੂੰਗਾ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਹੁਣੇ ਚਾਹੀਦਾ।
ਮੰਗਲ ਸੂਤਰ ਮੇਰਾ ਗਿਫਟ ਆ। ਹਾਂ ਪਸੰਦ ਆ ਤੈਨੂੰ? ਬਹੁਤ ਸੋਹਣਾ। ਮਜ਼ਾਕ ਕਰਦੇ ਸੀ ਨਾ ਮੈਨੂੰ, ਤੁਹਾਨੂੰ ਯਾਦ ਸੀ ਮੇਰੇ ਜਨਮ ਦਿਨ ਦਾ? ਕੁਛ ਵੀ ਆ, ਗਿਫਟ ਤੁਹਾਡਾ ਬੜਾ ਸੋਹਣਾ। ਸ਼ੈਲੀ ਮੇਰਾ ਫੋਨ ਫੜਾ ਹੀ ਚਾਰਜਿੰਗ ਤੋਂ। ਇੰਨੀ ਰਾਤ ਨੂੰ ਕਿਹਦਾ ਫੋਨ ਆ ਗਿਆ? ਉਸੇ ਫੜਾਵੇਂਗੀ ਤਾਂ ਹੀ ਦੇਖੂੰਗਾ ਕਿਸਦਾ। ਇੱਕ ਮਿੰਟ ਫੜਾਉਣੀ ਆ। ਆ ਦੇਖਿਓ ਜੀ ਕਿਹਦਾ। ਭਾਜੀ ਫੈਕਟਰੀ ਨੂੰ ਅੱਗ ਲੱਗ ਗਈ ਆ, ਬਹੁਤ ਨੁਕਸਾਨ ਹੋ ਗਿਆ, ਤਾਰਾਂ ਸ਼ੋਟ ਹੋ ਗਈਆਂ ਸੀ। ਰਾਜ ਉਹ ਕੀ ਹੋ ਗਿਆ, ਇਹਨੇ ਸ਼ੋਕਡ ਜੇ ਕਿਉਂ ਹੋ ਗਏ? ਗੱਲ ਦੱਸੋ ਗੱਲ ਕੀ ਆ, ਕਿਹਦਾ ਫੋਨ ਆਇਆ ਸੀ ਦੱਸੋ ਨਾ ਮੈਨੂੰ, ਕਿਉਂ ਸੁਣਦੇ ਜੇ ਹੋ ਗਏ, ਬੋਲੋ ਹੁਣ। ਸ਼ੈਲੀ ਫੈਕਟਰੀ। ਕੀ ਫੈਕਟਰੀ? ਸਭ ਕੁਝ ਚੱਲ ਕੇ ਤਬਾਹ ਹੋ ਗਿਆ, ਮੇਰੀ ਫੈਕਟਰੀ ਨੂੰ ਅੱਗ ਲੱਗ ਗਈ। ਕੀ ਕਿਹਾ? ਮੈਂ ਕਿਸੇ ਪਾਸੇ ਜੋਗਾ ਨਹੀਂ ਰਿਹਾ ਸ਼ੈਲੀ, ਮੇਰੀ ਸਾਰੀ ਉਮਰ ਦੀ ਮਿਹਨਤ ਕੀਤੀ ਸਵਾਹ ਹੋ ਗਈ। ਜੀ ਹੌਸਲਾ ਰੱਖੋ, ਸਭ ਕੁਛ ਠੀਕ ਹੋ ਜੂਗਾ। ਹੁਣ ਕੁਛ ਨਹੀਂ ਠੀਕ ਹੁੰਦਾ। ਭਾਬੀ ਦਾ ਫੋਨ। ਹੈਲੋ। ਹੈਲੋ ਸ਼ੈਲੀ, ਇੱਕ ਹਫ਼ਤਾ ਹੋ ਗਿਆ, ਤੁਸੀਂ ਆਏ ਕਿਉਂ ਨਹੀਂ? ਕੀ ਗੱਲ ਭਾਬੀ, ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਹਾਨੂੰ ਪਤਾ ਨਹੀਂ? ਆਵਾਜ਼ ਨਹੀਂ ਆ ਰਹੀ, ਜੇ ਤੁਹਾਨੂੰ ਮੇਰੀ ਆਵਾਜ਼ ਸੁਣਦੀ ਆ ਨਾ ਤਾਂ ਆ ਜਾਓ, ਅਸੀਂ ਉਡੀਕ ਰਹੇ ਹਾਂ ਤੁਹਾਨੂੰ। ਹੈਲੋ ਹੈਲੋ ਭਾਬੀ। ਸਭ ਜਾਣਦੀ ਆ ਮੈਂ, ਫੈਕਟਰੀ ਨੂੰ ਹੀ ਅੱਗ ਲੱਗੀ ਆ, ਉਹ ਨਾਲੇ ਪੈਸੇ ਤਾਂ ਤੁਹਾਡੇ ਅਕਾਊਂਟਾਂ 'ਚ ਹੀ ਪਏ ਨੇ, ਨਾਲੇ ਵੱਡੇ ਲੋਕ ਹੋ, ਇਹੋ ਜਿਹੇ ਛੋਟੇ ਮੋਟੇ ਨਫੇ ਨੁਕਸਾਨ ਤਾਂ ਚੱਲਦੇ ਹੀ ਰਹਿੰਦੇ ਨੇ। ਫੋਨ ਹੀ ਕੱਟਤਾ, ਸਾਡੇ ਤੇ ਏਡੀ ਬਿਪਤਾ ਪਈ ਆ ਤੇ ਭਾਬੀ ਨੂੰ। ਵੀਰ ਜੀ ਫੈਕਟਰੀ ਦਾ ਕਾਫੀ ਨੁਕਸਾਨ ਹੋ ਗਿਆ, ਸੁਣ ਕੇ ਬੜਾ ਦੁੱਖ ਹੋਇਆ। ਭਾਬੀ ਪੁੱਛੋ ਨਾ, ਕੁਛ ਵੀ ਨਹੀਂ ਬਚਿਆ। ਚੱਲ ਕੋਈ ਗੱਲ ਨਹੀਂ, ਵੀਰ ਜੀ ਤਾਂ ਬਹੁਤ ਮਿਹਨਤੀ ਨੇ, ਦੁਬਾਰੇ ਫੇਰ ਸਾਰਾ ਕੁਛ ਨਵੇਂ ਸਿਰੇ ਤੋਂ ਬਣਾ ਲੈਣਗੇ। ਇੱਕ ਆ ਤੇਰਾ ਵੀਰਾ ਬਸ ਇਹੀ ਨਹੀਂ ਕੁਛ ਕਰਕੇ ਰਾਜੀ। ਸ਼ੁਭਨੀਤ ਪੁੱਤ ਚਾਹ ਪਾਣੀ ਦਾ ਬਣਾ ਲਿਆ? ਲੈ ਆਉਣੀ ਆ ਮੰਮੀ, ਕਾਹਲੀ ਕਾਹਲੀ ਆ। ਵੀਰ ਜੀ ਮੇਰੀ ਗੱਲ ਸੁਣੋ, ਘੁਮਾ ਫਿਰਾ ਕੇ ਤਾਂ ਮੈਨੂੰ ਗੱਲ ਕਰਨੀ ਨਹੀਂ ਆਉਂਦੀ, ਆਪਣੇ 'ਚ ਜਿਹੜੀ ਗੱਲ ਹੋਈ ਸੀ ਵੀ ਤੁਸੀਂ ਸਾਨੂੰ 2 ਲੱਖ ਰੁਪਇਆ ਦਿਓਗੇ, ਉਹ ਦੇ ਦਿਓ ਤਾਂ ਕਿ ਅਸੀਂ ਵੀ ਆਪਦਾ ਕੰਮ ਚਲਾ ਲਈਏ। ਮੰਮੀ ਕਹੋ ਤੁਸੀਂ ਵੀਰ ਜੀ ਨੂੰ ਵੀ ਦੇ ਦੇਣਾ ਆਪਾਂ ਨੂੰ ਪੈਸੇ।
ਆਹੋ ਪੁੱਤ, ਅਸੀਂ ਤਾਂ ਆਪ ਤੁਹਾਡੀ ਆਸਤੇ ਬੈਠੇ ਹਾਂ। ਮੰਮੀ ਮੰਮੀ, ਸਾਡਾ ਕਿੱਡਾ ਦਾ ਨੁਕਸਾਨ ਹੋ ਗਿਆ, ਤੁਹਾਨੂੰ ਸਾਰੀ ਗੱਲ ਦਾ ਤਾਂ ਪਤਾ ਹੈ, ਭੈਣੇ ਤੁਸੀਂ ਫਿਰ ਵੀ ਸਾਡੇ ਤੋਂ ਹੀ ਪੈਸੇ ਮੰਗੀ ਜਾਂਦੇ ਹੋ। ਭਾਈ ਗੁੱਸਾ ਤਾਂ ਕਰਿਓ ਨਾ, ਇਹੋ ਜਿਹੇ ਛੋਟੇ ਮੋਟੇ ਨੁਕਸਾਨ ਤਾਂ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ, ਆ 2 ਲੱਖ ਰੁਪਈਆ ਤਾਂ ਤੁਸੀਂ ਸਾਨੂੰ ਦੇ ਹੀ ਸਕਦੇ ਹੋ। ਮੈਂ ਕੁਛ ਗਲਤ ਤਾਂ ਕਿਹਾ ਨਹੀਂ, ਆ ਮੇਰੀ ਸਹੇਲੀ ਦੇ ਘਰ ਵਾਲੇ ਨਾਲ ਨਾ ਸੇਮ ਏਦਾਂ ਹੀ ਹੋ ਗਿਆ ਸੀਗਾ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ, ਸਗੋਂ ਉਹਨਾਂ ਨੇ ਨਾ 2 ਫੈਕਟਰੀਆਂ ਹੋਰ ਲਾ ਲਈਆਂ ਨਵੀਆਂ। ਉਹ ਬਸ ਕਰ ਭੈਣੇ, ਸਭ ਦਾ ਨਾ ਆਪੋ ਆਪਣਾ ਹਿਸਾਬ ਹੁੰਦਾ, ਕਿਸੇ ਨੂੰ ਫਰਕ ਪੈਂਦਾ ਕਿਸੇ ਨੂੰ ਨਹੀਂ। ਤੁਹਾਨੂੰ ਇਹ ਗੱਲ ਦਾ ਪਤਾ ਹੈ, ਜਿਹੜਾ ਮੇਰਾ ਫੈਕਟਰੀ ਦੇ ਵਿੱਚ ਨੁਕਸਾਨ ਹੋਇਆ ਉਹਦਾ ਮੇਰਾ ਕੋਈ ਇੰਸ਼ੋਰੈਂਸ ਨਹੀਂ ਹੋਇਆ ਹੋਇਆ, ਉਹ ਸਾਰੀ ਭਰਪਾਈ ਮੈਂ ਆਪਦੇ ਪੱਲਿਓਂ ਭਰਨੀ ਹੈ। ਇਹਦਾ ਮਤਲਬ ਤਾਂ ਇਹੀ ਆ ਵੀ ਹੁਣ ਤੂੰ ਸਾਨੂੰ ਪੈਸਿਆਂ ਨੂੰ ਜਵਾਬ ਦੇ ਰਿਹਾ। ਕਮਾਲ ਹੈ ਭੈਣੇ ਤੇਰੀ, ਹੁਣ ਤੂੰ ਸਿੱਧਾ ਵੀਰ ਜੀ ਤੋਂ ਤੂੰ ਤੜਕੇ ਤੇ ਆ ਗਈ। ਉਹ ਮੇਰਾ ਇੰਨਾ ਨੁਕਸਾਨ ਹੋ ਗਿਆ, ਤੁਸੀਂ ਮੇਰਾ ਸਾਥ ਦੇਣ ਦੀ ਬਜਾਏ ਮੇਰੇ ਤੋਂ ਹੀ ਪੈਸੇ ਭਾਲਦੇ ਹੋ। ਇਹ ਤਾਂ ਹੁਣ ਤੁਸੀਂ ਸਾਰੇ ਡਰਾਮੇ ਕਰ ਰਹੇ ਹੋ, ਪੈਸੇ ਨਾ ਦੇਣ ਲਈ ਨਾ ਸਾਡੇ ਵਾਲੀ ਹੁਣ ਤੁਹਾਡੀ ਫੈਕਟਰੀ ਨੂੰ ਅੱਗ ਲੱਗ ਗਈ। ਮੰਮੀ ਭੈਣ ਕਿਵੇਂ ਅਵਾ ਤਵਾ ਬੋਲੀ ਜਾਂਦੀ ਹੈ, ਤੁਸੀਂ ਕੁਛ ਇਹਨੂੰ ਕਹਿ ਨਹੀਂ ਰਹੇ, ਚੁੱਪ ਕਰਕੇ ਸੁਣੀ ਜਾਂਦੇ ਹੋ। ਇਹਨੂੰ ਹੁਣ ਪੁੱਤ ਮੈਂ ਕੀ ਕਹਾਂ, ਇਹ ਤਾਂ ਤੂੰ ਪੈਸੇ ਨਹੀਂ ਹਾਮੀ ਭਰਨ ਤੋਂ ਪਹਿਲਾਂ ਸੋਚਣਾ ਸੀ। ਮੰਮੀ ਤੁਸੀਂ ਇਹ ਗੱਲ ਤਾਂ ਸੋਚੋ, ਪਹਿਲਾਂ ਮੈਂ ਆਪਦੀ ਫੈਕਟਰੀ ਖੜੀ ਕਰੂੰਗਾ ਕਿ ਪੈਸੇ ਤੁਹਾਨੂੰ ਦੇਊਂਗਾ। ਮੰਮੀ ਇਹਨੂੰ ਕਹਿਣ ਦਾ ਕੁਛ ਫਾਇਦਾ ਨਹੀਂ, ਇਹਦਾ ਤਾਂ ਹੁਣ ਸਾਫ਼ ਸਾਫ਼ ਜਵਾਬ ਆ, ਕਿੱਥੋਂ ਆਪਾਂ ਇਹ ਮਲੰਗ ਤੋਂ ਪੈਸੇ ਮੰਗ ਬੈਠੇ। ਸ਼ੈਲੀ ਤੂੰ ਚੁੱਪ ਕਰਕੇ ਸੁਣੀ ਜਾਂਦੀ ਹੈ, ਇਹ ਮੇਰੀ ਬੇਇੱਜ਼ਤੀ ਤੇ ਬੇਇੱਜ਼ਤੀ ਕਰੀ ਜਾਂਦੀਆਂ ਨੇ। ਨਾ ਸ਼ੈਲੀ ਤੇ ਕੀ ਰੋਹ ਮਾਰਦਾ, ਗੱਲ ਆਪਣੇ ਚ ਹੋਈ ਆ, ਇਹਨੂੰ ਕਿਉਂ ਵਿੱਚ ਖੜੀਸੀ ਜਾਂਦਾ। ਬਸ ਬਹੁਤ ਹੋ ਗਿਆ ਸ਼ੈਲੀ, ਤੂੰ ਚੱਲਣਾ ਕਿ ਜਾਂ ਉਰੀ ਰਹਿਣਾ। ਮਰਜ਼ੀ ਹੈ ਤੇਰੀ। ਰੁਕੋ ਜੀ, ਮੈਂ ਤੁਹਾਡੇ ਨਾਲ ਹੀ ਚੱਲੂੰਗੀ। ਉਸ ਦਿਨ ਤਾਂ ਤੇਰੇ ਕੋਲ ਉਹ ਚੁੱਪ ਨਹੀਂ ਕਰਵਾ ਹੋਈ ਆ, ਹੁਣ ਕੀ ਕਰ ਲੇਂਗੀ ਤੂੰ? ਕਰਦੀ ਆ ਤੂੰ ਮੇਰੇ ਭਰਾ ਦੀ ਫਿਕਰ, ਪਤਾ ਨਹੀਂ ਉਹਨਾਂ ਨੇ ਕਿਹੋ ਜਿਹੀ ਅੱਖ ਰੱਖੀ ਸੀ ਮੇਰੇ ਭਰਾ ਦੇ ਪੈਸਿਆਂ ਤੇ, ਨਾ ਤਾਂ ਉਸ ਤੋਂ ਬਾਅਦ ਮੇਰੇ ਭਰਾ ਦੀ ਫੈਕਟਰੀ ਚੱਲੀ ਹੈ, ਨਾ ਤਾਂ ਕੋਈ ਕੰਮ। ਜਿਹੜਾ ਉਹਨੇ ਆਪਦੇ ਆਪ ਨੂੰ ਪੀਣ ਦਾ ਰੋਗ ਲਾਇਆ ਉਹ ਲੈਦਾ, ਪੈਸਿਆਂ ਨਾਲ ਰਿਸ਼ਤੇ ਵਰਤੇ ਜਾਂਦੇ ਨੇ, ਇਹ ਤੇਰੀ ਮਾਂ ਤੇ ਤੇਰੀ ਭਰਜਾਈ ਤੋਂ ਪਤਾ ਲੱਗਿਆ। ਜਿਹਦੇ ਕੋਲ ਤਾਂ ਪੈਸੇ ਨੇ ਉਹਦੀ ਤਾਂ ਵਾਹ ਵਾਹ, ਤੇ ਜਿਹਦੇ ਕੋਲ ਪੈਸੇ ਨਹੀਂ ਹੈ ਉਹਨੂੰ ਕਿਵੇਂ ਲਾ ਕੇ ਸੁੱਟਿਆ ਜਾਂਦਾ? ਛੀ, ਮੈਨੂੰ ਤਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ। ਮੈਂ ਹੈਰਾਨ ਆ ਵੀ ਤੇਰੇ ਛੋਟੇ ਭਰਾ ਨੂੰ ਰਿਸ਼ਤਾ ਹੋ ਕਿਵੇਂ ਗਿਆ, ਜਿਹੋ ਜਿਹੀ ਤੇਰੀ ਭਰਜਾਈ ਹੈ ਨਾ ਉਹਨੇ ਨੀ ਕਿਸੇ ਨਾਲ ਕੱਟਣਾ, ਨਾਲੇ ਪਤਾ ਵੀ ਸਾਰਿਆਂ ਨੂੰ ਆ, ਮੈਨੂੰ ਤਾਂ ਇਹੀ ਚੀਜ਼ ਦੀ ਸਮਝ ਨਹੀਂ ਆਈ ਤੁਹਾਨੂੰ ਕੁੜੀ ਦੇ ਕਿਹਨੇ ਦਿੱਤੀ। ਜਾਂ ਫਿਰ ਮੈਂ ਇਹ ਕਹਾਂ ਵੀ ਕੁੜੀ ਵਾਲੇ ਨੂੰ ਪਤਾ ਹੀ ਨਹੀਂ ਹੋਣਾ ਤੁਹਾਡੇ ਰੰਗਾਂ ਢੰਗਾਂ ਦਾ। ਚੱਲ ਮੈਂ ਕੀ ਲੈਣਾ, ਪਰ ਮੈਂ ਤੈਨੂੰ ਇੱਕੋ ਹੀ ਗੱਲ ਕਹੂੰ, ਮੇਰੇ ਭਰਾ ਨੂੰ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ। ਤੇ ਦੂਜਾ, ਆਪਦੀ ਘਰ ਦੀ ਚਾਦਰ ਦੇਖ ਕੇ ਪੈਰ ਵਸਾਰੀ ਤੇ ਫਾਲਤੂ ਖਰਚੇ ਕਰਨ ਦੀ ਕੋਈ ਲੋੜ ਨਹੀਂ।
ਮੰਮੀ ਕੀ ਆ ਬਣਾਉਂਦੀ ਸਾਰੇ ਰਾਹ ਤੁਸੀਂ ਮੈਨੂੰ ਬੋਲਦੇ ਆਏ ਹੋ, ਕਦੇ ਤਾਂ ਚੁੱਪ ਕਰ ਜਾਇਆ ਕਰੋ, ਨਹੀਂ ਤਾਂ ਚੱਲ ਅੰਦਰ, ਤੈਨੂੰ ਤਾਂ ਮੈਂ ਦੱਸਦੀ ਹਾਂ ਪਤਾ। ਬਿਨਾਂ ਮਤਲਬ ਤੋਂ ਮੈਨੂੰ ਬੋਲੀ ਜਾਂਦੀ ਆ। ਨਾ ਜਦੋਂ ਮੈਂ ਤੈਨੂੰ ਪਰਸ ਫੜਾਇਆ ਸੀ ਫਿਰ ਤਾਂ ਸਾਂਭਿਆ ਕਿਉਂ ਨੀ? ਮੰਮੀ ਮੈਨੂੰ ਤੁਸੀਂ ਨਹੀਂ ਫੜਾਇਆ, ਤੁਸੀਂ ਐਵੇਂ ਮੈਨੂੰ ਬੋਲੀ ਜਾਂਦੇ ਹੋ। ਮੇਰੇ ਨਾਲ ਸ਼ਵਨੀਤ ਚੰਗੀ ਤਰ੍ਹਾਂ ਯਾਦ ਆ, ਉਹ ਕੱਪੜੇ ਵਾਲੀ ਦੁਕਾਨ ਤੇ ਮੈਂ ਤੈਨੂੰ ਪਰਸ ਫੜਾਇਆ ਸੀ। ਮੈਨੂੰ ਤਾਂ ਯਾਦ ਨੀ ਤੁਸੀਂ ਮੈਨੂੰ ਕਦੋਂ ਫੜਾਇਆ। ਮੰਮੀ ਤੁਹਾਡੀ ਨਾ ਹੁਣ ਯਾਦਾਸ਼ਤ ਕਮਜ਼ੋਰ ਹੋ ਗਈ, ਯਾਦ ਤੁਹਾਨੂੰ ਨੀ ਰਹਿਣਾ, ਗਲੇ ਮੇਰੇ ਪਈ ਜਾਂਦੇ ਹੋ। ਦੁਕਾਨ ਤੇ ਬੈਠਿਆਂ ਤੁਸੀਂ ਮੇਰੀ ਬੇਇੱਜ਼ਤੀ ਕਰਾਈ, ਜਿਹੜਾ ਸੂਟ ਮੈਨੂੰ ਪਸੰਦ ਆਉਂਦਾ ਸੀਗਾ ਅਖੇ ਇਹਦਾ ਕੋਈ ਰੰਗ ਬਣਨਾ, ਇਹ ਕੋਈ ਸੂਟ ਆ? ਜਦੋਂ ਮੈਂ ਡਾਰਕ ਕਲਰ ਦੇ ਸੂਟ ਲੈਂਦੀ ਸੀ ਅਖੇ ਇਹ ਤਾਂ ਬਹੁਤ ਡਾਰਕ ਨੇ, ਇਹ ਤੇਰੇ ਕਿੱਥੋਂ ਚੰਗੇ ਲੱਗਣੇ ਆ? ਜੇ ਮੈਂ ਲਾਈਟ ਕਲਰ ਦੇ ਸੂਟ ਲੈਂਦੀ ਸੀ ਅਖੇ ਇਹ ਤਾਂ ਬੁੜੀਆਂ ਵਾਲੇ ਨੇ, ਤੈਨੂੰ ਕਿੱਥੇ ਜਚਣੇ ਆ? ਵਿੱਚ ਵਿਚਾਰੇ ਤਾਂ ਮੈਂ ਫਸ ਗਈ ਨਾ, ਨਾ ਮੈਨੂੰ ਡਾਰਕ ਲੈਣ ਦਿੱਤਿਆ ਨਾ ਮੈਨੂੰ ਲਾਈਟ ਲੈਣ ਦਿੱਤਿਆ। ਨਹੀਂ ਮੈਂ ਤੈਨੂੰ ਕੀ ਗਲਤ ਕਿਹਾ, ਤੇਰੀ ਤਾਂ ਪਸੰਦ ਜਮੀ ਘਟੀਆ ਵਾ, ਕੱਪੜਾ ਲੈਣਾ ਤਾਂ ਤੈਨੂੰ ਖਰੀਦਣਾ ਨਹੀਂ ਆਉਂਦਾ। ਉਹ ਜੇ ਮੇਰੀ ਪਸੰਦ ਇੰਨੀ ਘਟੀਆ ਨਾ ਤਾਂ ਤੁਸੀਂ ਆਪ ਹੀ ਖਰੀਦ ਲਿਆਉਂਦੇ ਕੱਪੜੇ, ਮੈਨੂੰ ਲਿਜਾਣ ਦੀ ਕੀ ਲੋੜ ਸੀ ਨਾਲ? ਨਹੀਂ ਤੂੰ ਤਾਂ ਬਿਲਕੁਲ ਸਹੀ ਕਿਹਾ, ਤੈਨੂੰ ਤਾਂ ਨਾਲ ਲਿਆ ਕੇ ਨਾ ਮੈਂ ਬਹੁਤ ਘਾਟੇ ਚ ਰਹੀ ਹਾਂ, ਹਲੇ ਤਾਂ ਮੈਂ ਉੱਥੇ ਆਪਦਾ ਪਰਸ ਖੋ ਲਿਆ, ਨਾਲੇ ਕੋਈ ਕੱਪੜਾ ਲੀੜਾ ਵੀ ਨਹੀਂ ਘਰੇ ਆਇਆ। ਨਹੀਂ ਤੈਨੂੰ ਨਾਲ ਲਿਜਾਣ ਵਾਲਾ ਤਾਂ ਨਾ ਵਧੀਆ ਸੀ, ਮੈਂ ਕੱਲੀਓ ਜਾ ਕੇ ਲੈ ਆਉਂਦੀ। ਨਾ ਫਿਰ ਚਲੇ ਜਾਂਦੇ, ਮੈਨੂੰ ਕਾਹਦੇ ਵਾਸਤੇ ਗੱਲਾਂ ਸੁਣਾਉਣ ਬੈਠੇ ਹੋ? ਮੰਮੀ ਵੈਸੇ ਪਰਸ ਚ ਪੈਸੇ ਕਿੰਨੇ ਕੁ ਸੀ? ਨਹੀਂ ਹੁਣ ਤੈਨੂੰ ਦੱਸਣ ਦਾ ਕੀ ਫਾਇਦਾ, ਉਹ ਤਾਂ ਚੋਰੀ ਹੋ ਗਏ, ਨਾਲੇ ਹੁਣ ਜਿਹੜੇ ਤੇਰੇ ਪਿਓ ਤੋਂ ਛਿੱਤਰ ਪੈਣੇ ਨੇ ਉਹ ਵਾਧੂ ਦੇ। ਫੇਰ ਵੀ ਮੰਮੀ ਮੈਨੂੰ ਤਾਂ ਦੱਸ ਦੋ, ਨਾਲੇ ਮੈਂ ਤੁਹਾਡੇ ਛਿੱਤਰ ਨਹੀਂ ਪੈਣ ਦਿੰਦੀ ਹੈਗੀ, ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਆ ਵੀ ਦੁਕਾਨ ਵਾਲੇ ਭਾਈ ਨਾਲ ਮੈਂ ਕਿੰਨਾ ਲੜੀ ਆ। ਹੈਗਾ ਸੀ ਕੋਈ 10,000 ਰੁਪਈਏ। 10,000? ਮੰਮੀ ਫੇਰ ਕਹਿੰਦੇ ਹੋ ਮੈਂ ਬੋਲਦੀ ਆ, ਇਹਦੇ ਵਿੱਚ ਨਾ ਸਭ ਤੋਂ ਵੱਡੀ ਅਣਗਹਿਲੀ ਤੁਹਾਡੀ ਹੈ, ਜੇ ਤੁਸੀਂ ਇੰਨੇ ਪੈਸੇ ਚੱਕਣੇ ਸੀ ਤਾਂ ਘਰੋਂ ਹੀ ਮੈਨੂੰ ਪਰਸ ਫੜਾ ਦਿੰਦੇ, ਘੱਟੋ ਘੱਟ ਪੈਸੇ ਚੋਰੀ ਤਾਂ ਨਾ ਹੁੰਦੇ। ਨਹੀਂ ਤੂੰ ਕੀ ਮੈਨੂੰ ਸਵਾਹ ਬਚਾਉਣਾ ਤੇਰੇ ਪਿਓ ਦੇ ਛਿੱਤਰਾਂ ਤੋਂ, ਤੂੰ ਤਾਂ ਮੈਨੂੰ ਆਪ ਹੀ ਬੋਲੀ ਜਾਂਦੀ ਹੈ। ਪਰ ਮੈਨੂੰ ਵੀ ਪੱਕਾ ਹੀ ਯਾਦ ਆ ਵੀ ਚਾਹ ਪੀਂਦੇ ਪੀਂਦੇ ਨਾ ਉਹ ਕੱਪੜੇ ਵਾਲੀ ਦੁਕਾਨ ਤੇ ਪਰਸ ਤਾਂ ਮੈਂ ਤੈਨੂੰ ਹੀ ਫੜਾਇਆ। ਉਹ ਮੇਰੀ ਮਾਂ ਆ ਲੈ ਆ ਪਿਆ ਲਫਾਫਾ, ਜੇ ਯਕੀਨ ਨਹੀਂ ਆਉਂਦਾ ਮੇਰੇ ਤੇ ਚੈੱਕ ਕਰ ਲਾ, ਐਵੇਂ ਮੈਨੂੰ ਫਸਾਈ ਜਾਂਦੀ ਆਪਦੀਆਂ ਗੱਲਾਂ ਚ। ਨਾ ਹੁਣ ਇਹਨੂੰ ਮੈਂ ਕੀ ਚੈੱਕ ਕਰਾਂ, ਉਹ ਜੇ ਕੁਛ ਇਹਦੇ ਚ ਹੁੰਦਾ ਤਾਂ ਦੁਕਾਨ ਤੇ ਹੀ ਨਾ ਨਿਕਲ ਆਉਂਦਾ। ਕੀ ਹੋ ਗਿਆ ਤੁਸੀਂ ਉੱਚੀ ਉੱਚੀ ਬੋਲਣ ਲੱਗੀ ਪਈ ਹੋ? ਕੁਛ ਨੀ ਜੀ ਕੁਛ ਨੀ, ਪਾਣੀ ਲਿਆਵਾਂ ਤੁਹਾਡੇ ਵਾਸਤੇ? ਉਹ ਪਾਣੀ ਬਾਅਦ ਚ, ਕੀ ਗੱਲ ਹੋ ਗਈ ਦੋਨਾਂ ਜਾਣੀਆਂ ਉੱਚੀ ਉੱਚੀ ਬੋਲਣ ਲੱਗੇ ਪਈਆਂ ਸੀ ਜੀ? ਉਹ ਤਾਂ ਬਾਜ਼ਾਰ ਚ। ਅੱਛਾ ਬਾਜ਼ਾਰ ਚ, ਕੱਪੜੇ ਪਿੱਛੇ ਹਜ਼ਾਰ ਰੁਪਈਆ ਆਵਾਂਗੀਆਂ, ਤੂੰ ਕਹਿੰਦੀ ਆ ਵੀ ਮੈਂ ਉਹ ਨਹੀਂ ਲੈਣਾ, ਉਹ ਕਹਿੰਦੀ ਮੈਂ ਉਹ ਨਹੀਂ ਲੈਣਾ, ਉਹ ਤਾਂ ਹੀ ਨਾ ਮੈਂ ਤੈਨੂੰ ਕਹਿਣਾ ਹੁੰਦਾ ਦੋਵੇਂ ਜਾਣੀਆਂ ਇਕੱਠੀਆਂ ਨਾ ਜਾਇਆ ਕਰੋ ਜੀ। ਉਹ ਗੱਲ ਨਹੀਂ ਹੈਗੀ। ਉਹ ਫੇਰ ਹੋਰ ਕੀ ਗੱਲ ਆ ਜੀ? ਜਿਹੜੇ ਨਾ ਤੁਸੀਂ ਮੈਨੂੰ ਸਵੇਰੇ ਪੈਸੇ ਦਿੱਤੇ ਸੀ ਉਹ ਮੈਂ ਪਰਸ 'ਚ ਪਾ ਕੇ ਲੈ ਗਈ। ਹਾਂ ਫੇਰ ਅੱਗੇ ਦੱਸ। ਫੇਰ ਕੀ, ਮੇਰਾ ਉਹ ਪਰਸ ਨਾ ਪੈਸਿਆਂ ਵਾਲਾ ਦੁਕਾਨ 'ਤੇ ਚੋਰੀ ਹੋ ਗਿਆ। ਹੈਂ, ਕੀ ਕਹਿ ਰਹੀ ਆ, ਚੋਰੀ ਹੋ ਗਿਆ? ਹਾਂਜੀ ਚੋਰੀ ਹੋ ਗਿਆ।
ਉਹ ਤੈਨੂੰ ਵੀ ਕੋਈ ਕੰਮ ਢੰਗ ਨਾ ਕਰਨਾ ਵਾ, ਜਦੋਂ ਦੇਖੋ ਨੁਕਸਾਨ ਤੇ ਨੁਕਸਾਨ ਕਰਾਉਂਦੀ ਰਹਿਣੀ ਆ। ਹੁਣ ਆਉਂਦਾ ਮਾਤਾ ਸਵਾਦ ਗਾਲਾਂ ਪੈਣ ਦਾ, ਤੈਨੂੰ 36 ਵਾਰੀ ਕਿਹਾ ਵੀ ਨਾ ਲਿਆ ਕਰ ਮੇਰੇ ਨਾਲ ਪੰਗੇ, ਐਵੇਂ ਤੇਰੇ ਤੇ ਹੀ ਭਾਰੀ ਪੈ ਜਾਂਦੇ ਨੇ, ਹੁਣ ਗਾਲਾਂ ਪਈ ਜਾਂਦੀਆਂ ਨੇ ਤੇਰੇ, ਉਹ ਵੀ ਕਿਹਦੇ ਪਿੱਛੇ, ਇੱਕ ਪਰਸ ਪਿੱਛੇ। ਪਰ ਮਾਤਾ ਪਰਸ ਨਹੀਂ ਚੋਰੀ ਹੋਇਆ, ਥੋੜ੍ਹਾ ਜਿਹਾ ਝੂਠ ਬੋਲ ਹੋ ਗਿਆ, ਦੇਖਾਂ ਤਾਂ ਸਹੀ ਪਰਸ 'ਚ ਕਿੰਨੇ ਕੁ ਪੈਸੇ ਨੇ। ਹਾਏ ਰੱਬਾ, ਇਹਦੇ 'ਚ ਤਾਂ ਕੋਈ ਪੈਸੇ ਨਹੀਂ ਹੈਗੇ। ਹਾਂ ਕੀ ਹੋ ਗਿਆ, ਮੇਰੀ ਕੀਤੀ ਮੇਰੇ 'ਤੇ ਹੀ ਭਾਰੀ ਪੈ ਗਈ, ਪੈਸੇ ਸੱਚੀ ਹੀ ਚੋਰੀ ਹੋ ਗਏ। ਸ਼ੈਲੀ, ਮੈਂ ਨਾ ਤੇਰੇ ਨਾਲ ਕੱਲ੍ਹ ਗੱਲ ਕਰਦਾ ਕਰਦਾ ਰਹਿ ਗਿਆ, ਉਹ ਭੈਣ ਬਿਨਾਂ ਮਿਲੀ ਚਲੀ ਗਈ, ਪਰ ਉਹਦਾ ਵੀ ਕੀ ਕਸੂਰ, ਮੈਂ ਹੀ ਕੰਮ ਤੋਂ ਲੇਟ ਆਇਆ ਸੀ। ਉਹ ਕੀ ਗੱਲ, ਹੁਣ ਐਂ ਮੂੰਹ ਫੁਲਾਇਆ, ਕੀ ਹੋ ਗਿਆ? ਪੈਸਿਆਂ ਦਾ ਹੋ ਗਿਆ ਇੰਤਜ਼ਾਮ? ਉਹ ਕਰਨ ਤਾਂ ਲੱਗਿਆ ਹੋਇਆ ਇੰਤਜ਼ਾਮ। ਨਾ ਕਦੋਂ ਕਰੋਗੇ, ਜਦੋਂ ਵਿਆਹ ਹੋ ਗਿਆ? ਐਵੇਂ ਕਿਉਂ ਵਾਧੂ ਦੇ ਸੁਪਨੇ ਦਿਖਾਈ ਜਾਂਦੇ ਹੋ? ਉਹ ਜੇ ਤੁਹਾਡੇ ਤੋਂ ਕੋਈ ਹੱਲ ਨਹੀਂ ਨਿਕਲ ਰਿਹਾ ਨਾ ਤਾਂ ਦੱਸ ਦਵੋ। ਸ਼ੈਲੀ, ਉਹ ਮੈਂ ਤੈਨੂੰ ਕੋਈ ਸੁਪਨਾ ਨਹੀਂ ਦਿਖਾਉਂਦਾ, ਜਦੋਂ ਮੈਂ ਤੇਰੇ ਨਾਲ ਇੱਕ ਵਾਰ ਵਾਅਦਾ ਹੀ ਕਰ ਲਿਆ ਵੀ ਤੇਰੇ ਮੈਂ ਸਾਰੇ ਚੋ ਪੂਰੇ ਕਰੂੰ ਤਾਂ ਕਰੂੰ। ਸਵਾਹ ਮੇਰੇ ਚੋ ਪੂਰੇ ਹੋਣੇ ਆ, ਉਹ ਮੇਰੇ ਸਾਰੇ ਚੋ ਤਾਂ ਤੁਹਾਡੀ ਭੈਣ ਨਹੀਂ ਮਾਰਦੇ। ਸ਼ੈਲੀ, ਉਹ ਗੱਲ ਆਪਣੇ 'ਚ ਹੋ ਰਹੀ ਹੈ, ਤੂੰ ਭੈਣ ਨੂੰ ਵਿੱਚ ਕਿੱਥੇ ਲੈ ਆਈ? ਨਾ ਭੈਣ ਭਰਾ ਬਾਰੇ ਕੁਛ ਸੁਣ ਕੇ ਰਾਜੀ ਆ ਤੇ ਨਾ ਭਰਾ ਭੈਣ ਬਾਰੇ। ਉਹ ਮੇਰੀ ਭੈਣ ਹੈ ਹੀ ਬਹੁਤ ਚੰਗੀ, ਨਾ ਤਾਂ ਉਹ ਕਿਸੇ ਨੂੰ ਮਾੜਾ ਕਹਿੰਦੀ ਹੈ ਤੇ ਨਾ ਹੀ ਕਹਾਉਂਦੀ ਹੈ। ਜੇ ਇਹ ਤਾਂ ਨਾ ਤੁਹਾਡੀ ਗਲਤ ਫਹਿਮੀ ਆ, ਚੰਗੀ ਹੋਊਗੀ ਤਾਂ ਤੁਹਾਡੀ ਨਜ਼ਰਾਂ 'ਚ ਹੀ ਹੋਊਗੀ, ਮੈਨੂੰ ਤਾਂ ਨਾ ਉਹ ਟਿੱਚ ਕਰਕੇ ਨਹੀਂ ਜਾਣਦੀ, ਨਾਲੇ ਜੇ ਉਹਦਾ ਵਸ ਚੱਲੇ ਨਾ ਉਹ ਤਾਂ ਆਪਣੇ ਦੋਵਾਂ ਦਾ ਨਾ ਤਲਾਕ ਕਰਵਾ ਦੇ। ਸ਼ੈਲੀ, ਤੂੰ ਮੇਰੀ ਭੈਣ ਲਈ ਬਕਵਾਸ ਨਾ ਕਰ। ਅੱਛਾ, ਉਹ ਤੁਹਾਡੇ ਘਰ ਵਾਲੇ ਨੂੰ ਕੁਛ ਵੀ ਕਹੀ ਚੱਲੇ ਤਾਂ ਤੁਸੀਂ ਸੁਣ ਲਓਗੇ, ਪਰ ਮੈਂ ਕੁਛ ਵੀ ਨਾ ਕਹਾ। ਆਪ ਤਾਂ ਕੱਲ ਤੁਸੀਂ ਚਲੇ ਗਏ ਕੰਮ ਤੇ ਪਿੱਛੋਂ ਗੱਲ ਪਾ ਕੇ ਮੇਰੇ ਆਪਦੀ ਭੈਣ ਆ, ਫਿਰ ਉਹਨੇ ਮੈਨੂੰ ਉਹ ਗੱਲਾਂ ਸੁਣਾਈਆਂ ਨੇ ਜਿਹੜੀਆਂ ਨਾ ਸੁਣਾਉਣੀਆਂ ਹੋਣ। ਮੈਨੂੰ ਤਾਂ ਇਹ ਗੱਲ ਨਹੀਂ ਸਮਝ ਲੱਗਦੀ, ਪਤਾ ਨਹੀਂ ਮੈਂ ਕਿਹਦਾ ਕੀ ਮਾੜਾ ਕੀਤਾ, ਜਿਹੜਾ ਨਾ ਮੈਨੂੰ ਪੇਕਿਆ ਕਰਨੀ ਹੋ ਸੁੱਖਾ ਤੇ ਨਾ ਸੋ ਰਿਹਾ ਕਰਨੀ ਹੋ, ਤੇ ਜਿਹਦਾ ਜਦੋਂ ਦਿਲ ਕਰਦਾ ਮੈਨੂੰ ਗੱਲਾਂ ਸੁਣਾ ਕੇ ਤੁਰ ਜਾਂਦਾ, ਤੇ ਮੇਰੇ ਵਰਗੀ
ਕਿਸੇ ਨੂੰ ਕੁਛ ਕਹਿ ਵੀ ਨਹੀਂ ਸਕਦੀ। ਕਿਉਂ, ਤੂੰ ਕਿਉਂ ਨਹੀਂ ਕਿਸੇ ਨੂੰ ਕੁਛ ਕਹਿਣ ਜੋਗੀ? ਤੂੰ ਕਹਿ ਲਿਆ ਕਰ ਜਿਹੜਾ ਕੁਛ ਤੈਨੇ ਕਹਿਣਾ ਹੁੰਦਾ। ਤੈਨੂੰ ਕਿਹੜਾ ਕਿਸੇ ਨੇ ਰੋਕਿਆ? ਪਰ ਗੱਲ ਦਾ ਨਾ ਵਿੱਚੋਂ ਇਹ ਹੈ, ਤੂੰ ਕਿਸੇ ਨੂੰ ਨਹੀਂ, ਤੂੰ ਮੈਨੂੰ ਹੀ ਗੱਲਾਂ ਸੁਣਾਉਣ ਜੋਗੀ ਹੈ। ਬੋਲੋ, ਮੈਨੂੰ ਹੀ ਬੋਲੋ। ਸਮਝ ਨਹੀਂ ਲਾ ਰਹੀ, ਮੈਂ ਆਪਦੇ ਭਰਾ ਦੇ ਵਿਆਹ ਦੇ ਚਾਹ ਕਰਾਂ ਜਾਂ ਰੋਣੇ ਧੋਣੇ? ਮੇਰੀ ਤਾਂ ਮੇਰਾ ਘਰ ਵਾਲਾ ਵੀ ਨਹੀਂ ਸੁਣਦਾ ਹੈਗਾ, ਹੋਰ ਕੌਣ ਸੁਣੂਗਾ? ਕੀ ਗੱਲ ਹੋ ਗਈ, ਐਂ ਉਦਾਸ ਜੇ ਕਿਉਂ ਬੈਠੇ ਹੋ? ਦੱਸੋਗੇ ਕੁਛ ਕੀ ਹੋ ਗਿਆ? ਇੱਕ ਕੱਪ ਚਾਹ ਬਣਾ ਕੇ ਲਿਆ ਦੇ। ਚਾਹ? ਉਹ ਸਵੇਰ ਦੇ ਤੁਸੀਂ ਚਾਹ ਹੀ ਪੀ ਜਾਂਦੇ ਹੋ, ਜਦੋਂ ਘਰੇ ਗੇੜਾ ਮਾਰਦੇ ਹੋ ਉਹਦੀ ਚਾਹ। ਸ਼ੈਲੀ ਬਣਾ ਦੇ ਚਾਹ, ਇੰਨੀ ਚਾਹ ਪੀ ਪੀ ਕੇ ਨਾ ਤੁਸੀਂ ਆਪਣੇ ਤੇਜ਼ਾਬ ਬਣਾ ਲੈਣਾ। ਉਹ ਤੇਜ਼ਾਬ ਬਣੂ ਮੇਰੇ ਬਣੂ, ਤੂੰ ਨਾ ਮੈਨੂੰ ਚੁੱਪ ਕਰਕੇ ਚਾਹ ਬਣਾ ਕੇ ਲਿਆ ਦੇ। ਕੋਈ ਵੀ ਨਾ ਭਲੇ ਦੀ ਗੱਲ ਕਹਿ ਲਓ ਤੁਹਾਨੂੰ, ਮੈਨੂੰ ਤਾਂ ਤੁਸੀਂ ਖਿਜ ਕੇ ਹੀ ਪੈਣਾ। ਲਿਆਉਣੀ ਆ ਬਣਾ ਕੇ ਚਾਹ। ਫੋਨ ਨਹੀਂ ਲੱਗਦਾ ਪਿਆ, ਮੈਨੂੰ ਲੱਗਦਾ ਇਹਦੇ ਨਾਲ ਨਾ ਜਾ ਕੇ ਗੱਲ ਕਰਨੀ ਪਊਗੀ। ਆ ਲਓ ਜੀ ਚਾਹ, ਮੈਂ ਐ ਕਹਿੰਦੀ ਸੀ। ਸ਼ੈਲੀ, ਮੈਨੂੰ ਨਾ ਕੰਮ ਯਾਦ ਆਇਆ, ਮੈਂ ਆਉਣਾ ਹੈ। ਲੈ ਚਾਹ, ਪਿੱਛੇ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ, ਹੁਣ ਚਾਹ ਪੀ ਕੇ ਵੀ ਨਹੀਂ ਗਏ, ਹੁਣ ਮੈਂ ਕੀ ਕਰਾਂ ਇਹਦਾ ਚਾਹ ਦਾ? ਡੋਲਣੀ ਕਾਸ ਤੋਂ ਆ, ਮੈਂ ਹੀ ਪੀ ਲੈਂਦੀ ਹਾਂ ਇਹਨੂੰ। ਕਿੱਥੋਂ ਆ ਗਿਆ? ਅੱਜ ਦਿਨਾਂ ਨੂੰ ਟਕਾ ਕੇ ਜਵਾਬ, ਹੁਣ ਕੇ ਨਹੀਂ ਆਊਗਾ। ਉਹ ਆ ਗਿਆ ਰਾਜ, ਨੰਗੇ ਅੰਦਰ ਆ ਜਾ। ਵੀਰੇ ਅੰਦਰ ਹੀ ਹੈ, ਮੈਨੂੰ ਲੱਗਿਆ ਘਰੇ ਕੋਈ ਹੈ ਹੀ ਨਹੀਂ। ਉਹ ਭਰਾਵਾ ਘਰੇ ਹੀ ਆ, ਆ ਜਾ। ਥੋੜੀ ਜਿਹੀ ਤਬੀਅਤ ਠੀਕ ਨਹੀਂ ਸੀ ਤਾਂ ਕਰਕੇ ਉੱਠ ਨਹੀਂ ਹੋਇਆ ਮੇਰੇ ਤੋਂ। ਅੱਛਾ ਵੀਰੇ, ਕੀ ਹੋ ਗਿਆ ਤੈਨੂੰ? ਉਹ ਤੂੰ ਮੇਰਾ ਛੱਡ, ਤੂੰ ਦੱਸ ਕਿਵੇਂ ਆਇਆ? ਮੈਂ ਬੇ ਦੱਸਿਆ ਤਾਂ ਸੀਗਾ ਤੈਨੂੰ ਵੀਰੇ, ਜੇ ਹੋ ਗਿਆ ਇੰਤਜ਼ਾਮ ਤਾਂ ਦੇ ਦਿੰਦਾ ਪੈਸੇ। ਅੱਛਾ ਅੱਛਾ, ਪੈਸੇ ਲੈਣ ਆਇਆ? ਹਾਂ ਵੀਰੇ, ਪੈਸੇ ਲੈਣ ਆਇਆ। ਕੀ ਗੱਲ ਵੀਰੇ, ਇੰਨਾ ਹੈਰਾਨ ਜਿਹਾ ਹੋ ਰਿਹਾ, ਹੋਇਆ ਨਹੀਂ ਇੰਤਜ਼ਾਮ? ਓ, ਇੰਤਜ਼ਾਮ ਤਾਂ ਹੋ ਗਿਆ, ਪਰ ਉਹ ਪੈਸੇ ਮੈਨੂੰ ਆਪਦੀ ਮਾਸੀ ਦੇ ਮੁੰਡੇ ਨੂੰ ਦੇਣੇ ਪੈ ਗਏ। ਪਰ ਵੀਰੇ, ਗੱਲ ਤਾਂ ਆਪਣੀ ਹੋਈ ਸੀ। ਉਹ ਤਾਂ ਮੈਨੂੰ ਪਤਾ ਹੈ, ਆਪਣੀ ਗੱਲ ਹੋਈ ਸੀ, ਪਰ ਹੁਣ ਤੂੰ ਦੱਸ ਵੀ ਰਿਸ਼ਤੇਦਾਰੀ ਪਹਿਲਾਂ ਜਾਂ ਦੋਸਤੀ?
ਅਤੇ ਰਿਸ਼ਤੇਦਾਰੀ ਵੀ ਇਹੀ ਜੀ ਹੈ, ਉਹ ਹੈ ਵੀ ਮੇਰੀ ਸਕੀ ਮਾਸੀ ਦਾ ਮੁੰਡਾ, ਮੈਂ ਉਹਨੂੰ ਚਾਹ ਕੇ ਵੀ ਜਵਾਬ ਨਹੀਂ ਦੇ ਸਕਦਾ। ਹਾਂ ਵੀਰੇ ਉਹ ਤਾਂ ਹੈ। ਭਰਾਵਾ ਗੁੱਸਾ ਨਾ ਮੰਨੀ, ਹੁਣ ਮੈਂ ਕੁਛ ਕਰ ਵੀ ਨਹੀਂ ਸਕਦਾ। ਨਾ ਨਾ ਵੀਰੇ ਗੁੱਸਾ ਕਾਹਦਾ, ਪੈਸਿਆਂ ਤੋਂ ਬਿਨਾਂ ਰਾਹ ਜੇ ਕੋਈ ਹੋਰ ਸੇਵਾ ਹੈਗੀ ਹੈ ਉਹ ਦੱਸ, ਮੈਂ ਕਰ ਦਿੰਦਾ। ਨਾ ਨਾ ਵੀਰੇ ਹੋਰ ਕੋਈ ਸੇਵਾ ਨਹੀਂ, ਚਲੋ ਹੁਣ ਮੈਂ ਚੱਲਦਾ। ਉਹ ਚਾਹ ਪਾਣੀ ਤਾਂ ਪੀ ਲੈਂਦਾ, ਖੜਾ ਖੜਾ ਹੀ ਮੁੜ ਚੱਲਿਆ। ਨਾ ਨਾ ਵੀਰੇ ਚਾਹ ਪਾਣੀ ਕਿਸੇ ਹੋਰ ਦਿਨ ਸੀ, ਹੁਣ ਮੈਂ ਚੱਲਦਾ। ਪੈਸੇ ਤਾਂ ਇਹ ਲੈਣ ਆਇਆ ਸੀ ਜਿਵੇਂ ਮੈਂ ਪੈਸਿਆਂ ਦੀ ਫੈਕਟਰੀ ਲਾਈ ਹੁੰਦੀ ਹੈ। ਸਿਆਣੇ ਸਹੀ ਕਹਿੰਦੇ ਨੇ, ਔਖੀ ਘੜੀ ਕੋਈ ਕੰਮ ਨਹੀਂ ਆਉਂਦਾ। ਪਰ ਭਰਾਵਾ ਤੂੰ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ, ਮੇਰੇ ਹੀ ਦੋਸਤ ਹੋ ਕੇ ਮੇਰੇ ਨਾਲ ਧੋਖਾ। ਤੇਰੇ ਔਖੇ ਟਾਈਮ 'ਚ ਜਿੰਨੇ ਪੈਸਿਆਂ ਦੀ ਤੈਨੂੰ ਲੋੜ ਸੀ ਮੈਂ ਤੇਰੀ ਮਦਦ ਕੀਤੀ, ਤੈਨੂੰ ਪੈਸੇ ਦਿੱਤੇ ਅਤੇ ਮੁੜ ਕੇ ਕੋਈ ਸਵਾਲ ਵੀ ਨਹੀਂ ਕੀਤਾ। ਨਾਲੇ ਮੈਂ ਤਾਂ ਤੈਨੂੰ ਕਦੇ ਆਪਦਾ ਦੋਸਤ ਮੰਨਿਆ ਹੀ ਨਹੀਂ, ਤੈਨੂੰ ਆਪਦਾ ਵੱਡਾ ਭਰਾ ਮੰਨਿਆ ਸੀ। ਪਰ ਤੂੰ ਤਾਂ ਕਰ ਗਿਆ ਨਾ ਮੇਰੇ ਨਾਲ ਦੋਸਤਾਂ ਵਾਲੀ ਵੀ। ਚੱਲ ਕੋਈ ਨਹੀਂ, ਤੂੰ ਜੋ ਮੇਰੇ ਨਾਲ ਕਰਨਾ ਸੀ ਨਾ ਤੈਂ ਕਰਤਾ, ਪਰ ਹੁਣ ਮੇਰੇ ਨਾਲ ਮੇਰਾ ਰੱਬ ਹੈ, ਦੇਖੀ ਜਾਊ ਕੀ ਹੁੰਦਾ। ਕੋਈ ਨਾ ਮਾਤਾ, ਇਕੱਲੀ ਗਈਆਂ ਨਾ ਬਾਜ਼ਾਰ, ਹੁਣ ਦੇਖੀ ਮੈਂ ਕਿਵੇਂ ਤੇ ਤੋਂ ਆਪਦਾ ਬਦਲਾ ਲੈਂਦੀ ਹਾਂ। ਭਾਬੀ ਦਾ ਫੋਨ ਜ਼ਰੂਰ ਨਾ, ਵੀਰੇ ਦੇ ਵਿਆਹ ਦੀ ਚਿੱਠੀ ਆਉਣ ਵਾਲੀ ਹੋਣੀ ਆ, ਉਹਦੇ ਲਈ ਕੀਤਾ ਹੋਣਾ ਫੋਨ। ਹੈਲੋ ਭਾਬੀ, ਸਤਿ ਸ਼੍ਰੀ ਅਕਾਲ ਜੀ। ਸ਼ੈਲੀ ਕੀ ਹਾਲ ਨੇ? ਭਾਬੀ ਜੀ ਬਹੁਤ ਵਧੀਆ, ਤੁਸੀਂ ਸੁਣਾਓ, ਵਿਆਹ ਦੀ ਚਿੱਠੀ ਆਉਣੀ ਆ? ਉਹ ਨਹੀਂ ਨਹੀਂ, ਚਿੱਠੀ ਤਾਂ ਨਾ ਵਿਆਹ ਦੀ ਆਪਾਂ ਹਫ਼ਤਾ ਪਹਿਲਾਂ ਹੀ ਮੰਗਾਵਾਂਗੇ। ਅੱਛਾ ਜੀ, ਦਰਅਸਲ ਸੱਚ ਦੱਸਣਾ ਭਾਬੀ, ਮੈਨੂੰ ਤਾਂ ਐਂ ਲੱਗਿਆ ਸੀ ਵੀ ਵਿਆਹ ਦੀ ਚਿੱਠੀ ਆਉਣੀ ਆ, ਤੁਸੀਂ ਮੈਨੂੰ ਤਾਂ ਫੋਨ ਕੀਤਾ। ਉਹ ਕੋਈ ਗੱਲ ਨਹੀਂ, ਚਿੱਠੀ ਵਾਸਤੇ ਵੀ ਫੋਨ ਕਰ ਦਾਂਗੇ, ਮੈਂ ਤਾਂ ਤੈਨੂੰ ਤਾਂ ਫੋਨ ਕੀਤਾ ਸੀਗਾ ਵੀ ਤੂੰ ਆ ਜਾਂਦੀ, ਆਪਾਂ ਰਲ ਕੇ ਸ਼ੋਪਿੰਗ ਕਰ ਲਾਂਗੀਆਂ। ਕੀ ਗੱਲ, ਕੁਛ ਬੋਲੀ ਕਿਉਂ ਨਹੀਂ? ਉਹ ਨਹੀਂ ਭਾਬੀ, ਇਹੋ ਜਿਹੀ ਗੱਲ ਨਹੀਂ, ਤੁਹਾਨੂੰ ਵੀ ਤਾਂ ਪਤਾ ਹੀ ਆ ਵੀ ਆਹ ਸਾਰੇ ਘਰ ਦੀਆਂ ਜ਼ਿੰਮੇਦਾਰੀਆਂ ਮੇਰੇ ਸਿਰ 'ਤੇ ਨੇ, ਜੇ ਮੈਂ ਆ ਗਈ ਨਾ ਪਿੱਛੋਂ ਇਹਨਾਂ ਦੇ ਰੋਟੀ ਦਾ ਔਖਾ ਹੋ ਜਾਣਾ, ਇਸ ਲਈ ਮੈਂ ਤਾਂ ਨਾ ਵਿਆਹ ਦੇ ਨੇੜੇ ਜਿਹੇ ਹੀ ਆਊਂਗੀ। ਜ਼ਿੰਮੇਦਾਰੀਆਂ ਨਹੀਂ, ਕਾਹਦੀਆਂ ਜ਼ਿੰਮੇਦਾਰੀਆਂ, ਚਾਰ ਤਾਂ ਤੁਸੀਂ ਮੈਂਬਰ ਹੋ ਘਰ ਦੇ, ਪ੍ਰਾਹੁਣੇ ਦੀ ਰੋਟੀ ਦਾ ਹੀ ਔਖਾ, ਉਹਦਾ ਕੀ ਆ, ਚਾਰ ਦਿਨ ਬਾਹਰੋਂ ਰੋਟੀ ਖਾ ਲੂਗਾ। ਨਹੀਂ ਨਹੀਂ ਭਾਬੀ, ਇਹ ਬਾਹਰਲੀ ਰੋਟੀ ਤਾਂ ਉਹੀ ਨਹੀਂ ਖਾਂਦੇ, ਇਹਨਾਂ ਨੂੰ ਬਾਹਰਲੀ ਰੋਟੀ ਪਸੰਦ ਹੀ ਨਹੀਂ। ਨਹੀਂ ਤੂੰ ਕਿਹੜਾ ਪੈਰਾਂ 'ਤੇ ਪਾਣੀ ਪੈਣ ਦੇਣਾ, ਜਦੋਂ ਮਰਜ਼ੀ ਆ ਜੀ, ਨਾਲੇ ਐਂ ਦੱਸ ਮੈਨੂੰ ਕੀ ਕੁਛ ਖਰੀਦ ਲਿਆ ਤੂੰ? ਮੈਂ? ਹਾਂ ਤੂੰ, ਹੋਰ ਕੌਣ? ਭਾਬੀ ਜੀ ਮੈਂ ਤਾਂ ਸਮਝ ਗਈ, ਮੈਂ ਕੱਪੜਾ ਲੀੜਾ ਤਾਂ ਦੂਰ ਦੀ ਗੱਲ ਆ, ਤੂੰ ਤਾਂ ਹਜੇ ਤੱਕ ਬਾਜ਼ਾਰ ਦਾ ਮੂੰਹ ਵੀ ਨਹੀਂ ਦੇਖਿਆ ਹੋਣਾ। ਨਹੀਂ ਰਾਜ ਦੇ ਵਿੱਚ ਤਾਂ ਹੁਣ ਹਿੰਮਤ ਹੀ ਨਹੀਂ ਰਹੀ ਵੀ ਤੇਰੇ ਸਾਰੇ ਸ਼ੌਂਕ ਪਗਾ ਦੇ।
ਐਵੇਂ ਨਾ ਉਸ ਦਿਨ ਤੂੰ ਰਾਜ ਨਾਲ ਜਾਣ ਦਾ ਗਲਤ ਫੈਸਲਾ ਲੈ ਲਿਆ। ਰਹਿੰਦੀ ਤੂੰ ਇੱਥੇ, ਦੋ ਰੋਟੀਆਂ ਹੀ ਨੇ, ਉਹੀ ਰੋਟੀਆਂ ਤੂੰ ਉੱਥੇ ਖਾਂਦੀ ਆਪਦੇ ਸਹੁਰੀ, ਉਹ ਵੀ ਘੁੱਟ ਘੁੱਟ ਕੇ। ਜੇ ਨਾ ਜਾਂਦੀ ਨਾ, ਉਹੀ ਦੋ ਰੋਟੀਆਂ ਇੱਥੇ ਖੁਸ਼ ਹੋ ਕੇ ਖਾਂਦੀ। ਭਾਬੀ ਜੀ, ਆਹ ਕੀ ਕਹਿ ਰਹੇ ਹੋ ਤੁਸੀਂ? ਨਾ ਮੈਂ ਇਹਦੇ ਵਿੱਚ ਗਲਤ ਤੈਨੂੰ ਕੀ ਕਹਿਤਾ? ਹੁਣ ਕੀ ਤੂੰ ਬਾਹਲੀ ਸਿਖਾ ਲਈ ਆ? ਰਾਜ ਤੋਂ ਤੈਨੂੰ ਵਿਆਹ ਦੀ ਸ਼ੋਪਿੰਗ ਤਾਂ ਕਰਾਈ ਨਹੀਂ ਜਾਂਦੀ ਹੈਗੀ, ਹੋਰ ਕੀ ਕਰ ਲੂਗਾ ਉਹ? ਭਾਬੀ ਜੀ, ਉਹ ਲੱਗੇ ਹੋਏ ਨੇ ਇੰਤਜ਼ਾਮ ਕਰਨ, ਐਵੇਂ ਕਿਉਂ ਤੁਸੀਂ ਉਹਨਾਂ ਨੂੰ ਬੋਲੀ ਜਾਂਦੇ ਹੋ? ਉਹਨਾਂ ਨੂੰ ਨਹੀਂ, ਤੂੰ ਉਹਨੂੰ ਇੰਨੀ ਰਿਸਪੈਕਟ ਦਿੰਦੀ ਆ, ਉਹ ਤੇਰੀ ਭੋਰਾ ਰਿਸਪੈਕਟ ਨਹੀਂ ਕਰਦਾ। ਦੇਖ, ਤੂੰ ਆਪ ਹੀ ਸਿਆਣੀ ਆ, ਹੁਣ ਤੂੰ ਆਪ ਹੀ ਸੋਚ ਵੀ ਉਸ ਦਿਨ ਤੂੰ ਗਲਤ ਫੈਸਲਾ ਲਿਆ ਕਿ ਨਹੀਂ। ਬੋਲੀ ਨੀ ਕੁਛ, ਲੱਗਦਾ ਸਮਝ ਗਈ। ਹੁਣ ਮੇਰੀ ਗੱਲ ਸੁਣ, ਮੈਂ ਨਾ ਤੇਰੀ ਵਿਆਹ ਦੀ ਸ਼ੋਪਿੰਗ ਦੇ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ? ਭਾਬੀ, ਤੁਸੀਂ ਮੇਰੀ ਮਦਦ ਕਿਵੇਂ ਕਰ ਸਕਦੇ ਹੋ? ਉਹ ਪੈਸਿਆਂ ਨਾਲ। ਬੋਲ, ਕਿੰਨੇ ਚਾਹੀਦੇ ਨੇ? ਮੈਂ ਦਊਂਗੀ ਤੈਨੂੰ। ਨਹੀਂ ਨਹੀਂ ਭਾਬੀ, ਮੈਂ ਭਲਾ ਦੀ ਤੁਹਾਡੇ ਤੋਂ ਕਿਵੇਂ ਲੈ ਸਕਦੀ ਹਾਂ ਪੈਸੇ? ਕਿਵੇਂ ਲੈ ਸਕਦੀ ਹਾਂ? ਉਧਾਰ, ਉਹ ਜਿੰਨੇ ਮਰਜ਼ੀ ਲੈ ਲਾ ਉਧਾਰ ਪੈਸੇ। ਸੁੱਖ ਨਾਲ ਹੁਣ ਤੇਰੇ ਵੀਰੇ ਦੀ ਫੈਕਟਰੀ ਬਹੁਤ ਵਧੀਆ ਚੱਲਦੀ ਆ। ਦੇਖ, ਰਾਜ ਨੇ ਤਾਂ ਨਾ ਸਾਡੀ ਔਖੇ ਟਾਈਮ 'ਚ ਮਦਦ ਕੀਤੀ ਨਹੀਂ, ਤਾਂ ਮੈਂ ਵੀ ਤਾਂ ਰਾਜ ਤੋਂ ਪੈਸੇ ਉਦੋਂ ਉਧਾਰ ਹੀ ਮੰਗੇ ਸੀਗੇ, ਪਰ ਉਹਨੇ ਸਾਨੂੰ ਦਿੱਤੇ ਨਹੀਂ। ਭਾਬੀ, ਉਹ ਤੁਹਾਨੂੰ ਵੀ ਤਾਂ ਪਤਾ ਹੀ ਆ ਵੀ ਉਦੋਂ ਇਹਨਾਂ ਨਾਲ ਕੀ ਕੁਛ ਹੋਇਆ। ਕੀ ਹੋਇਆ? ਕੁਛ ਨਹੀਂ ਹੋਇਆ। ਮੁੜ ਕੇ ਕੰਮ ਤਾਂ ਰਾਜ ਤੋਂ ਸਾਹਮਣੇ ਹੋਇਆ, ਸ਼ਰਾਬਾਂ ਪੀਣ ਲੱਗ ਗਿਆ, ਤੇ ਸ਼ਰਾਬ ਪੀ ਕੇ ਉਹ ਜਲੂਸ ਕੱਢਦਾ ਜਿਹੜਾ ਕਦੇ ਨਾ ਕੱਢਣਾ ਹੋਵੇ। ਦੱਸ, ਜੇ ਰਾਜ ਨਾ ਉਦੋਂ ਸਾਡੀ ਮਦਦ ਕਰ ਦਿੰਦਾ ਤਾਂ ਅਸੀਂ ਵੀ ਨਾ ਅੱਜ ਰਾਜ ਦੇ ਆਹ ਦਿਨ ਨਾ ਆਉਣ ਦਿੰਦੇ। ਪਰ ਹੁਣ ਕੀਤਾ ਵੀ ਕੀ ਜਾ ਸਕਦਾ, ਇਹ ਤਾਂ ਹੱਥ ਨੂੰ ਹੱਥ ਆ, ਜਿਹੜਾ ਜਿਵੇਂ ਚੱਲੂਗਾ ਉਵੇਂ ਦੂਜਾ ਚੱਲੂਗਾ। ਪਰ ਸ਼ੈਲੀ, ਤੂੰ ਟੈਨਸ਼ਨ ਨਾ ਲੈ, ਤੇਰੀ ਭਾਬੀ ਇਹੋ ਜਿਹੀ ਨਹੀਂ ਹੈਗੀ, ਮੈਂ ਹਰ ਵੇਲੇ ਤੇਰੀ ਮਦਦ ਕਰਨ ਨੂੰ ਤਿਆਰ ਖੜੀ ਹਾਂ। ਤੂੰ ਦੱਸ ਮੈਨੂੰ ਕਿੰਨੇ ਪੈਸੇ ਚਾਹੀਦੇ ਆ, ਮੈਂ ਦਊਂਗੀ ਤੈਨੂੰ, ਉਹ ਵੀ ਉਧਾਰੇ। ਉਧਾਰੇ ਤਾਂ ਨਾ ਮੈਂ ਤੈਨੂੰ ਤਾਂ ਕਹਿ ਰਹੀ ਹਾਂ ਵੀ ਤੂੰ ਰਾਜ ਨੂੰ ਨਾ ਕਹਿਣ ਜੋਗੀ ਹੋ ਜਾਏਗੀ ਵੀ ਮੈਂ ਪੈਸੇ ਉਧਾਰੇ ਲਏ ਨੇ, ਵੀ ਜਦੋਂ ਆ ਜਾਣਗੇ ਉਦੋਂ ਆਪਾਂ ਮੋੜ ਦਾਂਗੇ। ਨਾਲੇ ਜਦੋਂ ਪੈਸੇ ਮੋੜ ਹੀ ਦੇਣੇ ਆ, ਫਿਰ ਰਾਜ ਨੂੰ ਵੀ ਨਹੀਂ ਐਵੇਂ ਲੱਗੂਗਾ ਨਾ ਵੀ ਤੇਰੇ ਪੇਕੇ ਤੈਨੂੰ ਨੀਵਾਂ ਦਿਖਾ ਰਹੇ ਨੇ। ਨਾ ਬਾਹਲਾ ਨਾ ਸੋਚ, ਕਰ ਤੂੰ ਰਾਜ ਨਾਲ ਗੱਲ, ਨਾਲੇ ਆ ਕੇ ਨਾ ਦੋਨੇ ਜਾਣੇ ਪੈਸੇ ਲੈ ਜਾਓ। ਜੇ ਤੂੰ ਚਾਹੁੰਦੀ ਆ ਨਾ ਵੀ ਇਹ ਗੱਲ ਆਪਣੇ ਦੋਨਾਂ 'ਚ ਹੀ ਰਹੇ, ਤਾਂ ਮੈਂ ਤੈਨੂੰ ਇੱਕ ਰਾਏ ਦਊਂਗੀ। ਤੂੰ ਨਾ ਐਵੇਂ ਕਰੀ, ਰਾਜ ਨੂੰ ਇਕੱਲਾ ਹੀ ਭੇਜ ਦੀ ਪੈਸੇ ਮੰਗਣ। ਚੱਲ ਚੰਗਾ, ਹੁਣ ਨਾ ਮੈਂ ਫੋਨ ਰੱਖਦੀ ਹਾਂ, ਮੰਮੀ ਵੀ ਆਉਣ ਵਾਲੇ ਹੋਣਗੇ, ਉਹ ਬਾਜ਼ਾਰ ਗਏ ਸੀ ਨਾ ਵਿਆਹ ਦੀ ਸ਼ੋਪਿੰਗ ਕਰਨ ਵਾਸਤੇ। ਮਜ਼ਾ ਹੀ ਆ ਗਿਆ ਤੀਲੀ ਲਾ ਕੇ, ਹੁਣ ਮੱਚਣਗੇ ਭਾਂਬੜ ਤਾਂ। ਉਹ ਮਾਤਾ, ਮੇਰੇ ਨਾਲ ਪੰਗੇ ਲੈਂਦੀ ਸੀ? ਪੰਗੇ ਤਾਂ ਮੈਂ ਤੇਰੀ ਧੀ ਦੇ ਘਰ ਪਾਤੇ, ਅਸਲੀ ਮਜ਼ਾ ਤਾਂ ਹੁਣ ਆਊਗਾ ਜਦੋਂ ਨਾ ਸ਼ੈਲੀ ਨੇ ਰਾਜ ਨੂੰ ਪੈਸੇ ਮੰਗਣ ਲਈ ਕਿਹਾ, ਉਹ ਵੀ ਮੇਰੇ ਤੋਂ।
ਵੈਸੇ ਨਾ ਭਾਬੀ ਸਹੀ ਹੋਈ ਕਹਿੰਦੀ ਆ, ਅਸੀਂ ਭਾਬੀ ਤੋਂ ਹੀ ਉਧਾਰੇ ਪੈਸੇ ਫੜ ਲੈਂਦੇ ਹਾਂ। ਵੈਸੇ ਵੀ ਤਾਂ ਇਹ ਲੋਕਾਂ ਦੇ ਹਾੜੇ ਕੱਢਦੇ ਫਿਰਦੇ ਹੀ ਨੇ, ਕੋਈ ਰਾਹ ਸਿਰ ਵੀ ਨਹੀਂ ਫੜਾਉਂਦਾ ਹੈਗਾ, ਨਾ ਕੋਈ ਸਾਡੀ ਮਦਦ ਕਰਕੇ ਰਾਜ਼ੀ ਆ। ਨਾਲੇ ਭਾਬੀ ਤਾਂ ਘਰ ਦੀ ਹੋਈ ਆ, ਇਹਨੇ ਸਾਨੂੰ ਕੋਈ ਜਵਾਬ ਵੀ ਨਹੀਂ ਦੇਣਾ। ਜਦੋਂ ਮਰਜ਼ੀ ਭਾਬੀ ਨੂੰ ਪੈਸੇ ਮੋੜ ਦੀਏ, ਨਾਲੇ ਉਹਦੇ ਦੀ ਇਹ ਟੈਨਸ਼ਨ ਚੱਕੀ ਫਿਰਦੇ ਆ, ਨਾਲੇ ਮੈਂ ਚੱਕੀ ਫਿਰਦੀ ਹਾਂ। ਹੁਣ ਘੱਟੋ ਘੱਟ ਪੈਸੇ ਮੋੜਨ ਦੀ ਟੈਨਸ਼ਨ ਤਾਂ ਨਹੀਂ ਰਹੂਗੀ, ਜਦੋਂ ਦਿਲ ਕਰੂਗਾ ਉਦੋਂ ਭਾਬੀ ਨੂੰ ਦੇ ਦਾਂਗੇ ਪੈਸੇ। ਹਾਂ ਇਹ ਸਹੀ ਰਹੂਗਾ, ਬਸ ਆ ਜਾਣ ਇੱਕ ਵਾਰ, ਫਿਰ ਕਰਦੇ ਹਾਂ ਇਹਨਾਂ ਨਾਲ ਗੱਲ। ਤੁਸੀਂ ਅਚਾਨਕ, ਤੁਸੀਂ ਤਾਂ ਮੇਰਾ ਸਾਹ ਹੀ ਕੱਢਤਾ ਸੀ। ਉਹ ਰਹਿਣ ਦੇ ਭਾਬੀ, ਕਿਤੇ ਨੀ ਤੇਰਾ ਸਾਹ ਨਿਕਲਣ ਲੱਗਾ, ਬਾਲੇ ਡਰਾਮੇ ਜੇ ਨਾ ਕਰ, ਐ ਦੱਸ ਵੀਰਾ ਕਿੱਥੇ ਆ? ਪਤਾ ਨੀ ਦੀਦੀ, ਮੈਨੂੰ ਵੀ ਕਿੱਥੇ ਗਏ ਨੇ, ਨਾ ਹੀ ਉਹ ਮੈਨੂੰ ਦੱਸ ਕੇ ਗਏ ਨੇ। ਅੱਛਾ ਦੱਸ ਕੇ ਨੀ ਗਿਆ, ਝੂਠ ਕਿਉਂ ਬੋਲਦੀ ਆ? ਭੇਜਿਆ ਉਹ ਕਿਸੇ ਕੋ ਪੈਸੇ ਲੈਣ। ਹੱਦ ਦੀਦੀ ਤੁਹਾਡੀ, ਮੈਂ ਕਿਉਂ ਭੇਜੂਗੀ? ਸਿਆਣੀ ਜੀ ਨਾ ਬਣ ਕੇ ਦਿਖਾ, ਇੰਨੀ ਸਿਆਣੀ ਤੂੰ ਹੈ ਨੀ। ਬੇਲੇ ਜੇ ਕੱਢ ਕੇ ਕੀ ਵੇਖਦੀ ਆ? ਤੇਰੀ ਮਾਂ ਤੇ ਭਰਜਾਈ ਨੇ ਤੈਨੂੰ ਸਿਖਾਇਆ ਨੀ ਵੀ ਜਦੋਂ ਕੋਈ ਘਰੇ ਆ ਜਾਏ ਉਹਨੂੰ ਪਾਣੀ ਵੀ ਪੁੱਛਣਾ ਹੁੰਦਾ। ਸੋਰੀ ਦੀਦੀ, ਮੈਂ ਹੁਣੇ ਲੈ ਕੇ ਆਈ। ਕਿੱਥੇ ਇਹ ਮੇਰੇ ਭਾਈ ਦੇ ਕਰਮਾਂ ਚ ਧਰੀ ਪਈ ਸੀ। ਮੇਰਾ ਬਸ ਚੱਲੇ ਨਾ, ਮੈਂ ਤਾਂ ਇਸ ਮੈਡਮ ਨੂੰ ਕਦੇ ਘਰੇ ਹੀ ਨਾ ਵੜਨ ਦੇਵਾਂ। ਜਦੋਂ ਬੋਲੂ ਕੋੜੇ ਹੀ ਬੋਲੂ। ਅਖੇ ਤੇਰੀ ਮਾਂ ਤੇਰੀ ਭਰਜਾਈ ਨੇ ਤੈਨੂੰ ਕੁਛ ਸਿਖਾਇਆ ਨੀ ਵੀ ਆਏ ਗਏ ਨੂੰ ਪਾਣੀ ਪੁੱਛੀ ਦਾ। ਮੇਰਾ ਬਸ ਚੱਲੇ ਨਾ, ਮੈਂ ਪਾਣੀ ਦੇ ਵਿੱਚ ਲਾਲ ਮਿਰਚਾਂ ਘੋਲ ਕੇ ਪਿਆਵਾਂ, ਕਿਉਂਕਿ ਜਿਵੇਂ ਲਾਲ ਮਿਰਚਾਂ ਤੇਜ਼ ਹੁੰਦੀਆਂ ਨੇ ਨਾ, ਉਵੇਂ ਇਹਦੀ ਜ਼ੁਬਾਨ ਵੀ ਤੇਜ਼ ਆ। ਆਲੋ ਦੀਦੀ ਪਾਣੀ। ਪਾਣੀ ਚ ਕੁਛ ਮਿਲਾ ਕੇ ਤਾਂ ਨਹੀਂ ਲਿਆਈ? ਮੈਨੂੰ ਤਾਂ ਤੇਰੇ ਤੇ ਬਿਲਕੁਲ ਭਰੋਸਾ ਨਹੀਂ। ਨਾ ਨਾ ਦੀਦੀ, ਸਿੰਪਲ ਪਾਣੀ ਆ। ਫੇਰ ਠੀਕ ਆ, ਤੇਰੇ ਵਰਗੀ ਦਾ ਪਤਾ ਨਹੀਂ ਕੀ ਕਰਦੇ। ਦੀਦੀ ਤੁਸੀਂ ਮੈਨੂੰ ਇੰਨਾ ਮਾੜਾ ਕਿਉਂ ਸਮਝਦੇ ਹੋ? ਭਾਬੀ ਇਹ ਗੱਲ ਤਾਂ ਤੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਤੈਨੂੰ ਮਾੜਾ ਕਿਉਂ ਸਮਝਦੀ ਆ। ਵੈਸੇ ਵੀਰਾ ਕਦੋਂ ਕੁ ਤੱਕ ਆਊਗਾ? ਦੀਦੀ ਉਹਨਾਂ ਨੇ ਕੁਛ ਦੱਸਿਆ ਹੀ ਨਹੀਂ ਵੀ ਕਦੋਂ ਤੱਕ ਆਉਣਗੇ। ਦੀਦੀ ਐਂ ਕਿਉਂ ਦੇਖਦੇ ਹੋ? ਮੈਂ ਸੱਚ ਕਹਿਣੀ ਆ, ਮੈਨੂੰ ਨਹੀਂ ਪਤਾ ਵੀ ਰਾਜ ਕਿੱਥੇ ਨੇ ਤੇ ਕਦੋਂ ਆਉਣਗੇ। ਨਾਲੇ ਨਾ ਮੈਂ ਵੀ ਇਹਨਾਂ ਨੂੰ ਮਜਬੂਰ ਕੀਤਾ ਵੀ ਕਿਸੇ ਤੋਂ ਜਾ ਕੇ ਪੈਸੇ ਮੰਗਣ। ਹੋਰ ਤਾਂ ਹੋਰ, ਪੈਸਿਆਂ ਦਾ ਨਾਲੇ ਹੁਣ ਇੰਤਜ਼ਾਮ ਵੀ ਹੋ ਗਿਆ। ਹੋ ਗਿਆ ਇੰਤਜ਼ਾਮ? ਕਿਤੋਂ ਲੈਣੇ ਪੈਸੇ ਉਧਾਰੇ? ਜਿਵੇਂ ਦੀਦੀ ਦੇ ਕੋਲ ਆਪਣੀ ਭਾਬੀ ਦਾ ਨਾਮ ਲਿਆ ਨਾ, ਤਾਂ ਇਹਨਾਂ ਨੇ ਤਾਂ ਮੇਰੇ ਗਾਲ ਹੀ ਪੈ ਜਾਣਾ। ਨਾ ਨਾ ਭਾਬੀ ਦਾ ਨਾਮ ਨਹੀਂ ਲੈਣਾ। ਕੀ ਸੋਚਣ ਲੱਗ ਗਈ? ਦੱਸ ਦੇ ਹੁਣ
ਕਿੱਥੋਂ ਲੈਣੇ ਪੈਸੇ? ਦੀਦੀ ਇਹਨਾਂ ਦਾ ਨਾ ਇੱਕ ਦੋਸਤ ਆ, ਉਹ ਤੋਂ ਲਏ ਨੇ। ਅੱਛਾ, ਰਿੰਕੂ ਨੇ ਦਿੱਤੇ ਹੋਣੇ ਆ ਫਿਰ ਪੈਸੇ ਧਾਰੇ। ਰਿੰਕੂ? ਕੌਣ ਰਿੰਕੂ? ਕੀ ਗੱਲ, ਤੈਨੂੰ ਰਿੰਕੂ ਦਾ ਨਹੀਂ ਪਤਾ? ਉਸ ਤੋਂ ਤਾਂ ਪੈਸੇ ਰਾਜ ਨੇ ਧਾਰੇ ਲੈਣੇ ਸੀ। ਹਾਂ ਹਾਂ ਦੀਦੀ, ਉਹਦੇ ਤੋਂ ਹੀ ਲਏ ਹੋਣੇ ਪੈਸੇ ਉਧਾਰੇ। ਮੇਰੇ ਨਾ ਦਿਮਾਗ ਚੋਂ ਉਹਦਾ ਨਾਮ ਹੀ ਨਿਕਲ ਗਿਆ। ਨਿਕਲ ਗਿਆ ਦਿਮਾਗ ਚੋਂ? ਐ ਦੱਸ ਕਿੰਨੇ ਪੈਸੇ ਉਧਾਰੇ ਲਏ ਨੇ ਫਿਰ ਉਹ ਤੋਂ? ਪੈਸੇ? ਕੀ ਗੱਲ, ਪੈਸੇ ਤੁਹਾਡੇ ਕੋਲ ਨੇ ਤਾਂ ਵੀ ਤੈਨੂੰ ਦੱਸਣ ਤੇ ਇੰਨਾ ਟਾਈਮ ਲੱਗ ਰਿਹਾ, ਵੀ ਕਿੰਨੇ ਪੈਸੇ ਨੇ? ਦੀਦੀ 20,000 ਰੁਪਇਆ ਹੀ ਲਿਆ। 20,000? ਵੀਰੇ ਨੂੰ ਮੈਂ ਬਥੇਰਾ ਕਿਹਾ ਸੀ ਵੀ ਮੇਰੇ ਕੋਲ ਲੈ ਲਾ ਪੈਸੇ, ਪਰ ਉਹ ਮੰਨੇ ਹੀ ਨਹੀਂ। ਵੀਰਾ ਕਹਿੰਦਾ ਵੀ ਪੈਸਿਆਂ ਨਾਲ ਰਿਸ਼ਤੇਦਾਰੀ ਚ ਫਿੱਕ ਪੈ ਜਾਂਦਾ, ਜਿੱਥੇ ਇੱਕ ਵਾਰੀ ਪੈਸਾ ਵੜ ਜੇ ਨਾ ਉੱਥੇ ਰਿਸ਼ਤੇਦਾਰੀ ਰਿਸ਼ਤੇਦਾਰੀ ਨਹੀਂ ਰਹਿੰਦੀ। ਬਾਲਾ ਦੂਰ ਜਾਣ ਦੀ ਤਾਂ ਲੋੜ ਵੀ ਨਹੀਂ, ਐਗਜ਼ਾਮਪਲ ਤਾਂ ਤੇਰੇ ਸਾਹਮਣੇ ਹੀ ਆ, ਤੇਰੀ ਮਾਂ ਤੇ ਤੇਰੀ ਭਰਜਾਈ। ਜੇ ਕਿਤੇ ਮੇਰਾ ਵਸ ਚੱਲੇ ਨਾ, ਮੈਂ ਤਾਂ ਤੈਨੂੰ ਵਿਆਹ ਹੀ ਨਾ ਜਾਣ ਦਵਾਂ। ਇਹ ਤਾਂ ਮੇਰੇ ਭਰਾ ਦਾ ਹੀ ਇੰਨਾ ਨਰਮ ਦਿਲ ਆ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੈਨੂੰ ਉਹਨਾਂ ਨਾਲ ਵਰਤਨ ਦੇ ਰਿਹਾ ਉਹ। ਬਸ ਕਰੋ ਦੀਦੀ, ਨਾ ਤੁਸੀਂ ਮਿਲਣ ਆਏ ਹੋ ਜਾਂ ਮੈਨੂੰ ਗੱਲਾਂ ਸੁਣਾਉਣ। ਕੀ ਗੱਲ, ਆਪਦੇ ਪੇਕਿਆਂ ਵਾਲੀ ਤਾਂ ਤੈਨੂੰ ਬੜੀਆਂ ਮਿਰਚਾਂ ਲੱਗਦੀਆਂ ਨੇ। ਉਹ ਜਦੋਂ ਤੇਰੀ ਮਾਂ ਨੇ ਤੇ ਤੇਰੀ ਭਰਜਾਈ ਨੇ ਮੇਰੇ ਭਰਾ ਦੀ ਬੇਇੱਜ਼ਤੀ ਕੀਤੀ ਸੀ, ਉਦੋਂ ਨਹੀਂ ਸੀ ਤੇਰੇ ਮਿਰਚਾਂ ਲੱਗੀਆਂ? ਮੂੰਹ ਵੱਟ ਕੇ ਖੜਨ ਨਾਲ ਨਾ ਇਹ ਗੱਲ ਝੂਠੀ ਨਹੀਂ ਹੋਣ ਲੱਗੀ, ਸੱਚ ਤਾਂ ਸੱਚ ਹੀ ਰਹਿਣਾ। ਮੇਰਾ ਭਰਾ ਭਾਵੇਂ ਤੈਨੂੰ ਉਹ ਟਾਈਮ ਯਾਦ ਕਰਾਵੇ ਚਾਹੇ ਨਾ ਕਰਾਵੇ, ਪਰ ਮੈਂ ਨੀ ਤੈਨੂੰ ਉਹ ਟਾਈਮ ਭੁੱਲਣ ਦਿੰਦੀ। ਜਦੋਂ ਵੀਰਾ ਆ ਗਿਆ ਨਾ, ਉਹਨੂੰ ਕਹਿ ਦੀ ਵੀ ਉਹਦੀ ਭੈਣ ਉਹਨੂੰ ਮਿਲਣ ਵਾਸਤੇ ਆਈ ਸੀ। ਜਦੋਂ ਆਉਂਦੀ ਆ ਭੜਥੂ ਪਾ ਕੇ ਤੁਰ ਜਾਂਦੀ ਆ, ਅਖੇ ਉਹਨਾਂ ਨੇ ਐ ਕੀਤਾ ਤਾਂ ਐ ਹੋਇਆ, ਉਹ ਜੋ ਹੋਣਾ ਸੀ ਉਹ ਹੋ ਗਿਆ। ਦੱਸ ਭੁੱਲ ਜੋ ਭੁਲਾ ਜੋ ਹੁਣ ਤਾਂ ਉਹ ਗੱਲਾਂ ਨੂੰ, ਐਵੇਂ ਜ਼ਖਮਾਂ ਨੂੰ ਅੱਲਾ ਕਰੀ ਜਾਂਦੇ ਨੇ। ਵੈਸੇ ਇੱਕ ਗੱਲ ਤਾਂ ਵਧੀਆ ਕੀਤੀ ਆ ਮੈਂ, ਜਿਹੜਾ ਦੀਦੀ ਨੂੰ ਇਹ ਨਹੀਂ ਦੱਸਿਆ ਵੀ ਮੈਂ ਆਪਣੀ ਭਰਜਾਈ ਤੋਂ ਹੀ ਪੈਸੇ ਲੈਣੇ ਆ। ਜੇ ਮੈਂ ਦੱਸ ਦਿੰਦੀ ਨਾ ਵੀ ਮੈਂ ਸ਼ੁਭਨੀਤ ਭਾਬੀ ਤੋਂ ਪੈਸੇ ਲੈਣੇ ਆ, ਤਾਂ ਇਹਨੇ ਪਤਾ ਨਹੀਂ ਹੋਰ ਕੀ ਗੱਲਾਂ ਦੀਆਂ ਗੱਲਾਂ ਬਣਾਉਣੀਆਂ ਸੀ, ਤੇ ਪਤਾ ਨਹੀਂ ਮੈਨੂੰ ਕਿੰਨੇ ਹੋਰ ਸੁਣਾਵੇ ਸੁਣਾਉਣੇ ਸੀ। ਇਹ ਵੀ ਪਤਾ ਨਹੀਂ ਕਿੱਥੇ ਰਹਿ ਗਏ। ਜੇ ਆ ਜਾਣ ਨਾ ਇੱਕ ਵਾਰੀ ਗੱਲ ਕਰਾਂ ਤੇ ਕੱਲ ਨੂੰ ਹੀ ਜਾ ਕੇ ਪੈਸੇ ਲੈ ਆਵਾਂ। ਪਰ ਪਤਾ ਹੀ ਨਹੀਂ ਵੀ ਹੈ ਕਿੱਥੇ ਨੇ। ਰਾਜ ਵੀਰੇ ਬੜੀ ਦੇਰ ਬਾਅਦ ਗੇੜਾ ਮਾਰਿਆ। ਵੀਰੇ ਤੈਨੂੰ ਪਤਾ ਤਾਂ ਹੈਗਾ ਘਰ ਦੇ ਹਾਲਾਤਾਂ ਦਾ। ਉਹ ਕੋਈ ਨਹੀਂ ਭਰਾਵਾ, ਸਾਰੇ ਦਿਨ ਇੱਕੋ ਜਿਹੇ ਰਹਿੰਦੇ। ਉਹ ਤਾਂ ਹੈ ਵੀਰੇ। ਹੋਰ ਮਾਮਾ ਜੀ ਤੇ ਮਾਮੀ ਜੀ ਹੁਣੀ ਸਭ ਠੀਕ ਨੇ ਘਰੇ? ਹਾਂ ਵੀਰੇ ਸਭ ਠੀਕ ਨੇ, ਤੂੰ ਸੁਣਾ? ਮੈਂ ਤਾਂ ਠੀਕ ਹਾਂ ਵੀਰੇ। ਮੈਂ ਤਾਂ ਇਹ ਪੁੱਛਣ ਆਇਆ ਸੀ, ਜਿਹੜੀ ਮੈਂ ਤੇਰੇ ਨਾਲ ਉਹ ਪੈਸਿਆਂ ਦੀ ਗੱਲ ਕਰੀ ਸੀ ਉਹਦਾ ਹੋਇਆ ਇੰਤਜ਼ਾਮ?
ਕਿੱਥੇ ਵੀਰੇ ਜਿਹੜੀ ਪਾਰਟੀ ਤੋਂ ਪੈਸੇ ਲੈਣੇ ਆ ਉਹ ਪੈਸੇ ਦੇਣ 'ਚ ਨਹੀਂ ਆ ਰਹੀ। ਵੀਰੇ ਤੇਰੇ ਆਉਣ ਤੋਂ ਪਹਿਲਾਂ ਹੀ ਗੱਲ ਕਰਕੇ ਹਟਿਆ, ਉਹ ਤਾਂ ਕੋਈ ਰਾਹ ਸਿਰਾ ਹੀ ਨਹੀਂ ਫੜਾਉਂਦੇ। ਅੱਛਾ ਫਿਰ ਵੀਰੇ ਐਂ ਦੱਸ, ਕਿਸੇ ਹੋਰ ਪਾਸਿਓਂ ਹੋ ਸਕਦਾ ਇੰਤਜ਼ਾਮ? ਨਾ ਵੀਰੇ ਕਿਸੇ ਪਾਸਿਓਂ ਨਹੀਂ ਹੋ ਸਕਦਾ ਇੰਤਜ਼ਾਮ, ਐਵੇਂ ਮੈਂ ਤੈਨੂੰ ਹਾਂ ਕਰ ਬੈਠਾ ਤੇਰਾ ਗੇੜਾ ਖਰਾਬ ਜਾਵੇ, ਕੀ ਫਾਇਦਾ ਇਹਨਾਂ ਗੱਲਾਂ ਦਾ। ਚੱਲ ਕੋਈ ਨਹੀਂ ਵੀਰੇ, ਫਿਰ ਮੈਂ ਕਰਦਾ ਕਿਸੇ ਨਾਲ ਹੋਰ ਗੱਲ। ਚੱਲ ਠੀਕ ਹੈ ਵੀਰੇ, ਮੈਂ ਹੁਣ ਚੱਲਦਾ, ਮੈਂ ਇੱਕ ਬੰਦੇ ਨਾਲ ਹੋਰ ਵੀ ਗੱਲ ਕਰੀ ਹੋਈ ਹੈ, ਉਹਨੂੰ ਪੁੱਛਦਾ ਕੀ ਕਹਿੰਦਾ ਉਹ। ਠੀਕ ਹੈ ਵੀਰੇ। ਹੁਣ ਮੈਂ ਸ਼ੈਲੀ ਨੂੰ ਕੀ ਜਵਾਬ ਦੇਊਂਗਾ, ਜਿਹੜੇ ਮੇਰੇ ਜਾਣਕਾਰ ਨੇ ਮੇਰੇ ਆਪਣੇ ਨੇ ਉਹਨਾਂ ਨੇ ਸਭ ਨੇ ਹੱਥ ਪਿੱਛੇ ਖਿੱਚਲੇ ਪੈਸੇ ਦੇਣ ਤੋਂ। ਮੈਨੂੰ ਆਪਣੇ ਆਪ 'ਤੇ ਸ਼ਰਮ ਆ ਰਹੀ ਹੈ, ਉਹਨਾਂ ਦੇ ਔਖੇ ਟਾਈਮ ਮੈਂ ਮਦਦ ਕੀਤੀ ਅਤੇ ਹੁਣ ਮੇਰੀ ਵਾਰੀ। ਸਮਝ ਨਹੀਂ ਲੱਗਦੀ ਹੁਣ ਕਿਹੜਾ ਮੂੰਹ ਲੈ ਕੇ ਜਾਵਾਂ ਮੈਂ ਸ਼ੈਲੀ ਕੋਲ। ਸ਼ੈਲੀ, ਓ ਸ਼ੈਲੀ ਜੀ, ਤੁਸੀਂ ਫੇਰ ਉਹੀ ਕੰਮ ਕਰਿਆ ਹੈ? ਕਿਹੜਾ ਕੰਮ ਜੇ? ਤੁਸੀਂ ਨਾ ਵਾਅਦਾ ਕੀਤਾ ਸੀ ਮੇਰੇ ਨਾਲ ਵੀ ਤੁਸੀਂ ਅੱਜ ਤੋਂ ਬਾਅਦ ਪੀਂਦੇ ਨਹੀਂ ਹੈਗੇ, ਫਿਰ ਕਿਉਂ ਪੀ ਕੇ ਆਏ ਹੋ? ਸੋਰੀ, ਪਰ ਤੈਨੂੰ ਪਤਾ ਮੇਰੇ ਅੱਜ ਪੀਣ ਦਾ ਕਾਰਨ ਬਹੁਤ ਵੱਡਾ ਸੀ। ਕਾਰਨ ਕੀ ਹੋ ਗਿਆ? ਕੀ ਹੋ ਗਿਆ ਉਹ ਐਂ ਪੁੱਛ, ਕੀ ਕੁਛ ਨਹੀਂ ਹੋਇਆ। ਸ਼ੈਲੀ, ਜਿਨ੍ਹਾਂ ਦਾ ਨਾ ਮੈਂ ਔਖੇ ਟਾਈਮ 'ਚ ਸਾਥ ਦਿੱਤਾ, ਜਿਨ੍ਹਾਂ ਦਾ ਮੈਂ ਕੰਮ ਸਟੈਂਡ ਕਰਾਇਆ, ਅੱਜ ਉਹ ਸਾਰੇ ਨਾ ਔਖੇ ਟਾਈਮ 'ਚ ਮੇਰੇ ਨਾਲ ਨਹੀਂ ਖੜ ਰਹੇ ਜੀ। ਉਹ ਕੌਣ ਨੇ? ਕੌਣ ਹੋ ਸਕਦੇ ਨੇ? ਉਹ ਮੇਰੇ ਜਿਗਰੀ ਯਾਰ, ਉਹ ਮੇਰੇ ਰਿਸ਼ਤੇਦਾਰ, ਜਿਨ੍ਹਾਂ ਦਾ ਮੈਂ ਹੱਦੋਂ ਵੱਧ ਕੀਤਾ। ਤੈਨੂੰ ਪਤਾ ਜਦੋਂ ਮੇਰੇ ਚੰਗੇ ਦਿਨ ਸੀ ਨਾ ਉਦੋਂ ਮੇਰੇ ਉਹ ਅੱਗੇ ਪਿੱਛੇ ਫਿਰਦੇ ਸੀ, ਤੇ ਮੈਨੂੰ ਉਹਨਾਂ ਨੇ ਭਰਾ ਦਾ ਦਰਜਾ ਦਿੱਤਾ ਹੋਇਆ ਸੀ, ਤੇ ਹੁਣ ਉਹੀ ਨੇ ਜਿਹੜੇ ਮੈਨੂੰ ਦੇਖ ਕੇ ਮੱਥੇ ਤਿਉੜੀ ਪਾ ਲੈਂਦੇ ਨੇ। ਸੋਰੀ ਸ਼ੈਲੀ, ਮੈਥੋਂ ਹਜੇ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ, ਪਰ ਮੈਂ ਹੈਗਾ, ਮੈਂ ਨਾ ਪੱਕਾ ਪੈਸਿਆਂ ਦਾ ਇੰਤਜ਼ਾਮ ਕਰਕੇ ਰਹੂੰਗਾ। ਠੀਕ ਕਹਿੰਦੇ ਹੋ, ਔਖੇ ਟਾਈਮ 'ਚ ਨਾ ਕੋਈ ਨਹੀਂ ਨਾਲ ਖੜਦਾ, ਪਰ ਤੁਸੀਂ ਨਾ ਹੁਣ ਫਿਕਰ ਨਾ ਕਰੋ, ਮੇਰੀ ਭਰਜਾਈ ਹੈਗੀ ਆ, ਉਹ ਆਪਣੀ ਮਦਦ ਕਰੋ, ਤੁਹਾਨੂੰ ਪੂਰਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਹੁਣ ਤੁਸੀਂ ਆਰਾਮ ਨਾਲ ਸੌਂ ਜਾਓ, ਆਪਾਂ ਸਵੇਰੇ ਗੱਲ ਕਰਾਂਗੇ। ਹਜੇ ਤਾਂ ਤੁਹਾਨੂੰ ਮੈਂ ਇਹ ਵੀ ਨਹੀਂ ਦੱਸਿਆ ਵੀ ਅੱਜ ਤੁਹਾਡੀ ਭੈਣ ਆ ਕੇ ਗਈ ਆ ਅਤੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਗਈ ਆ। ਛੱਡੋ ਉਹਨੂੰ,
ਸਵੇਰੇ ਹੀ ਦੱਸੂੰਗੀ ਉਹਦਾ ਵੀ। ਹੁਣ ਤੁਸੀਂ ਆਰਾਮ ਨਾਲ ਸੌਂ ਜਾਓ, ਸਵੇਰੇ ਗੱਲ ਕਰਦੇ ਹਾਂ। ਮੈਂ ਨਾ ਵਿਆਹ ਵਾਸਤੇ ਇੱਕ ਤਾਂ ਨਵੀਂ ਕੋਟੀ ਲੈ ਆਉਂਦੀ ਹਾਂ, ਨਾਲੇ ਸ਼ੋਲ ਲੈ ਆਉਂਦੀ ਹਾਂ। ਐਵੇਂ ਇੰਤਜ਼ਾਰ ਕਾਹਦਾ ਕਰਨਾ, ਮੈਂ ਹੁਣੇ ਹੀ ਜਾਂਦੀ ਹਾਂ। ਸ਼ਵਨੀਤ ਉਰੇ ਆਈ? ਆਪ ਤਾਂ ਮਾਤਾ ਸਾਰਾ ਦਿਨ ਵਿਹਲੀ ਰਹਿੰਦੀ ਆ, ਮੈਨੂੰ ਚੈਨ ਨਹੀਂ ਲੈਣ ਦਿੰਦੀ ਹੈਗੀ। ਹਾਂਜੀ ਮੰਮੀ। ਹਾਂਜੀ ਮੰਮੀ ਬੋਲੋ। ਪੁੱਤ ਮੈਂ ਜਾਣਾ ਬਾਜ਼ਾਰ, ਤੂੰ ਨਾ ਪਿੱਛੋਂ ਘਰ ਦੇ ਸਾਰੇ ਕੰਮ ਦੇਖ ਲਈ। ਬਾਜ਼ਾਰ ਨਾ ਅੱਜ ਫੇਰ ਬਾਜ਼ਾਰ? ਇਹੋ ਜਿਹਾ ਕੀ ਰਹਿ ਗਿਆ ਤੁਹਾਡਾ ਜਿਹੜਾ ਰੋਜ਼ ਰੋਜ਼ ਬਾਜ਼ਾਰ ਤੁਰੇ ਰਹਿੰਦੇ ਹੋ? ਨਾ ਤੈਨੂੰ ਨੀ ਪਤਾ, ਵਿਆਹ ਦੇ ਨਾ 3600 ਕੰਮ ਹੁੰਦੇ ਨੇ, ਬਾਜ਼ਾਰ ਚ ਕੁਛ ਨਾ ਕੁਛ ਲਿਆਉਣ ਵਾਸਤੇ ਜਾਣਾ ਤਾਂ ਪੈਂਦਾ ਹੀ ਆ। ਨਾ ਫੇਰ ਵੀ ਦੱਸੋ ਤਾਂ ਸਹੀ, ਬਾਜ਼ਾਰੋਂ ਕੀ ਲੈ ਕੇ ਆਉਣਾ? ਤੈਨੂੰ ਪਤਾ ਤਾਂ ਹੈ ਵੀ ਠੰਡ ਕਿੰਨੀ ਪੈਂਦੀ ਆ, ਮੈਂ ਤਾਂ ਨਾ ਆਪਦੇ ਵਾਸਤੇ ਇੱਕ ਸ਼ੋਲ ਤੇ ਕੋਟੀ ਲੈ ਕੇ ਆਉਣੀ ਆ ਬਾਜ਼ਾਰੋਂ। ਸ਼ੋਲ ਕੋਟੀ, ਕਮਾਲ ਆ ਮੰਮੀ ਤੁਹਾਡੀ ਤਾਂ। ਮੈਂ ਆ ਕਮਾਲ ਕਮਾਲ ਕਰੀ ਜਾਂਦੀ ਆ, ਠੰਡ ਤਾਂ ਤੈਨੂੰ ਵੀ ਓਨੀ ਹੀ ਲੱਗਦੀ ਆ ਜਿੰਨੀ ਮੈਨੂੰ ਲੱਗਦੀ ਆ। ਊ ਨੀ ਪਾਏਗੀ ਕੋਟੀ? ਨਾ ਮੰਮੀ ਮੈਂ ਤਾਂ ਕੋਈ ਨੀ ਪਾਉਂਦੀ, ਨਾ ਵਿਆਹ ਦੇ ਵਿੱਚ ਭਰਜਾਈ ਕੋਟੀ ਸ਼ੋਲ ਪਾਉਂਦੀ ਚੰਗੀ ਲੱਗੂਗੀ। ਚੱਲ ਤੂੰ ਨਾ ਮਾਈ, ਪਰ ਮੈਂ ਤਾਂ ਆਪਦੇ ਲਈ ਲੈ ਕੇ ਆਉਣੀ ਆ। ਮੰਮੀ ਕੋਟੀ ਸ਼ੋਲ ਦੀ ਗੱਲ ਤਾਂ ਲੈਦਾ ਰਹੀ, ਹੋਰ ਕੀ ਕੀ ਲੈ ਕੇ ਆਉਣਾ ਤੁਸੀਂ? ਮੈਂ ਹੋਰ ਅਜੇ ਤਾਂ ਮੇਰੇ ਕੁਛ ਨੀ ਯਾਦ, ਬਸ ਆ ਕੋਟੀ ਸ਼ੋਲ ਹੀ ਲੈ ਕੇ ਆਉਂਗੀ। ਬਸ ਇੱਕ ਕੋਟੀ ਸ਼ੋਲ ਪਿੱਛੇ ਜਾਣਾ? ਨਾ ਰੋਜ਼ ਰੋਜ਼ ਬਾਜ਼ਾਰ ਜਾਣ ਨੂੰ ਤੁਹਾਨੂੰ ਕੀ ਹੋਇਆ? ਸਾਰਾ ਸਮਾਨ ਨਾ ਲਿਖ ਕੇ ਰੱਖ ਲਓ, ਫਿਰ ਇੱਕ ਦਿਨ ਇਕੱਠਾ ਲੈ ਆਇਓ। ਨਹੀਂ ਐ ਨਹੀਂ ਹੁੰਦਾ ਹੁੰਦਾ ਜਿਵੇਂ ਤੂੰ ਕਹਿਣੀ ਆ, ਬਸ ਤੈਨੂੰ ਜਿਹੜਾ ਕੁਛ ਕਿਹਾ ਨਾ ਤੂੰ ਉਹ ਕਰ, ਮੇਰੇ ਗਈ ਪਿੱਛੋਂ ਨਾ ਘਰ ਦੇ ਸਾਰੇ ਕੰਮ ਸਾਂਭ ਲਈ। ਮੰਮੀ ਵੈਸੇ ਵੀ ਨਾ ਘਰ ਦੇ ਸਾਰੇ ਕੰਮ ਮੈਂ ਹੀ ਕਰਦੀ ਹਾਂ, ਕੋਈ ਬਾਹਰੋਂ ਆ ਕੇ ਨਹੀਂ ਕਰਕੇ ਜਾਂਦਾ। ਜਵਾਨ ਦੇਖ ਲੈ ਕਿਵੇਂ ਕੈਂਚੀ ਵਾਂਗੂ ਚੱਲਦੀ ਆ, ਮਜ਼ਾਕ ਆ ਇਹ ਕਦੇ ਚੁੱਪ ਰਹਿ ਜਾਵੇ। ਮੰਮੀ ਜੀ ਇਹ ਤਾਂ ਆਈ ਚੱਲੂਗੀ, ਨਾਲੇ ਕਿੰਨੀ ਕੁ ਦੇਰ ਬੰਦਾ ਚੁੱਪ ਰਹਿ ਲੈ, ਮੈਂ ਵੀ ਤੁਹਾਡੇ ਨਾਲ ਅੱਜ ਬਾਜ਼ਾਰ ਜਾਊਂਗੀ। ਉਹ ਰਹਿਣ ਦੇ ਭੈਣੇ, ਪਿਛਲੀ ਵਾਰ ਨਾ ਤੈਨੂੰ ਨਾਲ ਲਿਜਾ ਕੇ ਮੈਂ ਤਾਂ ਆਪਦਾ ਪਰਸ ਹੀ ਖੋ ਲਿਆ, ਜੇ ਇਸ ਵਾਰ ਤੈਨੂੰ ਨਾਲ ਲੈ ਗਈ ਨਾ ਪਤਾ ਨੀ ਮੇਰਾ ਹੋਰ ਕੀ ਕੁਛ ਗਵਾ ਜੂ। ਜੇ ਇਹੀ ਗੱਲ ਆ ਨਾ, ਬਾਜ਼ਾਰ ਤਾਂ ਤੁਹਾਨੂੰ ਮੈਂ ਵੀ ਨਹੀਂ ਜਾਣ ਦਿੰਦੀ, ਚਾਹੇ ਮੈਨੂੰ ਕੁਛ ਵੀ ਕਰਨਾ ਪੈ ਜੇ। ਨਾ ਹੁਣ ਬਿਟਰ ਬਿਟਰ ਕੀ ਜਾ ਕੀ ਜਾਨੀ ਹੈ, ਉਹ ਜਾ ਕੇ ਉੱਠ ਕੇ ਆਪਦੇ ਕੰਮ ਕਰ ਲੈ। ਜਾਨੀ ਆ, ਮੇਰੇ ਨਾਲ ਕਿਹੜਾ ਕਿਸੇ ਨੇ ਕੰਮ ਕਰਾਉਣੇ ਨੇ। ਹਾਏ ਮੰਮੀ ਮੇਰਾ ਪੈਰ, ਹਾਏ 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 ਮੇਰਾ ਪੈਰ, ਹਾਏ ਮੰਮੀ ਮੇਰਾ ਪੈਰ ਮੁੱਚ ਗਿਆ। ਦੇਖਾ ਕੀ ਹੋਇਆ ਨਾ, ਨਾ ਨਾ ਮੰਮੀ ਹੱਥ ਨਾਲ ਹੱਥ ਨਹੀਂ ਲੱਗਦਾ, ਹਾਏ ਹੁਣ ਮੈਂ ਕੀ ਕਰਾਂ। ਕਰ ਲੈਂਦੀ ਆ, ਹੁਣ ਤੂੰ ਕਰ ਆਰਾਮ, ਮੈਂ ਤੇਰੇ ਲਈ ਮੋਜਰੀ ਦਵਾਈ ਲੈ ਕੇ ਆਉਂਦੀ ਆ। ਨਾ ਨਾ ਮੰਮੀ ਐ ਨੀ ਆਰਾਮ ਹੋਣਾ, ਇਹ ਤਾਂ ਡਾਕਟਰ ਨੂੰ ਦਿਖਾਉਣਾ ਪੈਣਾ ਫੇਰ ਹੀ ਠੀਕ ਹੋਊਗਾ। ਨਾ ਜਿੰਨੀ ਦੇਰ ਆਪਾਂ ਇਹਨੂੰ ਡਾਕਟਰ ਨੂੰ ਨਹੀਂ ਦਿਖਾਉਂਦੇ ਫਿਰ ਤੂੰ ਓਨੀ ਦੇਰ ਇੱਕ ਨਹੀਂ ਹਾਇਬੂ ਕਰੀ ਜਾਏਗੀ। ਮੰਮੀ ਫਿਰ ਹੁਣ ਕਰ ਵੀ ਕੀ ਸਕਦੇ ਆ, ਮੈਨੂੰ ਤਾਂ ਨਾ ਦਵਾਈ ਵੀ ਸਾਡੇ ਫੈਮਿਲੀ ਡਾਕਟਰ ਦੀ ਲੱਗਦੀ ਆ, ਹੋਰ ਕਿਸੇ ਦੀ ਦਵਾਈ ਵੀ ਨਹੀਂ ਲੱਗਦੀ। ਮੰਮੀ ਮੈਂ ਨਾ ਇਹਨਾਂ ਨੂੰ ਫੋਨ ਕਰ ਦਿੰਦੀ ਹਾਂ, ਇਹ ਮੈਨੂੰ ਡਾਕਟਰ ਦੇ ਦਿਖਾ ਆਉਣਗੇ। ਥੋੜੀ ਜਿਹੀ ਮੋਜ ਪਿੱਛੇ ਤੂੰ ਮੁੰਡੇ ਨੂੰ ਬੁਲਾਏਗੀ, ਉਹਦਾ ਕੰਮ ਛਡਾਏਗੀ, ਤੂੰ ਉਹਨੂੰ ਰਹਿਣ ਦੇ ਬੁਲਾਉਣ ਨੂੰ, ਮੈਂ ਹੀ ਚੱਲਦੀ ਹਾਂ ਤੇਰੇ ਨਾਲ। ਤੁਸੀਂ ਨਹੀਂ ਚੱਲ ਸਕਦੇ, ਤੁਸੀਂ ਰਹਿਣ ਦਿਓ। ਹਾਏ ਮੇਰਾ ਪੈਰ। ਕਿਉਂ, ਮੈਂ ਕਿਉਂ ਨਹੀਂ ਤੇਰੇ ਨਾਲ ਚੱਲ ਸਕਦੀ? ਮੰਮੀ ਘਰ ਦੇ ਨਾ ਸਾਰੇ ਕੰਮ ਪੈ ਨੇ ਕਰਨ ਵਾਲੇ, ਹਜੇ ਤਾਂ ਮੈਂ ਸਵੇਰ ਦੇ ਭਾਂਡੇ ਵੀ ਨਹੀਂ ਮਾਂਜੇ।
ਮੰਮੀ ਫੈਕਟਰੀ ਤਾਂ ਡੈਡੀ ਜੀ ਵੀ ਸਾਂਭ ਲੈਣਗੇ, ਇਹ ਮੈਨੂੰ ਲੈ ਜਾਣਗੇ ਡਾਕਟਰ ਕੋਲੇ, ਪਰ ਘਰ ਦੇ ਕੰਮ ਤਾਂ ਤੁਹਾਨੂੰ ਹੀ ਕਰਨੇ ਪੈਣਗੇ ਨਾ, ਬਾਕੀ ਤੁਹਾਡੀ ਮਰਜ਼ੀ ਹੈ। ਕਹਿ ਤਾਂ ਤੂੰ ਠੀਕ ਰਹੀ ਆ, ਫਿਰ ਤੂੰ ਕਰ ਲਾ ਮੁੰਡੇ ਨੂੰ ਫੋਨ, ਫਿਰ ਮੈਂ ਬਾਜ਼ਾਰ ਕੱਲ ਨੂੰ ਹੀ ਜਾ ਆਉਂਗੀ। ਹਾਏ ਮੇਰਾ ਪੈਰ। ਪੁੱਤ ਜੇ ਤੇਰੇ ਨਾ ਬਾਹਲਾ ਹੀ ਦਰਦ ਹੋ ਰਿਹਾ, ਮੈਂ ਤੇਰੇ ਟਿਊਬ ਲਾ ਦਿੰਦੀ ਹਾਂ, ਥੋੜਾ ਬਹੁਤ ਤਾਂ ਫਰਕ ਪਊਗਾ ਹੀ। ਨਾ ਨਾ ਮੰਮੀ, ਇਹ ਨਹੀਂ ਆਏ ਠੀਕ ਹੁੰਦਾ, ਮੈਂ ਕਰਦੀ ਹਾਂ ਬਸ ਇਹਨਾਂ ਨੂੰ ਫੋਨ, ਜਾਂਦੇ ਹਾਂ ਅਸੀਂ ਡਾਕਟਰ ਕੋਲੇ। ਚੱਲ ਚੰਗਾ, ਮੈਂ ਵੀ ਫਿਰ ਜਾ ਕੇ ਲੱਗਦੀ ਹਾਂ ਕੰਮ। ਹਾਂਜੀ ਹਾਂਜੀ ਮੰਮੀ, ਸਵੇਰ ਦੇ ਭਾਂਡੇ ਵੀ ਬਹੁਤ ਪਏ ਨੇ ਕਰਨ ਵਾਲੇ। ਲੈ ਸ਼ੁਭਨੀਤ, ਕਰਤਾ ਮਾਤਾ ਦਾ ਬਾਜ਼ਾਰ ਜਾਣਾ ਕੈਂਸਲ, ਅਤੇ ਹੁਣ ਅੱਜ ਮਾਤਾ ਕਰੂ ਘਰ ਦੇ ਸਾਰੇ ਕੰਮ, ਅਤੇ ਮੇਰੀ ਅੱਜ ਕੰਮਾਂ ਤੋਂ ਛੁੱਟੀ। ਸ਼ੈਲੀ ਸੋਰੀ, ਸ਼ੈਲੀ ਮੇਤੋਂ ਰਾਤ ਫੇਰ ਗਲਤੀ ਹੋ ਗਈ, ਜਿਹੜੀ ਮੈਂ ਰਾਤ ਪੀ ਕੇ ਆ ਗਿਆ। ਪਰ ਮੈਂ ਵੀ ਕੀ ਕਰਾਂ ਯਾਰ, ਮੇਰੇ ਦੋਸਤ, ਮੇਰੇ ਰਿਸ਼ਤੇਦਾਰ, ਜਿਨ੍ਹਾਂ ਦੀ ਮੈਂ ਔਖੇ ਟਾਈਮ 'ਚ ਇੰਨੀ ਮਦਦ ਕੀਤੀ ਹੈ, ਉਹਨਾਂ ਦੇ ਇੱਕ ਬੋਲ ਬੁਲਾਏ 'ਤੇ ਨਾ ਮੈਂ ਉੱਥੇ ਹਾਜ਼ਰ ਹੁੰਦਾ ਸੀ, ਪਰ ਮੇਰੀ ਵਾਰੀ। ਜੀ ਰਿਸ਼ਤੇਦਾਰ ਤਾਂ ਨਾ ਹੁੰਦੇ ਹੀ ਇਹੋ ਜਿਹੇ ਨੇ, ਤੁਸੀਂ ਕਿਉਂ ਉਹਨਾਂ ਅੱਗੇ ਹੱਥ ਆੜਦੇ ਹੋ? ਜੇ ਮੇਰੀ ਮੰਨੋ ਨਾ, ਮੇਰੇ ਕੋਲ ਆਪਣੀ ਆਹ ਟੈਨਸ਼ਨਾਂ ਦਾ ਨਾ ਇੱਕ ਹੱਲ ਹੈਗਾ। ਹੱਲ? ਤੇਰੇ ਕੋਲ ਕਿਹੜਾ ਹੱਲ ਹੈ? ਹੱਲ ਹੈਗਾ ਮੇਰੇ ਕੋਲ, ਤੇ ਆਪਣੀ ਮਦਦ ਕਰਨ ਨੂੰ ਵੀ ਨਾ ਤਿਆਰ ਆ, ਹੋਰ ਕੋਈ ਨਹੀਂ, ਉਹ ਹੈਗੀ ਆਪਣੀ ਹੀ ਆ। ਆਪਣੀ ਹੈ? ਉਹ ਤੂੰ ਸਾਫ ਸਾਫ ਦੱਸ ਕਿਹਦੀ ਗੱਲ ਕਰ ਰਹੀ ਹੈ? ਜੀ ਮੈਂ ਗੱਲ ਕਰ ਰਹੀ ਹਾਂ ਮੇਰੀ ਭਾਬੀ ਦੀ। ਹੈਰਾਨ ਜੇ ਕਿਉਂ ਹੁੰਦੇ ਹੋ? ਉਹ ਮੈਨੂੰ ਭਾਬੀ ਦਾ ਫੋਨ ਆਇਆ ਸੀ, ਉਹ ਕਹਿੰਦੇ ਆਪਣੇ ਘਰ ਦੇ ਹਾਲਾਤਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ, ਇਸ ਲਈ ਉਹ ਆਪਣੀ ਮਦਦ ਕਰਨ ਨੂੰ ਤਿਆਰ ਨੇ, ਜਿੰਨੇ ਆਪਾਂ ਨੂੰ ਪੈਸੇ ਚਾਹੀਦੇ ਨੇ ਉਹ ਆਪਾਂ ਨੂੰ ਦੇ ਦੇਣਗੇ। ਉਹ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਆਪਣੀ ਭਾਬੀ ਦੀਆਂ ਗੱਲਾਂ ਜਾਈ ਬੈਠੀ ਹੈ। ਜੀ ਗੱਲਾਂ 'ਚ ਆਉਣ ਵਾਲੇ ਤਾਂ ਗੱਲ ਹੀ ਨਹੀਂ, ਭਾਬੀ ਨੇ ਕਿਹੜਾ ਕੁਛ ਗਲਤ ਕਿਹਾ? ਉਹ ਜੇ ਤੁਹਾਨੂੰ ਲੱਗਦਾ ਨਾ ਵੀ ਆਪਾਂ ਭਾਬੀ ਤੋਂ ਐਂ ਪੈਸੇ ਨਹੀਂ ਲੈ ਸਕਦੇ, ਉਧਾਰੇ ਤਾਂ ਲੈ ਸਕਦੇ ਹਾਂ, ਜਦੋਂ ਆਪਣੇ ਕੋਲ ਆ ਗਏ ਆਪਾਂ ਭਾਬੀ ਨੂੰ ਮੋੜ ਆਵਾਂਗੇ। ਉਹ ਮੇਰੀ ਗੱਲ ਨੂੰ ਸਮਝੋ, ਘਰ ਦੀ ਗੱਲ ਘਰ ਦੇ ਵਿੱਚ ਹੀ ਰਹਿ ਜਾਓ, ਕਿਸੇ ਨੂੰ ਪਤਾ ਵੀ ਨਹੀਂ ਚੱਲਣਾ ਵੀ ਆਪਾਂ ਭਾਬੀ ਤੋਂ ਪੈਸੇ ਉਧਾਰੇ ਲਏ ਆ। ਨਹੀਂ ਸ਼ੈਲੀ, ਮੈਂ ਨਹੀਂ ਪੈਸੇ ਲੈਣੇ ਤੇਰੀ ਭਾਬੀ ਤੋਂ। ਜੀ ਫੇਰ ਉਹੀ ਗੱਲ, ਜੇ ਬਿਨਾਂ ਕੁਛ ਆਪਣੇ ਮੰਗੇ ਆਪਣੇ ਉਹ ਮਦਦ ਕਰ ਰਹੇ ਨੇ, ਇਹਦੇ ਚ ਹਰਜੀ ਕੀ ਆ? ਉਹ ਹਰਜੀ ਹਰਜ ਹੈ ਜਿਹੜੀ ਤੈਨੂੰ ਕੋਈ ਗੱਲ ਹੀ ਨਹੀਂ ਸਮਝ ਲੱਗ ਰਹੀ, ਐਵੇਂ ਬਿਨਾਂ ਮਦਦ ਤੋਂ ਆਪਦੀ ਭਾਬੀ ਦੀਆਂ ਗੱਲਾਂ 'ਚ ਆ ਕੇ ਬਹਿਗੀ। ਫਿਰ ਕਰੋ ਇੰਤਜ਼ਾਮ ਪੈਸਿਆਂ ਦਾ, ਉਹ ਵਿਆਹ ਨਿਕਲ ਜਾਣਾ ਪਰ ਤੁਹਾਡੇ ਤੋਂ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਣਾ। ਮੈਂ ਕਿਹਾ ਮੰਨੋ ਮੇਰੀ ਗੱਲ, ਆਪਾਂ ਵਧੀਆ ਰਹਾਂਗੇ, ਲੈ ਲੈਂਦੇ ਆ ਪੈਸੇ, ਹਜੇ ਤਾਂ ਤੁਹਾਨੂੰ ਪਤਾ ਭਾਬੀ ਨੇ ਮੈਨੂੰ ਇੱਕ ਹੋਰ ਵੀ ਵਧੀਆ ਆਈਡੀਆ ਦਿੱਤਾ।
ਉਹ ਕਹਿੰਦੇ ਵੀ ਜਦੋਂ ਪੈਸੇ ਲੈਣ ਆਉਣਾ ਨਾ ਤਾਂ ਇਕੱਲਾ ਰਾਜ ਹੀ ਆ ਜੇ ਪੈਸੇ ਲੈਣ, ਗੱਲ ਆਪਣੇ 'ਚ ਹੀ ਰਹਿ ਜੂਗੀ, ਕਿਸੇ ਨੂੰ ਪਤਾ ਵੀ ਨਹੀਂ ਲੱਗੂ। ਨਾ ਮੈਂ ਪੈਸੇ ਮੰਗੂ ਤੇਰੀ ਭਰਜਾਈ ਤੋਂ, ਉਹ ਇਹ ਭੁੱਲ ਜਾ ਪੈਸੇ ਮੰਗਦੀ ਹੈ ਮੇਰੀ ਜੁੱਤੀ। ਨਾਲੇ ਤੂੰ ਸੋਚ ਵੀ ਕਿਵੇਂ ਲਿਆ ਵੀ ਚਾਰ ਪੈਸਿਆਂ ਲਈ ਮੈਂ ਤੇਰੀ ਭਾਬੀ ਦੇ ਮੂਹਰੇ ਹੱਥ ਅੱਡੂ, ਉਹ ਮੈਂ ਵਿਆਹ ਤੇ ਜਾਣਾ ਕੈਂਸਲ ਕਰ ਦੂੰ, ਪਰ ਉਹਦੇ ਮੂਹਰੇ ਹੱਥ ਕਦੇ ਨਹੀਂ ਅੜਦਾ। ਮੈਨੂੰ ਆਏ ਕਿਉਂ ਲੱਗਦਾ ਵੀ ਤੈਨੂੰ ਆਪਦੀ ਘਰਵਾਲੀ ਦੀ ਇੱਜ਼ਤ ਹੀ ਨਹੀਂ ਪਿਆਰੀ ਜਿਹੜੀਆਂ ਤੂੰ ਉਹਦੀਆਂ ਗੱਲਾਂ 'ਚ ਆ ਗਈ। ਤੂੰ ਆਪ ਹੀ ਸੋਚ, ਜੇ ਬੰਦੇ ਨੇ ਮਦਦ ਕਰਨੀ ਹੁੰਦੀ ਹੈ ਨਾ ਬਿਨਾਂ ਬੋਲਿਆਂ ਕਰਦਾ, ਆਏ ਨਹੀਂ ਕਹਿੰਦਾ ਮੇਤੋਂ ਆ ਕੇ ਪੈਸੇ ਲੈ ਕੇ ਜਾਓ। ਉਹ ਨਾਲੇ ਜਦੋਂ ਮੈਂ ਕਰ ਰਿਹਾ ਇੰਤਜ਼ਾਮ, ਤੂੰ ਮੇਰੇ ਤੇ ਤਾਂ ਥੋੜਾ ਬਹੁਤ ਯਕੀਨ ਰੱਖ। ਕੀ ਯਕੀਨ ਰੱਖਾਂ, ਵਿਆਹ ਸਿਰ ਤੇ ਆ ਗਿਆ, ਕੱਪੜਾ ਲੀੜਾ ਤਾਂ ਦੂਰ, ਮੈਂ ਇੱਕ ਲੀਰ ਤੱਕ ਨਹੀਂ ਖਰੀਦੀ। ਜੋ ਮਰਜ਼ੀ ਕਹਿ ਲੈ, ਮੈਂ ਤੇਰੀ ਭਾਬੀ ਕੋਲੋਂ ਪੈਸੇ ਮੰਗਣ ਨਹੀਂ ਜਾਊਂਗਾ, ਉਹ ਮੈਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ ਨਾ, ਇਹ ਮੈਂ ਕਦੇ ਨਹੀਂ ਹੋਣ ਦਿਊਂਗਾ। ਉਹ ਜੇ ਮੇਰੀ ਭਾਬੀ ਤੋਂ ਪੈਸੇ ਮੰਗ ਲਓਗੇ ਇਹਦੇ 'ਚ ਗਲਤ ਕੀ ਆ, ਉਂਝ ਵੀ ਤਾਂ ਹੱਥ ਪੱਲਾ ਮਾਰਦੇ ਹੀ ਫਿਰਦੇ ਹੋ। ਪਰ ਨਹੀਂ, ਪੈਸੇ ਨਹੀਂ ਮੰਗਣੇ, ਸਾਡੇ ਈਗੋ ਦਾ ਸਵਾਲ ਆ। ਹੈਲੋ ਹੈਲੋ, ਧੀਏ ਕੀ ਹਾਲ ਨੇ ਤੇਰੇ? ਵਧੀਆ ਮੰਮੀ ਸਭ। ਕੀ ਹੋ ਗਿਆ, ਐਂ ਕਿਉਂ ਬੋਲਦੀ ਆ, ਕੋਈ ਗੱਲ ਹੋ ਗਈ? ਕੁਛ ਨਹੀਂ ਮੰਮੀ, ਆ ਰਾਜ ਨਾ ਮੇਰੇ ਨਾਲ ਹੁਣੇ ਲੜ ਕੇ ਗਏ ਆ। ਲੜ ਕੇ? ਪਰ ਕਿਉਂ? ਮੰਮੀ ਮੈਨੂੰ ਨਾ ਭਾਬੀ ਦਾ ਫੋਨ ਆਇਆ ਸੀ, ਉਹ ਮੈਨੂੰ ਕਹਿੰਦੇ ਜੇ ਤੁਹਾਨੂੰ ਪੈਸੇ ਉਧਾਰੇ ਚਾਹੀਦੇ ਆ ਨਾ ਤਾਂ ਮੇਰੇ ਤੋਂ ਲੈ ਲਵੋ। ਕੀ ਕਿਹਾ? ਹਾਂ ਮੰਮੀ, ਮੈਨੂੰ ਭਾਬੀ ਦੀ ਗੱਲ ਗਲਤ ਨਹੀਂ ਲੱਗੀ ਹੈਗੀ, ਉਹ ਤਾਂ ਕਹਿੰਦੇ ਵੀ ਪੈਸੇ ਮੈਂ ਤੁਹਾਨੂੰ ਉਧਾਰੇ ਦੇ ਦਿੰਦੀ ਹਾਂ, ਜਦੋਂ ਤੁਹਾਡੇ ਕੋਲ ਆ ਗਏ ਤਾਂ ਤੁਸੀਂ ਮੈਨੂੰ ਮੋੜ ਦਿਓ। ਇਹ ਸਾਰਾ ਕੁਛ ਤੈਨੂੰ ਸ਼ੁਭਨੀਤ ਨੇ ਕਿਹਾ? ਹਾਂਜੀ ਮੰਮੀ। ਹਾਏ ਰੱਬਾ, ਮੈਂ ਕੀ ਕਰਾਂ ਇਹਦਾ, ਇਹ ਤਾਂ ਨਾ ਪੰਗੇ ਲੈਣੋਂ ਹੀ ਨਹੀਂ ਹਟਦੀ। ਪਰ ਮੰਮੀ, ਭਾਬੀ ਨੇ ਕਿਹੜਾ ਕੁਛ ਗਲਤ ਕਿਹਾ, ਉਹ ਇੰਨੀ ਕਕਲ ਤਾਂ ਮੈਨੂੰ ਵੀ ਹੈਗੀ ਆ ਵੀ ਜੇ ਆਪਾਂ ਕਿਸੇ ਤੋਂ ਪੈਸੇ ਉਧਾਰੇ ਲੈਂਦੇ ਆ ਨਾ ਤਾਂ ਉਹਨੂੰ ਮੋੜਨੇ ਵੀ ਹੁੰਦੇ ਆ ਤੇ ਅਸੀਂ ਉਹ ਮੋੜ ਦਾਂਗੇ। ਧੀਏ, ਤੂੰ ਤਾਂ ਹੈਗੀ ਭੋਲੀ, ਪਰ ਮੇਰੀ ਨੂੰ, ਉਹਨੂੰ ਤਾਂ ਚੰਗੀ ਤਰ੍ਹਾਂ ਪਤਾ ਵੀ ਦੂਜਿਆਂ ਦੇ ਘਰ 'ਚ ਕਿਵੇਂ ਪਾੜ ਪਾਉਣਾ। ਤੂੰ ਮੈਨੂੰ ਐਂ ਦੱਸ, ਫਿਰ ਰਾਜ ਕੀ ਕਹਿੰਦਾ ਤੈਨੂੰ? ਮੰਮੀ ਜੀ, ਇਹ ਤਾਂ ਮੰਨੇ ਹੀ ਨਹੀਂ ਹੈਗੇ, ਇਹ ਕਹਿੰਦੇ ਮੈਂ ਤੇਰੀ ਭਾਬੀ ਅੱਗੇ ਨੱਕ ਰਗੜਾਂ, ਇਹ ਨਹੀਂ ਹੋ ਸਕਦਾ। ਨਾਲੇ ਹੁਣ ਤੁਸੀਂ ਆਪ ਹੀ ਦੱਸੋ, ਘਰ 'ਚ ਰੁਪਈਆ ਤੱਕ ਨਹੀਂ, ਉਹ ਮੈਂ ਸ਼ੋਪਿੰਗ ਕਾਹਦੀ ਕਰਾਂ, ਵਿਆਹ 'ਤੇ ਕਿਵੇਂ ਆਵਾਂ? ਕੋਈ ਨਹੀਂ ਪੁੱਤ, ਜੇ ਰਾਜ ਕਹਿੰਦਾ ਨਾ ਮੈਂ ਪੈਸਿਆਂ ਦਾ ਹੱਲ ਕਰ ਲੈਣਾ ਤਾਂ ਉਹਨੇ ਕਰ ਲੈਣਾ। ਨਾਲੇ ਨਾ ਪੁੱਤ, ਤੂੰ ਸਿਆਣਪ ਤੋਂ ਕੰਮ ਲੈ, ਜੇ ਰਾਜ ਕਹਿੰਦਾ ਨਾ ਵੀ ਨਹੀਂ ਪੈਸੇ ਮੰਗਣੇ ਤਾਂ ਤੂੰ ਉਹਨੂੰ ਮਜਬੂਰ ਨਾ ਕਰ। ਚੱਲ ਠੀਕ ਆ ਪੁੱਤ, ਤੈਨੂੰ ਮੈਂ ਜਿਹੜੀ ਗੱਲ ਕਹੀ ਹੈ ਨਾ ਤੂੰ ਉਹਦਾ ਧਿਆਨ ਰੱਖੀ, ਨਾਲੇ ਨਾ ਤੂੰ ਰਾਜ ਨੂੰ ਮਨਾ ਲਈ, ਖੁਸ਼ੀ ਵਾਲੇ ਤਾਂ ਦਿਨ ਨੇ, ਐਵੇਂ ਮੂੰਹ ਬਣਾ ਕੇ ਕਿਉਂ ਬੈਠਣਾ? ਮੈਂ ਨਾ ਤੈਨੂੰ ਬਾਅਦ 'ਚ ਫੋਨ ਕਰਦੀ ਹਾਂ। ਸ਼ਰਮ ਨਹੀਂ ਆਉਂਦੀ ਇਹਨੂੰ, ਪੁੱਠੇ ਪੰਗੇ ਲੈਂਦੀ ਆ। ਦੱਸ, ਆਪਦੀ ਨਣਦ ਦੇ ਘਰ 'ਚ ਹੀ ਲੜਾਈ ਪਵਾਤੀ,
ਉਹ ਮੈਂ ਹੀ ਇਹਦਾ ਫਿਕਰ ਕਰਦੀ ਫਿਰਦੀ ਆ। ਉਹ ਥੋੜਾ ਜਿਹਾ ਪੈਰ ਕੀ ਮੁਚਿਆ, ਮੈਂ ਤਾਂ ਇਹ ਬੈੱਡ ਤੇ ਬਿਠਾਤੀ, ਪਰ ਇਹ ਤਾਂ ਆਪਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੀ। ਉਹ ਮਾਤਾ ਮੌਜਾਂ ਕਰਦੀ ਆ ਤੇਰੀ ਧੀ, ਸਹੁਰੇ ਘਰ ਵੀ ਤੇਰੀ ਧੀ ਦੀ ਇਹ ਪ੍ਰਧਾਨਗੀ ਆ, ਇੱਥੋਂ ਤੱਕ ਕਿ ਨੰਦ ਦੇ ਘਰ ਦੇ ਵਿੱਚ ਵੀ ਤੇਰੀ ਧੀ ਦੀ ਇਹ ਪ੍ਰਧਾਨਗੀ ਚੱਲਦੀ ਆ। ਮੰਮੀ ਮੈਂ ਕੀ ਕਰਨਾ, ਮੈਂ ਤਾਂ ਵਿਹਲੀ ਹਾਂ, ਸਾਰੇ ਕੰਮਾਂ 'ਤੇ ਤਾਂ ਮੈਂ ਆਪਣੀ ਸੱਸ ਨੂੰ ਲਾ ਰੱਖਿਆ। ਮੰਮੀ ਮੇਰਾ ਪੈਰ ਬਾਹਰ ਦੁਖਦਾ, ਮੈਂ ਤੁਹਾਨੂੰ ਬਾਅਦ 'ਚ ਗੱਲ ਕਰਦੀ ਹਾਂ। ਬਾਹਲਾ ਦੁਖਦਾ ਪੈਰ? ਹਾਂਜੀ ਮੰਮੀ ਬਹੁਤ ਦੁਖਦਾ। ਫੇਰ ਨਾ ਜੇ ਇੰਨਾ ਦੁਖਦਾ ਸੀ ਫਿਰ ਤਾਂ ਖੜੀ ਗੱਲਾਂ ਕਿਵੇਂ ਕਰਦੀ ਸੀ? ਨਹੀਂ ਨਹੀਂ ਮੰਮੀ, ਮੈਂ ਤਾਂ ਨਾ ਖੜ ਕੇ ਦੇਖ ਰਹੀ ਸੀ ਵੀ ਖੜਿਆ ਜਾਂਦਾ ਕਿ ਨਹੀਂ। ਉਹ ਮੰਮੀ ਮੇਰੇ ਹੁੰਦੇ ਹੋਏ ਤੁਸੀਂ ਰਸੋਈ 'ਚ ਕੰਮ ਕਰੀ ਜਾਂਦੇ ਹੋ, ਉਹ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ, ਮੈਂ ਤਾਂ ਖੜੀ ਹੋ ਕੇ ਦੇਖ ਰਹੀ ਸੀ। ਝੂਠ ਨਾ ਕਿਸੇ ਹੱਦ ਤੱਕ ਬੋਲਿਆ ਕਰ, ਆ ਜਿਹੜਾ ਤੂੰ ਝੂਠ ਬੋਲਦੀ ਆ ਨਾ ਇਹ ਤੇਰੇ ਚਿਹਰੇ ਤੇ ਸਾਫ਼ ਦਿਖਦਾ। ਜੇ ਤੇਰੇ ਪੈਰ 'ਚ ਨਾ ਸੱਚੀਆਂ ਮੋਚ ਆਈ ਹੁੰਦੀ ਤਾਂ ਤੂੰ ਮੇਰੇ ਨਾਲ ਦਵਾਈ ਲੈਣ ਚੱਲਣਾ ਸੀ। ਮੰਮੀ ਮੇਰੇ ਕੋਲ ਨਾ ਦਵਾਈ ਪਈ ਸੀ, ਮੈਂ ਤਾਂ ਉਹੀ ਲੈ ਲਈ। ਅੱਛਾ, ਪੈਰ ਮੁੱਚਣ ਦੀ ਦਵਾਈ ਤੇਰੇ ਕੋਲ ਕਿੱਥੋਂ ਆ ਗਈ? ਤੈਨੂੰ ਪਹਿਲਾਂ ਹੀ ਪਤਾ ਸੀ ਵੀ ਮੇਰਾ ਪੈਰ ਮੁੱਜੂਗਾ ਤਾਂ ਮੈਂ ਦਵਾਈ ਲਊਂਗੀ, ਤੇ ਤੂੰ ਦਵਾਈ ਪਹਿਲਾਂ ਹੀ ਲਿਆ ਕੇ ਰੱਖ ਲਈ। ਤੂੰ ਥੋੜੀ ਬਹੁਤੀ ਸ਼ਰਮ ਕਰ, ਜੇ ਅਸੀਂ ਤੈਨੂੰ ਕੁਛ ਕਹਿੰਦੇ ਨੀ ਨਾ ਤੂੰ ਉਹੀ ਸਾਡੇ ਸਿਰ ਚੜੀ ਜਾਂਦੀ ਆ। ਮੰਮੀ ਕਿਉਂ ਤੁਸੀਂ ਅਵਾ ਤਵਾ ਬੋਲੀ ਜਾਂਦੇ ਹੋ? ਆਈ ਆ ਮੇਰੇ ਪੈਰ 'ਚ ਮੋਚ ਤਾਂ ਆਈ ਆ। ਆਈ ਆ ਇਹਦੇ ਪੈਰ 'ਚ ਮੋਚ? ਨਾ ਮੈਨੂੰ ਇੱਕ ਗੱਲ ਦੱਸ, ਤੂੰ ਮੇਰੀ ਧੀ ਦੇ ਘਰ 'ਚ ਕੀ ਜ਼ਹਿਰ ਘੋਲਦੀ ਫਿਰਦੀ ਆ? ਮੈਂ? ਹਾਂ ਤੂੰ, ਤੂੰ ਹੁਣ ਕਿਉਂ ਹਕਲਾਉਂਦੀ ਆ, ਬੋਲ ਸਾਫ਼ ਸਾਫ਼। ਨਾ ਮੈਂ ਕਿਹੜਾ ਜ਼ਹਿਰ ਘੋਲਿਆ ਉਹਦੀ ਜ਼ਿੰਦਗੀ 'ਚ, ਉਈ ਮੈਨੂੰ ਬੋਲੀ ਜਾਂਦੇ ਹੋ। ਕੋਈ ਨਾ ਤੇਰੇ ਕਰਾ ਦਿੰਦੀ ਆ ਯਾਦ। ਨਾ ਜਿਹੜਾ ਤੂੰ ਮੇਰੇ ਬਾਜ਼ਾਰ ਗਈ ਪਿੱਛੋਂ ਉਹਦੇ ਕੰਨ ਭਰੇ ਸੀ ਉਹ? ਮੈਂ ਕੋਈ ਉਹਦੇ ਕੰਨ ਨਹੀਂ ਭਰੇ ਹੈਗੇ, ਜੋ ਜੀ ਕਰਦਾ ਤੁਸੀਂ ਮੈਨੂੰ ਬੋਲੀ ਜਾਂਦੇ ਹੋ। ਨਹੀਂ ਤੂੰ ਬਸ ਕਰ, ਸਾਰੇ ਕੰਮ ਗਲਤ ਕਰਕੇ ਤੂੰ ਤਾਂ ਮੁੱਕਰ ਜਾਂਦੀ ਆ। ਮੈਨੂੰ ਨਾ ਤੇਰਾ ਸਾਰਾ ਹੀ ਪਤਾ ਲੱਗ ਗਿਆ, ਤੂੰ ਛੇਲੀ ਨੂੰ ਇਹ ਕਿਹਾ ਨਾ ਵੀ ਰਾਜ ਤੇਤੋਂ ਆ ਕੇ ਪੈਸੇ ਮੰਗੇ, ਉਹ ਵੀ ਅਧਾਰੇ। ਉਹ ਬੋਲ ਹੁਣ ਵੀ ਇਹ ਵੀ ਮੈਂ ਝੂਠ ਬੋਲ ਰਹੀ ਆ? ਨਹੀਂ ਮੰਮੀ ਤੁਸੀਂ ਝੂਠ ਨਹੀਂ ਬੋਲ ਰਹੇ, ਪਰ ਸ਼ੈਲੀ ਨੇ ਨਾ ਤੁਹਾਨੂੰ ਅੱਧਾ ਸੱਚ ਹੀ ਦੱਸਿਆ। ਮੈਂ ਦੱਸਦੀ ਆ ਤੁਹਾਨੂੰ, ਮੈਂ ਹੀ ਕੀਤਾ ਸੀ ਸ਼ੈਲੀ ਨੂੰ ਫੋਨ, ਗੱਲ ਕਰਦੇ ਕਰਦੇ ਨਾ ਉਹ ਮੇਰੇ ਕੋਲ ਰੋਣ ਲੱਗ ਗਈ, ਕਹਿੰਦੀ ਮੇਰੇ ਕੋਲ ਸ਼ਾਪਿੰਗ ਵਾਸਤੇ ਨਾ ਪੈਸੇ ਨਹੀਂ ਹੈਗੇ। ਫਿਰ ਮੈਨੂੰ ਵਿਚਾਰੀ ਤੇ ਤਰਸ ਆ ਗਿਆ, ਮੈਂ ਕਿਹਾ ਇਸ ਘਰ ਦੀ ਕੁੜੀ ਆ ਵੀ ਤੈਨੂੰ ਪੈਸੇ ਮੈਂ ਦਿੰਨੀ ਆ, ਤੂੰ ਔਖੀ ਕਾਹਨੂੰ ਹੁੰਨੀ ਆ? ਸ਼ਾਬਾਸ਼ ਤੇਰੇ, ਉਹ ਜਿਹੜਾ ਤੈਂ ਮੇਰੀ ਧੀ ਲਈ ਇੰਨਾ ਸੋਚਿਆ। ਬਾਲੇ ਦੰਦ ਨਾ ਕੱਢ, ਤੂੰ ਕੋਈ ਅਕਲ ਦਾ ਕੰਮ ਨਹੀਂ ਕੀਤਾ, ਮੈਨੂੰ ਵੀ ਪਤਾ
ਤੂੰ ਕੀ ਕਹਿ ਸਕਦੀ ਆ ਤੇ ਕੀ ਨਹੀਂ। ਆ ਦੇਖ ਲੋ ਦੇਖ ਲੋ, ਜੇ ਮਦਦ ਕਰੋ ਤਾਂ ਵੀ ਛਿੱਤਰ ਪੈਂਦੇ ਨੇ, ਜੇ ਨਾ ਕਰੋ ਤਾਂ ਵੀ ਛਿੱਤਰ ਪੈਂਦੇ ਨੇ। ਮਦਦ ਕਰਨ ਦਾ ਵੀ ਕੋਈ ਤਰੀਕਾ ਹੁੰਦਾ, ਇਹ ਨੀ ਵੀ ਅਗਲੇ ਨੂੰ ਕਹੋ ਵੀ ਪੈਸੇ ਆ ਕੇ ਮੰਗੋ, ਉਹ ਵੀ ਅਧਾਰੇ। ਤੂੰ ਮੈਨੂੰ ਐ ਦੱਸ, ਜਿਹੜੇ ਇਹ ਪੈਸੇ ਤੋਂ ਉਧਾਰ ਦੇਣ ਨੂੰ ਫਿਰਦੀ ਆ ਉਹ ਤੇਰੇ ਕੋਲ ਕਿੱਥੋਂ ਆ ਗਏ? ਮੇਰੇ ਕੋਲ ਕਿੱਥੋਂ ਮੰਮੀ, ਮੈਂ ਤਾਂ ਇਹਨਾਂ ਤੋਂ ਉਧਾਰੇ ਲੈ ਕੇ ਦੇਣੇ ਸੀ। ਬੱਲੇ ਨੀ ਤੇਰੇ, ਬਹੁਤੀ ਸਿਆਣੀ ਬਣਦੀ ਆ। ਪੈਸੇ ਤਾਂ ਮੇਰੇ ਮੁੰਡੇ ਦੇ ਤੇ ਨੌ ਤੋਂ ਆਪਦਾ ਗਰਾਉਂਡ ਨੂੰ ਫਿਰਦੀ ਆ। ਚੱਲ ਉਧਾਰੇ ਪੈਸੇ ਲੈਣ ਲਈ ਮੇਰੀ ਧੀ ਤਾਂ ਮੰਨ ਗਈ, ਪਰ ਤੈਂ ਇਹ ਸੋਚਿਆ ਰਾਜ ਉਹ ਤਾਂ ਪੂਰਾ ਹਿੰਡੀ ਆ, ਨਾ ਮੈਂ ਉਹਨੂੰ ਤੇਰੇ ਮੂਹਰੇ ਹੱਥ ਅੱਡਣ ਦੇਵਾਂ ਤੇ ਨਾ ਉਹ ਅੱਡੇ। ਨੀ ਮੈਂ ਪਹਿਲਾਂ ਤੇਰੇ ਪਿੱਛੇ ਲੱਗ ਕੇ ਨਾ ਆਪਦੇ ਜਮਾਈ ਨਾਲ ਦੂਰੀਆਂ ਪਾ ਲਈਆਂ, ਪਰ ਹੁਣ ਨੀ। ਉਹ ਬਸ ਕਰੋ ਮੰਮੀ ਜੀ, ਤੁਸੀਂ ਤਾਂ ਐਂ ਕਰਦੇ ਹੋ ਵੀ ਸਾਰਾ ਕੁਛ ਮੇਰੇ ਕਰਕੇ ਹੀ ਹੋਇਆ, ਜੇ ਮੇਰੀ ਗਲਤੀ ਸੀ ਨਾ ਤਾਂ ਰਾਜ ਦੀ ਵੀ ਬਰਾਬਰ ਗਲਤੀ ਸੀ। ਨਾ ਗਲਤ ਤੂੰ ਕਹਿਣੀ ਆ, ਉਹ ਗਲਤੀ ਰਾਜ ਦੀ ਨਹੀਂ ਸੀ, ਸਾਰੀ ਗਲਤੀ ਤੇਰੀ ਆ ਤੇ ਨਾਲ ਗਲਤ ਮੈਂ ਸੀ ਜਿਹੜਾ ਤੇਰਾ ਮੈਂ ਸਾਥ ਦਿੱਤਾ। ਇਸ ਲਈ ਨਾ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਤੂੰ 100 ਵਾਰ ਸੋਚ ਲਈ। ਸੋਚਣਾ ਕੀ ਆ, ਮੇਰਾ ਤਾਂ ਜਿਵੇਂ ਜੀ ਕਰੂਗਾ ਨਾ ਮੈਂ ਤਾਂ ਉਵੇਂ ਕਰੂੰ, ਫੇਰ ਚਾਹੇ ਕਿਸੇ ਦਾ ਨੁਕਸਾਨ ਹੋਵੇ ਜਾਂ ਫਾਇਦਾ। ਫਾਇਦਾ ਤਾਂ ਮੈਂ ਕਿਸੇ ਦਾ ਹੋਣ ਹੀ ਨਹੀਂ ਦਿੰਦੀ। ਰੋਜ਼ ਨਾ ਮੇਰੇ ਪਰਸ ਚ ਪੈਸੇ ਗਾਇਬ ਹੁੰਦੇ ਨੇ, ਜਿੰਨੇ ਮੈਂ ਪਾਉਣੀ ਆ ਨਾ ਉਹਦੇ ਚ ਅੱਧੇ ਹੀ ਰਹਿ ਜਾਂਦੇ। ਉਹ ਪਤਾ ਨਹੀਂ ਕਿਹੜਾ ਇਹੋ ਜਿਹਾ ਘਰ ਚ ਜਿਹੜਾ ਮੇਰੇ ਪੈਸੇ ਗਾਇਬ ਕਰ ਦਿੰਦਾ। ਉਹ ਮੈਂ ਦਾਦਾ, ਤੇਰੇ ਪੈਸੇ ਕੌਣ ਗਾਇਬ ਕਰਦਾ? ਤੁਹਾਨੂੰ ਪਤਾ? ਉਹ ਫੇਰ ਦੱਸੋ ਇਹ ਕਿਹਦੀ ਹੈ ਹਰਕਤ? ਉਹ ਤੇਰੀ ਨੂੰਹ ਦੀ। ਸ਼ੁਭਨੀਤ ਜੀ? ਹਾਂ। ਨਾ ਉਹ ਕਿਉਂ ਚੱਕੂਗੀ ਮੇਰੇ ਪੈਸੇ? ਉਹ ਮੈਨੂੰ ਦੀ ਪਤਾ, ਜਦ ਮੈਂ ਕੱਲ ਘਰੇ ਆਇਆ ਤੂੰ ਸੁੱਤੀ ਪਈ ਸੀ ਤੇ ਤੇਰੀ ਨੂੰ ਤੇਰਾ ਪਰਸ ਖੋਲੀ ਬੈਠੀ ਸੀ। ਉਹ ਫੇਰ ਤੁਸੀਂ ਉਹਨੂੰ ਪੁੱਛਿਆ ਨਹੀਂ ਵੀ ਤੂੰ ਆਪਦੀ ਮਾਂ ਦਾ ਪਰਸ ਕਿਉਂ ਖੋਲੀ ਬੈਠੀ ਆ? ਨਹੀਂ, ਮੈਂ ਨਹੀਂ ਉਹਨੂੰ ਪੁੱਛਿਆ, ਜਦ ਉਹਨੇ ਮੈਨੂੰ ਦੇਖਿਆ ਤਾਂ ਪਰਸ ਉੱਥੇ ਰੱਖਤਾ। ਸ਼ੱਕ ਤਾਂ ਮੈਨੂੰ ਵੀ ਸੀ ਉਹਦੇ ਤੇ, ਪਰ ਮੈਂ ਇਹ ਸੋਚ ਕੇ ਨਾ ਚੁੱਪ ਕਰ ਜਾਂਦੀ ਸੀ ਵੀ ਹੁਣ ਤਾਂ ਆਪਣਾ ਕੰਮ ਕਾਰ ਬਹੁਤ ਵਧੀਆ ਚੱਲਦਾ, ਸ਼ੁਭਨੀਤ ਇਹ ਕੰਮ ਨਹੀਂ ਕਰ ਸਕਦੀ। ਉਹ ਜਿਹਦੀ ਨੀਤੇ ਮਾੜੀ ਹੋਵੇ ਉਹ ਨਹੀਂ ਕਦੇ ਬਦਲ ਸਕਦਾ। ਸਹੀ ਕਿਹਾ ਜੀ ਤੁਸੀਂ, ਮਾੜੀ ਨੀਤ ਵਾਲਾ ਨਾ ਕਦੇ ਨਹੀਂ ਸੁਧਰ ਸਕਦਾ ਚਾਹੇ ਉਹ ਕਿੰਨਾ ਵੀ ਪੈਸੇ 'ਚ ਖੇਡਦਾ ਹੋਵੇ। ਉਹ ਮੇਰੀ ਗੱਲ ਸੁਣ, ਉਹਦੇ ਨਾਲ ਜਿਹੜੀ ਵੀ ਤੂੰ ਗੱਲ ਕਰੇਗੀ ਢੰਗ ਦੇ ਨਾ ਕਰੀ, ਉਹ ਵਿਆਹ ਵੀ ਸਿਰ 'ਤੇ ਆ, ਕਿਤੇ ਉਹ ਹੋਰ ਹੀ ਨਾ ਕੋਈ ਕਲੇਸ਼ ਖੜਾ ਕਰਦੇ। ਹਾਂਜੀ ਤੁਸੀਂ ਨਾ ਇਹ ਗੱਲ ਦੀ ਭੋਰਾ ਫਿਕਰ ਨਾ ਕਰਿਓ। ਉਹ ਚੰਗਾ, ਫਿਰ ਤੂੰ ਧਿਆਨ ਰੱਖੀ ਮੈਂ ਫੈਕਟਰੀ ਦੀ ਗੇੜਾ ਮਾਰਿਆ ਵਾਂ। ਜਾਇਓ ਜੀ, ਮੈਨੂੰ ਤਾਂ ਨਾ ਹੁਣ ਇਹਦੇ 'ਤੇ ਪੂਰਾ ਯਕੀਨ ਨਹੀਂ, ਇਹਦੇ 'ਤੇ ਤਾਂ ਅੱਖ ਰੱਖਣੀ ਹੀ ਪੈਣੀ ਆ, ਉਹ ਕਿਤੇ ਹੋਰ ਹੀ ਨਾ ਵੱਡਾ ਰਗੜਾ ਲਾ ਦੇਵੇ। ਵੀਰ ਜੀ ਗੱਲ ਸੁਣੋ ਮੇਰੀ। ਉਹ ਭਾਈ ਪਹਿਲਾਂ ਸਾਹ ਤਾਂ ਲੈ ਲੈ, ਹੁਣ ਦੱਸੋ ਤੁਸੀਂ ਕਿਵੇਂ ਆਏ ਹੋ? ਤੁਸੀਂ ਇਕੱਲੇ ਆਏ ਹੋ? ਤੁਹਾਡੀ ਮੰਮੀ ਨਹੀਂ ਨਾਲ ਆਈ? ਆਏ ਹਾਏ ਕਿਹਦਾ ਨਾਂ ਲੈ ਤਾ, ਜੇ ਮੰਮੀ ਨਾਲ ਆ ਜਾਂਦੇ ਤਾਂ ਮੇਰਾ ਕੰਮ ਹੀ ਨਹੀਂ ਬਣਨਾ ਸੀ।
ਕੀ ਹੋ ਗਿਆ ਭਾਈ, ਕਿਹੜੀਆਂ ਸੋਚਾਂ 'ਚ ਪੈ ਗਈ? ਮੈਂ ਕਿਹੜੀਆਂ ਸੋਚਾਂ 'ਚ ਪੈਣਾ ਜੀ, ਮੈਂ ਤਾਂ ਐਂ ਕਹਿੰਦੀ ਸੀ ਵੀ ਜਿਹੜੀ ਮੰਮੀ ਨੇ ਮੇਰੇ ਵਾਸਤੇ ਚੇਨੀ ਬਣਵਾਉਣੀ ਆ ਨਾ, ਉਹ ਪੂਰੀ ਭਾਰੀ ਬਣਵਾ ਦਿਓ। ਚੇਨੀ ਤਾਂ ਬਣ ਜੂਗੀ ਭਾਈ, ਲੇਕਿਨ ਚੇਨੀ ਦੇ ਵਿੱਚ ਪੈਸੇ ਵਾਹਵਾ ਪੈ ਜਾਣੇ ਨੇ। ਤੁਸੀਂ ਨਾ ਮੇਰੀ ਗੱਲ ਨਹੀਂ ਸਮਝੇ ਹੈਗੇ, ਮੈਂ ਐਂ ਕਹਿੰਦੀ ਸੀ ਵੀ ਜਿਹੜੀ ਮੰਮੀ ਨੇ ਆਪਦੀ ਛੋਟੀ ਨੂੰਹ ਵਾਸਤੇ ਸੈੱਟ ਨਹੀਂ ਬਣਵਾਉਣਾ ਨਵਾਂ, ਉਹਦਾ ਸੈੱਟ ਥੋੜਾ ਜਿਹਾ ਹਲਕਾ ਕਰ ਦਿਓ ਤੇ ਮੇਰੀ ਚੇਨ ਥੋੜੀ ਜਿਹੀ ਭਾਰੀ ਕਰ ਦਿਓ। ਹੈ ਭਾਈ, ਆ ਤੂੰ ਕੀ ਕਹੀ ਜਾਂਦੀ ਹੈ? ਕਿਵੇਂ ਹੋ ਸਕਦਾ, ਕਿਵੇਂ ਹੋ ਸਕਦਾ, ਕਿਵੇਂ ਨਹੀਂ ਹੋ ਸਕਦਾ, ਇਹਦਾ ਮੈਨੂੰ ਨਹੀਂ ਪਤਾ, ਪਰ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ, ਤੁਸੀਂ ਉਵੇਂ ਕਰ ਦਿਓ। ਠੀਕ ਹੈ ਭਾਈ, ਇੱਕ ਵਾਰੀ ਤੇਰੀ ਮੰਮੀ ਨਾਲ ਮੈਨੂੰ ਗੱਲ ਕਰ ਲੈਣ ਦੇ। ਮੰਮੀ ਨਾਲ ਗੱਲ? ਮੰਮੀ ਨਾਲ ਗੱਲ ਕਰਨ ਦੀ ਕੀ ਲੋੜ ਪਈ ਆ? ਮੰਮੀ ਨੇ ਤਾਂ ਮੈਨੂੰ ਇੱਥੇ ਭੇਜਿਆ। ਮੰਮੀ ਨੇ ਮੈਨੂੰ ਕਿਹਾ ਸੀ ਵੀ ਤੂੰ ਛੋਟੀ ਦਾ ਸੈੱਟ ਤਾਂ ਹਲਕਾ ਕਰਾ ਦੇ, ਆਪਦੀ ਚੇਨ ਭਾਰੀ ਕਰਾ ਲਾ, ਉਹਨੂੰ ਤਾਂ ਫਿਰ ਵੀ ਤਿੱਤ ਤਿਉਹਾਰਾਂ ਤੇ ਸੋਨਾ ਪੈਣਾ ਹੀ ਪੈਣਾ। ਚਲੋ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਕਰ ਦੇਵਾਂਗੇ। ਬਸ ਠੀਕ ਆ ਜੀ, ਮੇਰੀ ਚੇਨ ਨਾ ਬਸ ਭਾਰੀ ਤੋਂ ਭਾਰੀ ਕਰ ਦਿਓ। ਹਾਂਜੀ ਹਾਂਜੀ ਬੇਟਾ, ਨਿਸ਼ਚਿੰਤ ਰਹੋ। ਰਾਜ ਵੀਰੇ ਕਿਵੇਂ? ਉਹ ਭਰਾਵਾ ਮੈਂ ਤੈਨੂੰ ਬੁਲਾ ਰਿਹਾ, ਤੂੰ ਕਿਸੇ ਗੱਲ ਦਾ ਜਵਾਬ ਹੀ ਨਹੀਂ ਦੇ ਰਿਹਾ। ਉਹ ਸੋਰੀ ਯਾਰ, ਮੇਰਾ ਤੇਰੇ ਕਨੀ ਧਿਆਨ ਹੀ ਨਹੀਂ ਗਿਆ। ਕੀ ਗੱਲ ਵੀਰੇ, ਬੜਾ ਪਰੇਸ਼ਾਨ ਲੱਗ ਰਿਹਾ। ਪਰੇਸ਼ਾਨ? ਉਹ ਨਹੀਂ ਨਹੀਂ ਵੀਰੇ, ਤੈਨੂੰ ਐਵੇਂ ਲੱਗਦਾ ਹੋਊਗਾ। ਵੀਰੇ ਕਿਉਂ ਝੂਠ ਬੋਲ ਰਿਹਾ, ਤੇਰੇ ਚਿਹਰੇ ਤੋਂ ਸਾਫ਼ ਪਤਾ ਲੱਗ ਰਿਹਾ। ਰਾਜ ਤੂੰ ਮੇਰਾ ਦੋਸਤ ਹੈ ਯਾਰ, ਜੇ ਤੇਰੇ ਮਨ 'ਚ ਕੋਈ ਪਰੇਸ਼ਾਨੀ ਹੈ ਤੂੰ ਮੈਨੂੰ ਦੱਸ, ਕੀ ਪਤਾ ਮੈਂ ਤੇਰੀ ਕੋਈ ਮਦਦ ਹੀ ਕਰ ਸਕਾਂ। ਮਦਦ? ਉਹ ਵੀਰੇ ਤੇਰਾ ਤਾਂ ਆਪ ਹੀ ਸਰਦਾ ਵਰਦਾ ਕੰਮ ਹੈ ਯਾਰ, ਤੂੰ ਮੇਰੀ ਮਦਦ ਕਿਵੇਂ ਕਰੇਂਗਾ? ਸਮਝ ਗਿਆ, ਪੈਸਿਆਂ ਦੀ ਲੋੜ ਹੈ ਤੈਨੂੰ। ਹਾਂ ਹੈ ਮੈਨੂੰ ਲੋੜ ਪੈਸਿਆਂ ਦੀ, ਤੂੰ ਬੋਲ ਤੂੰ ਕਰ ਸਕਦਾ ਮਦਦ ਮੇਰੀ ਪੈਸਿਆਂ ਦੀ? ਨਹੀਂ ਯਾਰ, ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਤੈਨੂੰ ਕਦੇ ਜਵਾਬ ਨਹੀਂ ਦਿੰਦਾ, ਪਰ ਤੈਨੂੰ ਪੈਸੇ ਉਧਾਰ ਜ਼ਰੂਰ ਦਵਾ ਸਕਦਾ। ਸੱਚੀ ਯਾਰ ਤੂੰ ਸੱਚ ਕਹਿ ਰਿਹਾ, ਤੂੰ ਮੈਨੂੰ ਦਵਾ ਸਕਦਾ ਪੈਸੇ ਉਧਾਰੇ ਯਾਰ? ਹਾਂ ਹਾਂ ਮੈਂ ਸੱਚ ਕਹਿ ਰਿਹਾ, ਕਿਉਂਕਿ ਮੈਨੂੰ ਪਤਾ ਜਦੋਂ ਪੈਸੇ ਦੀ ਲੋੜ ਪੈਂਦੀ ਹੈ ਨਾ, ਨਾ ਕੋਈ ਆਪਣਾ ਅਤੇ ਨਾ ਕੋਈ ਬੇਗਾਨਾ, ਤਾਂ ਕੋਈ ਮਦਦ ਨਹੀਂ ਕਰਦਾ। ਰਾਜ ਵੀਰੇ ਮੈਨੂੰ ਵੀ ਇੱਕ ਵਾਰ ਲੋੜ ਪੈ ਗਈ ਸੀ ਪੈਸਿਆਂ ਦੀ, ਬਥੇਰੇ ਹੱਥ ਪੱਲੇ ਮਾਰੇ ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਕਹਿੰਦਾ ਤਾਂ ਤੂੰ ਸਹੀ ਹੈ, ਔਖੇ ਟਾਈਮ ਨਹੀਂ ਕੋਈ ਨਾਲ ਖੜਦਾ, ਪਰ ਫਿਰ ਤੂੰ ਕੀ ਕੀਤਾ? ਕਰਨਾ ਕੀ ਸੀ, ਮੈਂ ਆਪਣੀ ਘਰ ਵਾਲੀ ਦੇ ਗਹਿਣੇ ਨੂੰ ਰੱਖਿਆ ਗਿਰਵੇ ਤੇ ਪੈਸੇ ਉਧਾਰ ਲੈ ਲਏ। ਫਿਰ ਜਦੋਂ ਮੇਰਾ ਕੰਮ ਕਾਰ ਸੈੱਟ ਹੋ ਗਿਆ, ਮੈਂ ਪੈਸੇ ਦਿੱਤੇ ਤੇ ਆਪਣੇ ਘਰ ਵਾਲੀ ਦੇ ਗਹਿਣੇ ਛੁਡਵਾ ਲਏ। ਹਾਂ ਵੀਰੇ ਇਹ ਗੱਲ ਤੇਰੀ ਬਿਲਕੁਲ ਸਹੀ ਹੈ। ਦੇਖ ਯਾਰ ਮੈਂ ਤਾਂ ਆਪਣੀ ਜ਼ਿੰਦਗੀ ਦੇ ਸਬਕ ਤੋਂ ਇੱਕ ਗੱਲ ਜਾਣਦਾ ਕਿ ਕਿਸੇ ਅੱਗੇ ਹੱਥ ਅੱਡਣ ਨਾਲੋਂ ਗਹਿਣੇ ਗਿਰਵੀ ਰੱਖ ਕੇ ਵੀ ਪੈਸੇ ਉਧਾਰੇ ਲੈ ਲਈਏ, ਨਾਲੇ ਫਿਰ ਅਗਲੇ ਨਾਲ ਟਾਈਮ ਵੀ ਖੋਲ੍ਹਿਆ ਜਾਂਦਾ ਵੀ ਅਸੀਂ ਇੰਨੇ ਸਮੇਂ ਬਾਅਦ ਪੈਸੇ ਵਾਪਸ ਮੋੜ ਦੇਵਾਂਗੇ। ਵੀਰੇ ਮੈਨੂੰ ਤੇਰਾ ਆਹ ਆਈਡੀਆ ਨਾ ਵਧੀਆ ਲੱਗਿਆ, ਹੁਣ ਮੇਰੀ ਸਾਰੀ ਟੈਨਸ਼ਨ ਖਤਮ, ਹੁਣ ਮੈਂ ਵੀ ਐਂ ਹੀ ਕਰੂੰਗਾ। ਚੱਲ ਰਾਜ ਵੀਰੇ ਵਧੀਆ ਜੇ ਤੇਰੀ ਟੈਨਸ਼ਨ ਖਤਮ ਹੋ ਗਈ, ਪਰ ਨਾ ਤੈਨੂੰ ਇੱਕ ਗੱਲ ਕਹਾਂ, ਜੇ ਕੋਈ ਦਿੱਕਤ ਹੋਵੇ ਤਾਂ ਆਪਣੇ ਯਾਰ ਦੋਸਤ ਨਾਲ ਗੱਲ ਕਰ ਲੈਣੀ ਚਾਹੀਦੀ ਆ, ਗੱਲ ਕਰੇ ਤਾਂ ਹੀ ਕੋਈ ਹੱਲ ਨਿਕਲਦਾ ਹੁੰਦਾ। ਹਾਂ ਵੀਰੇ ਇਹ ਗੱਲ ਤਾਂ ਤੂੰ ਜਮ੍ਹਾਂ ਸਹੀ ਕਹਿ ਰਿਹਾ। ਚੱਲ ਹੁਣ ਤੂੰ ਮੈਨੂੰ ਐਂ ਤਾਂ ਦੱਸ ਦੇ, ਉਹ ਕਿਹੜਾ ਬੰਦਾ ਜਿਹੜਾ ਗਹਿਣੇ ਗਿਰਵੀ ਰੱਖ ਕੇ ਪੈਸੇ ਦੇਊਗਾ?
ਉਹ ਖੜ ਜਾ, ਇੰਨੀ ਕਾਹਲੀ ਕਿਉਂ ਕਰਦਾ? ਆ ਜਾ ਪਹਿਲਾਂ ਚਾਹ ਤਾਂ ਪੀ ਲਈਏ, ਨਾਲੇ ਤੈਨੂੰ ਉਸ ਬੰਦੇ ਦਾ ਐਡਰੈਸ ਵੀ ਦੱਸ ਦੂੰਗਾ। ਚੱਲ ਠੀਕ ਹੈ ਵੀਰੇ। ਮੰਮੀ ਮੰਮੀ ਗੱਲ ਸੁਣਿਓ ਮੇਰੀ। ਨੀ ਕੀ ਹੋ ਗਿਆ, ਕਿਉਂ ਘਰ ਨੂੰ ਸਿਰ ਤੇ ਚੱਕਿਆ ਦੈ? ਉਹ ਮੰਮੀ ਪਹਿਲਾਂ ਮੈਂ ਕਿਵੇਂ ਘਰ ਨੂੰ ਸਿਰ ਤੇ ਚੱਕ ਸਕਦੀ ਹਾਂ? ਤੁਸੀਂ ਵੀ ਨਾ ਕੁਛ ਵੀ ਬੋਲੀ ਜਾਂਦੇ ਹੋ। ਨੀ ਕੰਮ ਦੱਸ, ਕੰਮ ਕੀ ਆ? ਉਈ ਮੇਰੇ ਨਾਲ ਬੈਸਣ ਲੱਗੀ ਪਈ ਆ। ਮੰਮੀ ਮੇਰੀ ਨਾ ਸਹੇਲੀ ਦਾ ਫੋਨ ਆਇਆ ਸੀਗਾ, ਉਹ ਕਹਿੰਦੀ ਨਾ ਜੇ ਆਪਾਂ ਰੋਟੀ ਬਣਾਉਣ ਵਾਸਤੇ ਕੋਈ ਕੰਮ ਵਾਲੀ ਚਾਹੀਦੀ ਆ ਨਾ ਤਾਂ ਉਹਦੇ ਕੋਲ ਹੈਗੀ ਆ। ਅੱਛਾ, ਫਿਰ ਤੂੰ ਐਂ ਤਾਂ ਦੱਸੋ ਕਿੰਨੇ ਕੁ ਪੈਸੇ ਲਊਗੀ? ਪੈਸੇ ਮੰਮੀ ਪੈਸੇ ਤਾਂ ਉਹ ਜ਼ਿਆਦਾ ਹੀ ਲੈਂਦੀ ਆ, ਪਰ ਰੋਟੀ ਸਬਜ਼ੀ ਇੱਕ ਨੰਬਰ ਦੀ ਬਣਾਊਗੀ। ਨਾ ਤੈਨੂੰ ਕਿਵੇਂ ਪਤਾ ਵੀ ਉਹ ਰੋਟੀ ਇੱਕ ਨੰਬਰ ਦੀ ਬਣਾਉਂਦੀ ਹੈ? ਤੂੰ ਵੀ ਉਹਦੀ ਰੋਟੀ ਖਾ ਕੇ ਦੇਖੀ ਆ? ਉਹ ਨਹੀਂ ਮੰਮੀ, ਮੈਂ ਕਦੋਂ ਖਾ ਕੇ ਦੇਖ ਲਈ? ਉਹ ਤਾਂ ਮੇਰੀ ਸਹੇਲੀ ਕਹਿੰਦੀ ਸੀ, ਕਹਿੰਦੀ ਇੰਨੀ ਸਵਾਦ ਰੋਟੀ ਬਣਾਉਂਦੀ ਆ, ਲੋਕ ਤਾਂ ਉਂਗਲਾਂ ਚੱਟਦੇ ਰਹਿ ਜਾਂਦੇ ਨੇ। ਅੱਛਾ ਜੀ, ਪਰ ਤੂੰ ਰਹਿਣੀ ਜੇ ਨਹੀਂ, ਉਹ ਤਾਂ ਮਹਿੰਗੀ ਵਾਲੀ ਆ, ਇੰਨੀ ਮਹਿੰਗੀ ਆਪਾਂ ਲਾ ਕੇ ਕੀ ਕਰਨੀ ਆ? ਪਰ ਮੰਮੀ ਤੁਸੀਂ ਅਗਲੇ ਦਾ ਕੰਮ ਵੀ ਤਾਂ ਦੇਖੋ ਵੀ ਕਿੰਨਾ ਵਧੀਆ ਕਰਦੀ ਆ। ਮੰਮੀ ਫੇਰ ਕੀ ਆ, ਜੇ ਅਗਲੀ ਚਾਰ ਪੈਸੇ ਵੱਧ ਲੈ ਲੂਗੀ, ਕੰਮ ਵੀ ਤਾਂ ਅਗਲੀ ਸਫਾਈ ਦਾ ਕਰਕੇ ਦਊਗੀ। ਦੇਖ ਸ਼ਵਨੀਤ, ਪੈਸੇ ਝਾੜਨ ਨੂੰ ਤਾਂ ਨਹੀਂ ਲੱਗੇ ਹੋਏ, ਜਿਹੜੇ ਮੈਂ ਤੋੜ ਤੋੜ ਕੇ ਦੇਦਾ, ਉਹ ਮੇਰੇ ਮੁੰਡਿਆਂ ਦੀ ਮਿਹਨਤ ਦੀ ਕਮਾਈ ਆ, ਉਹ ਐਵੇਂ ਨਹੀਂ ਮੈਂ ਕਿਸੇ ਤੇ ਲਟਾਉਣ ਦਿੰਦੀ। ਲੈ ਮੰਮੀ, ਇਹਦੇ ਵਿੱਚ ਲਟਾਉਣ ਵਾਲੀ ਕਿਹੜੀ ਗੱਲ ਆ, ਜਿਹੋ ਜਿਹੀ ਅਗਲਾ ਕੰਮ ਕਰਦੀ ਆ ਉਹੋ ਜਿਹੇ ਅਗਲੇ ਪੈਸੇ ਭਾਲਦੀ ਆ। ਨਾ ਤੂੰ ਮੈਨੂੰ ਇੰਨਾ ਜ਼ਿਆਦਾ ਕਿ ਪੱਕਾ ਕਰਨ ਲੱਗੀ ਹੋਈ ਆ ਵੀ ਮੈਂ ਰੋਟੀ ਤਾਂ ਉਸੇ ਨੂੰ ਹੀ ਲਾਵਾਂ? ਨੀ ਵਿੱਚ ਕਿਤੇ ਤੇਰਾ ਤਾਂ ਨੀ ਕਮਿਸ਼ਨ ਕੀਤਾ ਹੋਣਾ? ਮੇਰਾ ਨਾਲੇ ਮੰਮੀ ਮੈਂ ਕਿਉਂ ਉਹਦੇ ਨਾਲ ਕਮਿਸ਼ਨ ਕਰੂੰਗੀ? ਮੈਂ ਆਪਦੇ ਘਰਦਿਆਂ ਨਾਲ ਕਿਉਂ ਠੱਗੀਆਂ ਠੋਰੀਆਂ ਕਰੂੰਗੀ? ਕੀ ਪਤਾ ਭਾਈ, ਅੱਜ ਕੱਲ੍ਹ ਕਿਹੜਾ ਕਿਸੇ ਦੀਆਂ ਨੀਤਾਂ ਦਾ ਪਤਾ ਲੱਗਦਾ? ਮੰਮੀ ਤੁਹਾਡੇ ਕਹਿਣ ਦਾ ਕੀ ਮਤਲਬ ਹੈ? ਨੀ ਮੇਰੇ ਕਹਿਣ ਦਾ ਕੋਈ ਮਤਲਬ ਨੀ, ਉਹ ਵੈਸੇ ਵੀ ਤੇਰੇ ਡੈਡੀ ਜੀ ਕਹਿੰਦੇ ਸੀ ਵੀ ਹਲਵਾਈ ਨੇ ਮੇਰੀ ਗੱਲ ਕੀਤੀ ਹੋਈ ਹੈ, ਉਹੀ ਦੋ ਦਿਨ ਆ ਕੇ ਪਹਿਲਾਂ ਰਸੋਈ ਸਾਂਭ ਲੈਣਗੇ। ਲੈ ਸ਼ੁਭਨੀਤ, ਇੱਥੇ ਨੀ ਹੁਣ ਤੇਰੀ ਪ੍ਰਧਾਨਗੀ ਚੱਲਣੀ, ਇਹਨਾਂ ਨੇ ਤਾਂ ਪਹਿਲਾਂ ਹੀ ਪੱਕ ਠੱਕ ਕਰ ਰੱਖੀ ਆ ਹਲਵਾਈ ਨਾਲ। ਨਹੀਂ ਆ ਹੁਣ ਕਿਵੇਂ ਜੇ ਮੂੰਹ ਮਾਰਨ ਲੱਗ ਗਈ, ਤੂੰ ਕੀ ਸੋਚਦੀ ਆ? ਕੁਛ ਨੀ ਮੰਮੀ, ਮੈਂ ਕੀ ਸੋਚਣਾ, ਬਸ ਠੀਕ ਆ ਜਿਹੜਾ ਕੁਛ ਤੁਸੀਂ ਕਰ ਲਿਆ, ਹੁਣ ਮੈਂ ਵੀ ਜਾ ਕੇ ਆਪਦੀ ਸਹੇਲੀ ਨੂੰ ਜਵਾਬ ਦੇ ਦਾਂ। ਇੰਨੀ ਮਾੜੀ ਸੋਚ ਇਹਦੀ, ਇਹਦਾ ਨੀ ਕੁਛ ਬਣ ਸਕਦਾ। ਹੈਲੋ। ਹਾਂ ਧੀਏ, ਕੀ ਬਣਿਆ ਫਿਰ? ਉਹ ਕੀ ਬਣਨਾ ਮੰਮੀ, ਮੇਰਾ ਤਾਂ ਨਾ ਅੱਜ ਪਲਾਨ ਧਰਿਆ ਦਾ ਧਰਿਆ ਹੀ ਰਹਿ ਗਿਆ। ਚੱਲ ਕੋਈ ਗੱਲ ਨੀ, ਜੇ ਇੱਕ ਅੱਧਾ ਪਲਾਨ ਨਹੀਂ ਸਿਰੇ ਚੜਿਆ ਤਾਂ ਕੀ ਹੋਇਆ, ਬਾਕੀਆਂ 'ਚ ਤਾਂ ਫਿਰ ਤੇਰਾ ਫਾਇਦਾ ਹੋ ਹੀ ਜਾਊ ਨਾ। ਹਾਂ ਮੰਮੀ, ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ। ਤੈਨੂੰ ਇਹ ਪਤਾ ਹੈ ਕਿ ਮੈਂ ਤੈਨੂੰ ਇਹ ਕੁਛ ਕਰਨ ਨੂੰ ਕਿਉਂ ਕਹਿ ਰਹੀ ਹਾਂ? ਕਿਉਂ ਮੰਮੀ? ਕਿਉਂਕਿ ਹੁਣ ਤੱਕ ਤੂੰ ਉਸ ਘਰ ਦੀ ਇਕੱਲੀ ਨੂੰ ਸੀ, ਹੁਣ ਇੱਕ ਹੋਰ ਆ ਜਾਣੀ ਹੈ, ਕੀ ਪਤਾ ਉਹ ਕਿਹੋ ਜਿਹੀ ਹੋਊਗੀ। ਜੇ ਉਹਨੇ ਸਾਰੇ ਪਰਿਵਾਰ ਨੂੰ ਆਪਣੇ ਵਸ 'ਚ ਕਰ ਲਿਆ ਫਿਰ ਤੇਰੇ ਹਿੱਸੇ ਕੀ ਰਹਿਣਾ? ਹਾਂ ਮੰਮੀ, ਆਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ, ਤੁਸੀਂ ਨਾ ਬਿਲਕੁਲ ਸਹੀ ਕਹਿ ਰਹੇ ਹੋ। ਪੁੱਤ ਮਾਂ ਮੈਂ ਤੇਰੀ, ਫਿਰ ਫਿਕਰ ਤਾਂ ਹੋਊਗੀ ਨਾ ਮੈਨੂੰ? ਹਾਂ ਮੰਮੀ, ਫਿਕਰ ਤਾਂ ਮਾਵਾਂ ਨੂੰ ਹੀ ਹੁੰਦੀ ਆ, ਪਰ ਹੁਣ ਨਾ ਤੁਸੀਂ ਬਾਹਲੀ ਫਿਕਰ ਨਾ ਕਰੋ, ਜਿਵੇਂ ਤੁਸੀਂ ਕਿਹਾ ਨਾ ਮੈਂ ਜਮਾਂ ਉਵੇਂ ਹੀ ਕਰ ਰਹੀ ਹਾਂ।
ਰੋਟੀ ਸਬਜ਼ੀ ਤਾਂ ਤਿਆਰ ਹਾਂ। ਅੱਜ ਇਹਨਾਂ ਨੇ ਖਾਣ ਨੂੰ ਹੀ ਨਹੀਂ ਮੰਗੀ, ਪਤਾ ਨਹੀਂ ਕੀ ਕਰ ਰਹੇ ਨੇ। ਐਂ ਕਰਦੀਆਂ ਪੁੱਛਦੀਆਂ ਇਹਨਾਂ ਨੂੰ ਵੀ ਪਾ ਕੇ ਲਏ ਆਵਾਂ। ਜੀ ਰੋਟੀ ਤਿਆਰ ਆ, ਖਾ ਲਓ ਆ ਕੇ। ਉਹ ਮੈਂ ਨਹੀਂ ਖਾਣੀ, ਮੈਨੂੰ ਭੁੱਖ ਨਹੀਂ ਹੈਗੀ। ਕੀ ਗੱਲ, ਹਜੇ ਤੱਕ ਮੇਰੇ ਨਾਲ ਨਾਰਾਜ਼ ਹੋ? ਉਹ ਨਹੀਂ ਹੈਗਾ ਨਾਰਾਜ਼ ਮੈਂ ਤੇਰੇ ਨਾਲ, ਤੂੰ ਮੈਨੂੰ ਕੰਮ ਕਰਨ ਦੇ। ਵੈਸੇ ਤੁਸੀਂ ਅਲਮਾਰੀ ਦੇ ਵਿੱਚ ਕੀ ਲੱਭ ਰਹੇ ਹੋ? ਉਹ ਮੈਂ ਲੱਭ ਰਿਹਾ ਕੁਛ, ਤੂੰ ਨਾ ਮੈਨੂੰ ਮੇਰਾ ਕੰਮ ਕਰਨ ਦੇ, ਤੂੰ ਜਾ। ਦੱਸ ਦੋ ਕੀ ਲੱਭ ਰਹੇ ਹੋ, ਮੈਂ ਲੱਭ ਕੇ ਦੇ ਦਿੰਨੀ ਆ। ਨਹੀਂ, ਮੈਂ ਆਪੇ ਲੱਭ ਲੂੰਗਾ। ਸਾਈਡ ਤੇ ਹੋਵੋ, ਹੁਣ ਦੱਸੋ ਕੀ ਚਾਹੀਦਾ, ਮੈਂ ਲੱਭ ਕੇ ਦਿੰਨੀ ਆ। ਤੂੰ ਪਰਾਂ ਹੋ ਜਾ, ਮੈਂ ਆਪੇ ਲੱਭ ਲੂੰਗਾ। ਰਾਜ, ਕੁਛ ਦੱਸੋਗੇ ਵੀ ਹੋਇਆ ਕੀ ਆ? ਮੈਂ ਨਾ ਇਹਦੇ ਵਿੱਚ ਆਉਂਦਾ ਸੋਨੇ ਦਾ ਕੜਾ ਤੇ ਸ਼ਾਂਪ ਲੱਭਦਾ। ਕੜਾ ਸ਼ਾਂਪ? ਤੁਸੀਂ ਉਹਦਾ ਕੀ ਕਰਨਾ? ਜੇ ਮੈਂ ਇਹਨੂੰ ਦੱਸਤਾ ਵੀ ਮੈਂ ਗਹਿਣੇ ਗਿਰਵੀ ਧਰਨੇ ਆ, ਇਹਨੇ ਮੈਨੂੰ ਕਦੇ ਨਹੀਂ ਦੇਣੇ। ਸ਼ੈਲੀ, ਮੈਂ ਸੋਚਦਾ ਸੀ ਮੈਂ ਉਹਨਾਂ ਨੂੰ ਪੋਲਿਸ਼ ਕਰਵਾ ਲਵਾਂ, ਉਹ ਵਿਆਹ ਤੇ ਪੈ ਜਾਣਗੇ। ਅੱਛਾ ਅੱਛਾ, ਬਸ ਇੰਨੀ ਕੁ ਗੱਲ, ਸਾਈਡ ਤੇ ਹੋਵੋ, ਮੈਂ ਕੱਢ ਕੇ ਦਿੰਨੀ ਆ, ਮੇਰੇ ਰੱਖੇ ਹੋਏ ਆ। ਸ਼ੁਕਰ ਹੈ ਬਚ ਗਿਆ। ਆ ਲਓ ਜੀ ਕੜਾ ਤੇ ਇਹਦੇ ਵਿੱਚ ਸ਼ਾਂਪ ਆ। ਆਖਿਰ ਸਾਲੇ ਦਾ ਵਿਆਹ ਹੈ, ਕੜਾ ਤੇ ਸ਼ਾਂਪ ਤਾਂ ਚਮਕਦੀ ਹੋਣੀ ਚਾਹੀਦੀ ਹੈ ਨਾ। ਚੱਲ ਚੰਗਾ ਫਿਰ, ਮੈਂ ਇਹਨੂੰ ਪਾਲਿਸ਼ ਕਰਵਾ ਲਿਆਵਾਂ। ਇੱਕ ਮਿੰਟ ਜੀ, ਮੇਰੀ ਗੱਲ ਸੁਣ ਕੇ ਜਾਇਓ, ਚਲੇ ਨਾ ਜਾਣ ਕਿਤੇ। ਗੱਲ ਸੁਣਿਓ ਜੀ, ਮੇਰੀ ਗੱਲ ਸੁਣ ਕੇ ਜਾਇਓ। ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ, ਜਦੋਂ ਕੋਈ ਬੰਦਾ ਬਾਹਰ ਕੰਮ ਕਰਨ ਜਾਂਦਾ ਹੁੰਦਾ ਨਾ, ਪਿੱਛੋਂ ਆਵਾਜ਼ ਨਹੀਂ ਮਾਰੀਦੀ, ਕੰਮ ਬੰਦਾ ਬੰਦਾ ਰਹਿ ਜਾਂਦਾ ਹੁੰਦਾ। ਹੱਦ ਆ ਜੀ, ਆ ਇੱਕ ਪਾਲਿਸ਼ ਕਰਾਉਣੀ ਤਾਂ ਜਾਣਾ ਵਾ, ਨਾਲੇ ਸੁਨਿਆਰੇ ਨੇ ਕਿਹੜਾ ਨਾ ਕਰ ਦੇਣੀ ਆ ਵੀ ਮੈਂ ਨਹੀਂ ਪਾਲਿਸ਼ ਕਰਦਾ। ਉਹ ਤੂੰ ਨਹੀਂ ਸਮਝ ਸਕਦੀ, ਦੱਸ ਆਵਾਜ਼ ਕਾਹਦੇ ਵਾਸਤੇ ਮਾਰੀ ਆ ਪਿੱਛੋਂ? ਮੈਂ ਕੀ ਨਹੀਂ ਸਮਝ ਸਕਦੀ? ਉਹ ਕੁਛ ਨਹੀਂ ਯਾਰ, ਤੂੰ ਕੰਮ ਦੱਸਣਾ ਦੱਸ, ਨਹੀਂ ਮੈਂ ਚੱਲਿਆ। ਇੰਨੀ ਕਾਹਲ ਕਾਹਦੀ ਪਈ ਆ? ਮੈਨੂੰ ਐਂ ਕਿਉਂ ਲੱਗ ਰਿਹਾ ਵੀ ਜਿਵੇਂ ਤੁਸੀਂ ਮੇਰੇ ਤੋਂ ਕੋਈ ਗੱਲ ਲੁਕਾ ਰਹੇ ਹੋ। ਆ ਤੂੰ ਕੀ ਬੇਤੁਕੀਆਂ ਗੱਲਾਂ ਕਰੀ ਜਾਂਦੀ ਹੈ, ਨਾਲੇ ਮੈਂ ਕੀ ਲੁਕਾਉਣਾ ਤੇਥੋਂ? ਆ ਇੱਕ ਮਿੰਟ, ਗਹਿਣੇ ਫੜਾਇਆ ਮੈਨੂੰ? ਗਹਿਣੇ? ਆ ਗਹਿਣੇ ਹੁਣ ਤੂੰ ਕੀ ਕਰਨੇ ਨੇ? ਮੇਰੇ ਨਾ ਹੁਣ ਸਾਰਾ ਕੁਛ ਸਮਝ ਆ ਗਿਆ ਵੀ ਗੱਲ ਕੀ ਆ ਵਿੱਚੋਂ। ਕੀ ਕੀ ਬੋਲੀ ਜਾਂਦੀ ਹੈ, ਕੀ ਸਮਝ ਗਈ ਨਾਲੇ ਤੂੰ? ਇਹੀ ਵੀ ਤੁਸੀਂ ਨਾ ਮੇਰੇ ਤੋਂ ਕੋਈ ਜ਼ਰੂਰ ਗੱਲ ਲੁਕਾ ਰਹੇ ਹੋ। ਹੁਣ ਦੱਸੋਗੇ ਵੀ ਕੁਛ ਕਿ ਐਂ ਚੁੱਪ ਰਹੋਗੇ? ਉਹ ਜਦੋਂ ਕੋਈ ਗੱਲ ਹੀ ਨਹੀਂ, ਮੈਂ ਕੀ ਬੋਲਾਂ? ਐਵੇਂ ਵਾਧੂ ਦਾ ਮੇਰੇ ਤੇ ਸ਼ੱਕ ਕਰੀ ਜਾਂਦੀ ਹੈ, ਗਹਿਣੇ ਪਾਲਿਸ਼ ਕਰਾਉਣ ਜਾਂਦਾ ਸੀ ਮੈਂ। ਨਾ ਦੱਸੋ, ਪਰ ਮੈਂ ਨਾ ਹੁਣ ਸਭ ਕੁਛ ਸਮਝ ਗਈ ਆ। ਕੀ ਕੀ ਸਮਝ ਗਈ ਹੈ ਤੂੰ? ਇਹੀ ਵੀ ਤੁਸੀਂ ਨਾ ਆ ਗਹਿਣੇ ਵੇਚਣ ਲਈ ਲੈ ਕੇ ਜਾ ਰਹੇ ਹੋ। ਰਾਜ, ਸੱਚੋ ਹੀ ਗਹਿਣੇ ਵੇਚਣ ਜਾ ਰਹੇ ਹੋ ਨਾ? ਫੜਾਓ ਇੱਧਰ, ਮੈਂ ਨਹੀਂ ਵੇਚਣ ਦੇਣਾ ਤੁਹਾਨੂੰ। ਉਹ ਤੂੰ ਛੱਡ,
ਆਏ ਕਿਵੇਂ ਛੱਡਦਾ ਵਾ? ਮੈਂ ਨੀ ਵੇਚਣ ਦੇਣਾ ਤੁਹਾਨੂੰ। ਮੈਂ ਵੀ ਕਹਾਂ ਵੀ ਘਰ ਖਰਚ ਲਈ ਤਾਂ ਤੁਹਾਡੇ ਲਵੇ ਇੱਕ ਰੁਪਈਆ ਵੀ ਨਹੀਂ, ਫਿਰ ਬਿਨਾਂ ਪੈਸਿਆਂ ਤੋਂ ਅੱਗੇ ਨੇ ਕਿਵੇਂ ਪਾਸ ਹੋ ਜਾਣਗੇ? ਨਾ, ਮੈਂ ਨੀ ਵੇਚਣ ਦਿੰਦੀ। ਨਾਲੇ ਤੁਹਾਨੂੰ ਪਤਾ ਵੀ ਆ ਮਸਾ ਮਸਾ ਚੀਜ਼ ਬਣਦੀ ਆ। ਉਹ ਤੂੰ ਗਲਤ ਸੋਚੀ ਜਾਂਦੀ ਹੈ, ਉਹ ਮੈਂ ਹਜੇ ਕੁਛ ਨਹੀਂ ਕਰ ਰਿਹਾ, ਮੈਂ ਗਹਿਣੇ ਵੇਚ ਥੋੜੀ ਰਿਹਾ। ਫਿਰ ਮੈਨੂੰ ਸੱਚ ਦੱਸੋ ਤੁਸੀਂ ਕਰਨਾ ਕੀ ਹੈ ਇਹਨਾਂ ਗਹਿਣਿਆਂ ਦਾ? ਉਹ ਸੁਣ ਲੈ ਫਿਰ, ਉਹ ਮੈਂ ਨਾ ਇਹ ਗਹਿਣੇ ਗਿਰਵੀ ਰੱਖ ਕੇ ਕਿਸ ਤੋਂ ਪੈਸੇ ਧਾਰੇ ਲੈਣੇ ਨੇ ਤਾਂ ਕਿ ਤੇਰੇ ਭਰਾ ਦੇ ਵਿਆਹ ਤੇ ਵਧੀਆ ਖਰਚਾ ਕਰ ਸਕੀਏ। ਉਹ ਮੈਂ ਸੋਚਿਆ ਸੀ ਕਿਸੇ ਅੱਗੇ ਨੱਕ ਰਗੜਨ ਦੇ ਨਾਲੋਂ ਆਹ ਦੇ ਕੇ ਉਹ ਤੋਂ ਪੈਸੇ ਧਾਰੇ ਲੈ ਲਈਏ, ਮੈਨੂੰ ਕੋਈ ਨੀਵਾਂ ਤਾਂ ਨਹੀਂ ਦਿਖਾਊਗਾ ਇਹਦੇ ਵਿੱਚ, ਖਾਸ ਕਰਕੇ ਤੇਰੀ ਉਹ ਭਾਬੀ ਜਿਹਨੇ ਤੇਰੇ ਕੰਨ ਭਰੇ ਸੀਗੇ ਵੀ ਰਾਜ ਆ ਕੇ ਉਹ ਤੋਂ ਪੈਸੇ ਮੰਗ ਕੇ ਲੈ ਕੇ ਜਾਵੇ। ਉਹ ਨਾਲੇ ਆਹ ਦੇ ਕੇ ਅਗਲੇ ਤੋਂ ਪੈਸੇ ਧਾਰੇ ਲੈ ਲਾਂਗੇ, ਕਿਸੇ ਦੇ ਆਪਾਂ ਨੂੰ ਗੈਰ ਦੇ ਨਖਰੇ ਤਾਂ ਨਹੀਂ ਚੱਲਣੇ ਪੈਣਗੇ, ਅਗਲੇ ਤੋਂ ਟਾਈਮ ਲੈ ਲਾਂਗੇ, ਉਸ ਟਾਈਮ ਅਗਲੇ ਨੂੰ ਪੈਸੇ ਵਾਪਸ ਮੋੜ ਦਾਂਗੇ। ਲਿਆ ਫੜਾ, ਹੁਣ ਤਾਂ ਤੈਨੂੰ ਪਤਾ ਲੱਗ ਗਿਆ, ਹੁਣ ਨਾ ਮੈਨੂੰ ਰੋਕੀ। ਉਹ ਮੈਂ ਵੀ ਚਾਹੁੰਦਾ ਵੀ ਤੇਰੇ ਰਿਸ਼ਤੇਦਾਰਾਂ 'ਚ ਤੇਰੀ ਟੋਰ ਬਣੇ। ਉਹ ਸ਼ਨੀ ਛੱਡ ਦੇ ਨਾ ਗਹਿਣੇ। ਮਾਫ ਕਰਿਓ ਜੀ, ਮੇਰੀ ਮੇਰੇ ਰਿਸ਼ਤੇਦਾਰਾਂ 'ਚ ਟੋਰ ਬਣ ਜੇ, ਉਹਦੇ ਲਈ ਤੁਸੀਂ ਆਹ ਕੁਛ ਕਰ ਰਹੇ ਹੋ, ਤੇ ਮੈਂ ਕੀ ਕੀਤਾ? ਭਾਬੀ ਦੀਆਂ ਗੱਲਾਂ ਚਾਹ ਕੇ ਮੈਂ ਤੁਹਾਨੂੰ ਭਾਬੀ ਅੱਗੇ ਹੱਥ ਅੱਡਣ ਨੂੰ ਕਹਿਤਾ। ਭਾਬੀ ਹਮੇਸ਼ਾ ਤੁਹਾਡੀ ਬੇਇੱਜ਼ਤੀ ਕਰਦੀ ਤੇ ਮੈਂ ਚੁੱਪ ਕਰਕੇ ਸੁਣਦੀ ਰਹੀ। ਉਹ ਲੱਖ ਲਾਨਤ ਆ ਮੇਰੇ ਤੇ ਜਿਹੜਾ ਮੈਂ ਤੁਹਾਨੂੰ ਸਮਝ ਨਹੀਂ ਸਕੀ। ਸ਼ੈਲੀ ਛੱਡ ਇਹਨਾਂ ਗੱਲਾਂ ਨੂੰ, ਜੋ ਹੋਣਾ ਸੀ ਨਾ ਉਹ ਹੋ ਗਿਆ, ਨਾਲੇ ਆਹ ਤੇਰੀ ਭਾਬੀ ਉਹਦੀ ਮੈਨੂੰ ਤਾਂ ਕੋਈ ਪਰਵਾਹ ਨਹੀਂ, ਉਹ ਬੋਲਦੀ ਹੈ ਜੋ ਮਰਜ਼ੀ ਬੋਲੀ ਜਾਵੇ। ਲਿਆ ਸ਼ੈਲੀ ਫੜਾ ਗਹਿਣੇ, ਮੈਂ ਇਹਨਾਂ ਨੂੰ ਗਿਰਵੀ ਰੱਖ ਕੇ ਪੈਸੇ ਲੈ ਆਵਾਂ। ਨਾ ਜੀ, ਹੁਣ ਨਾ ਤੁਸੀਂ ਕਿਸੇ ਅੱਗੇ ਹੱਥ ਅੱਡਣੇ ਆ, ਨਾ ਗਹਿਣੇ ਗਿਰਵੀ ਰੱਖਣੇ ਆ, ਤੇ ਨਾ ਕਿਸੇ ਤੋਂ ਪੈਸੇ ਉਧਾਰੇ ਮੰਗਣੇ ਆ। ਪਰ ਸ਼ੈਲੀ ਵਿਆਹ ਦਾ ਖਰਚਾ ਕਿਵੇਂ ਕਰਾਂਗੇ? ਨਾ ਜੀ, ਮੈਂ ਕੋਈ ਵਾਧੂ ਖਰਚਾ ਨਹੀਂ ਕਰਨਾ, ਨਾ ਮੈਂ ਕਿਸੇ ਨੂੰ ਵਿਆਹ ਤੇ ਟੋਰ ਦਿਖਾਉਣੀ ਆ, ਤੇ ਨਾ ਹੀ ਰਿਸ਼ਤੇਦਾਰਾਂ 'ਚ ਕੋਈ ਫੁਕਰੀ ਮਾਰਨੀ ਆ। ਉਹ ਆਪਾਂ ਜਿੱਦਾਂ ਹੈਗੇ ਆ ਨਾ, ਆਪਾਂ ਉਦਾਂ ਹੀ ਵਿਆਹ ਤੇ ਚੱਲਾਂਗੇ। ਪਰ ਸ਼ੈਲੀ ਫਿਰ ਵੀ ਕੀ? ਫਿਰ ਵੀ ਤੁਸੀਂ ਮੈਨੂੰ ਐਂ ਦੱਸੋ, ਜੇ ਆਪਾਂ ਵਿਆਹ 'ਤੇ ਮਹਿੰਗੇ ਸੂਟ ਨਾ ਪਾ ਕੇ ਸਿੰਪਲ ਸੂਟ ਪਾ ਕੇ ਵਿਆਹ 'ਤੇ ਚਲੇ ਜਾਵਾਂਗੇ, ਫਿਰ ਕੀ ਕੋਈ ਆਪਾਂ ਨੂੰ ਵਿਆਹ 'ਚੋਂ ਕੱਢ ਦੂ? ਉਹ ਕੱਢਣਾ ਕਿਹਨੇ ਹੈ, ਪਰ ਤੇਰੇ ਰਿਸ਼ਤੇਦਾਰ ਉਹ ਕੀ ਕਹਿਣਗੇ, ਖਾਸ ਕਰ ਤੇਰੀ ਉਹ ਭਾਬੀ? ਜੀ ਜਿਹੜਾ ਜੋ ਕਹਿੰਦਾ ਨਾ ਕਰੀ ਜਾਵੇ, ਮੈਨੂੰ ਕਿਸੇ ਦੀ ਪਰਵਾਹ ਨਹੀਂ ਤੇ ਨਾ ਹੀ ਮੇਰੀ ਭਾਬੀ ਦੀ। ਨਾਲੇ ਤੁਸੀਂ ਆਪ ਹੀ ਦੱਸੋ, ਜੇ ਆਪਾਂ ਮਹਿੰਗੇ ਕੱਪੜੇ ਪਾ ਕੇ ਵੀ ਵਿਆਹ 'ਤੇ ਚਲੇ ਗਏ ਨਾ, ਤਾਂ ਵੀ ਰਿਸ਼ਤੇਦਾਰਾਂ ਨੇ ਗੱਲਾਂ ਬਣਾਉਣੀਆਂ ਨੇ ਵੀ ਇਹਨਾਂ ਲਵੇ ਪੈਸੇ ਨਹੀਂ, ਪਤਾ ਨਹੀਂ ਕਿਵੇਂ ਪਾਇਆ ਹੈ। ਤੇ ਜੇ ਆਪਾਂ ਸਿੰਪਲ ਕੱਪੜਿਆਂ 'ਚ ਗਏ, ਉਹਨਾਂ ਨੇ ਤਾਂ ਵੀ ਗੱਲਾਂ ਬਣਾਉਣੀਆਂ ਨੇ। ਫਿਰ ਸਭ ਨਾਲੋਂ ਵਧੀਆ ਆਪਾਂ ਜਿੱਦਾਂ ਦੇ ਹੈਗੇ ਹਾਂ, ਜਿਵੇਂ ਹੈਗੇ ਹਾਂ ਨਾ, ਉਵੇਂ ਵਿਆਹ 'ਤੇ ਚੱਲੀਏ। ਨਾਲੇ ਜਿਹਨੇ ਜੋ ਗੱਲ ਬਣਾਉਣੀ ਹੋਊਗੀ ਨਾ, ਬਣਾਈ ਜਾਵੇ। ਮੇਰੀਆਂ ਤਾਂ ਨਾ ਅੱਖਾਂ ਹੀ ਅੱਜ ਖੁੱਲ੍ਹੀਆਂ ਨੇ। ਹਾਏ ਹਾਏ, ਮੈਂ ਕਿੰਨੀ ਗਲਤ ਸੀ, ਕਿਸੇ ਦੀਆਂ ਵੀ ਗੱਲਾਂ 'ਚ ਆ ਜਾਂਦੀ ਸੀ, ਉਹ ਸਮਝ ਤਾਂ ਮੈਨੂੰ ਅੱਜ ਲੱਗੀ ਆ। ਜੀ ਮੈਨੂੰ ਮਾਫ਼ ਕਰ ਦਿਓ। ਸ਼ੈਲੀ ਨਹੀਂ, ਇਹ 'ਚ ਮਾਫ਼ੀ ਦੀ ਕੀ ਗੱਲ ਹੈ, ਆਹ ਕੰਮ ਜੇ ਨਾ ਕਰ।
ਕਰ ਸਕਦੀ ਆ। ਸੌਰੀ ਮੰਮੀ। ਆ ਸੌਰੀ ਸੌਰੀ ਗਲੀ ਚੱਲਿਆ ਕਰ, ਹੋਰ ਤੈਨੂੰ ਕੋਈ ਕੰਮ ਨਹੀਂ। ਨਾਲੇ ਮੈਨੂੰ ਐਂ ਦੱਸ, ਮੇਰੇ ਪਰਸ ਚੋਂ ਪੈਸੇ ਤੂੰ ਕੱਢੇ ਆ ਨਾ? ਮੈਂ? ਨਹੀਂ ਨਹੀਂ ਮੰਮੀ, ਮੈਂ ਨਹੀਂ ਕੱਢੇ। ਨੀ ਝੂਠ ਤਾਂ ਤੇਰੇ ਮੂੰਹ ਤੇ ਧਰਿਆ ਪਿਆ, ਤੂੰ ਤਾਂ ਕਦੇ ਨੀ ਸੱਚ ਬੋਲਦੀ। ਤੂੰ ਨਾ ਐਂ ਨੀ ਮੈਨੂੰ ਕੁਛ ਵੀ ਸੱਚ ਦੱਸਣਾ, ਮੈਨੂੰ ਆਪਣਾ ਪਰਸ ਦਿਖਾ। ਮੇਰਾ ਪਰਸ ਕਿਉਂ, ਮੈਂ ਨਹੀਂ ਦਿਖਾਉਂਦੀ। ਨਾ ਮੈਨੂੰ ਤੂੰ ਐਂ ਦੱਸ, ਜਦੋਂ ਤੂੰ ਪੈਸੇ ਚੱਕੇ ਨੀ ਫਿਰ ਤੂੰ ਪਰਸ ਕੱਲ ਕੋ ਨਹੀਂ ਆ? ਮੈਂ ਨੀ ਚੱਕੇ, ਨਾਲੇ ਮੈਂ ਨੀ ਦਿਖਾਉਂਦੀ ਆਪਣਾ ਪਰਸ। ਐਂ ਨੀ ਤੇ ਮੰਨਣਾ, ਬੁਲਾਉਣੀ ਆ ਨਾਲ ਮੁੰਡੇ ਨੂੰ, ਨਾਲੇ ਬੁਲਾਉਣੀ ਤੇਰੀ ਮਾਂ ਨੂੰ, ਉਹ ਦੋਵੇਂ ਜਾਣੇ ਆ ਕੇ ਨਾ ਤੇਰੀ ਅਲਮਾਰੀ ਚੈੱਕ ਕਰਨਗੇ, ਉਹੀ ਕੱਢਣਗੇ ਤੇਰੇ ਦੱਬੇ ਹੋਏ ਪੈਸੇ। ਨਹੀਂ ਮੰਮੀ, ਇਹਨਾਂ ਨੂੰ ਬੁਲਾਉਣ ਦੀ ਕੀ ਲੋੜ ਆ, ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਨੂੰ ਗੁੱਸੇ ਦਾ। ਤੇਰੀਆਂ ਗੱਲਾਂ ਦਾ ਨਾ ਇਹੀ ਸਾਬਤ ਹੁੰਦਾ ਵੀ ਤੂੰ ਪੈਸੇ ਚੱਕੇ ਨੇ। ਦੱਸ ਚੱਕੇ ਕਿ ਨਹੀਂ? ਮੈਂ? ਨਹੀਂ ਮੰਮੀ ਨਹੀਂ। ਮੈਂ? ਨਹੀਂ ਮੰਮੀ ਨਹੀਂ ਨਹੀਂ। ਨੀ ਕੀ ਨਹੀਂ ਮੰਮੀ? ਨਹੀਂ ਮੰਮੀ ਲਾਇਆ, ਉੱਠ ਖੜ, ਕਿਹੜਾ ਵੇਲਾ ਹੋ ਗਿਆ ਤੈਨੂੰ ਬਈ ਨੂੰ? ਸ਼ੁਕਰ ਹੈ ਇਹ ਮੇਰਾ ਸੁਪਨਾ ਹੀ ਸੀ, ਨਹੀਂ ਤਾਂ ਪਤਾ ਨਹੀਂ ਮੇਰਾ ਕੀ ਬਣਨਾ ਸੀ। ਨਾ ਦਿਨੇ ਤੂੰ ਇੰਨਾ ਸੌਂ ਜਾਂਦੀ ਆ, ਤੈਨੂੰ ਰਾਤ ਨੂੰ ਨੀਂਦ ਆ ਜਾਊ। ਮੰਮੀ ਤੁਸੀਂ ਮੇਰੀ ਨੀਂਦ ਦੀ ਇੰਨੀ ਟੈਨਸ਼ਨ ਕਿਉਂ ਲਈ ਆ, ਆ ਜਾਓ ਮੈਨੂੰ ਰਾਤ ਨੂੰ ਆਪੇ ਨੀਂਦ। ਨੀ ਤੇਰਾ ਨੀ ਕੁਛ ਬਣ ਸਕਦਾ, ਮੇਰੀ ਗੱਲ ਸੁਣ, ਸ਼ੈਲੀ ਆਉਣ ਵਾਲੀ ਆ। ਸ਼ੈਲੀ ਆਉਣ ਵਾਲੀ ਆ? ਕਰ ਲਈ ਉਹਨੇ ਵਿਆਹ ਦੀ ਤਿਆਰੀ? ਹਾਂ ਕਰ ਲਈ। ਸੱਚੀ ਮੰਮੀ? ਯਕੀਨ ਜਿਹਾ ਨਹੀਂ ਆ ਰਿਹਾ। ਇਹਦਾ ਮਤਲਬ ਤਾਂ ਇਹੀ ਆ ਵੀ ਰਾਜ ਨੇ ਪੈਸਿਆਂ ਦਾ ਇੰਤਜ਼ਾਮ ਕਰ ਹੀ ਲਿਆ। ਮੇਰੀ ਗੱਲ ਸੁਣ, ਸ਼ੈਲੀ ਆਉਣ ਵਾਲੀ ਆ। ਸ਼ੈਲੀ ਆਉਣ ਵਾਲੀ ਆ? ਕਰ ਲਈ ਉਹਨੇ ਵਿਆਹ ਦੀ ਤਿਆਰੀ? ਹਾਂ ਕਰ ਲਈ। ਸੱਚੀ ਮੰਮੀ? ਯਕੀਨ ਜਿਹਾ ਨਹੀਂ ਆ ਰਿਹਾ। ਇਹਦਾ ਮਤਲਬ ਤਾਂ ਇਹੀ ਆ ਵੀ ਰਾਜ ਨੇ ਪੈਸਿਆਂ ਦਾ ਇੰਤਜ਼ਾਮ ਕਰ ਹੀ ਲਿਆ। ਵਾਲੀਆਂ ਨਾ ਤੂੰ ਮੈਥੋਂ ਸੂਹਾ ਜੀਆਂ ਨਾ ਕਢਾ, ਉੱਠ ਕੇ ਜਾ ਕੇ ਕੰਮ ਕਰ ਲਾ। ਨਾਲੇ ਨਾ ਪਰਸੋਂ ਤੋਂ ਰਿਸ਼ਤੇਦਾਰਾਂ ਨੇ ਵੀ ਆਉਣ ਲੱਗ ਜਾਣਾ, ਉਹ ਸਾਰੇ ਘਰ ਦੀ ਸਫਾਈ ਸਬੂਲ ਦਾ ਤੈਨੂੰ ਧਿਆਨ ਰੱਖਣਾ। ਉਹ ਮੰਮੀ ਪਤਾ ਮੈਨੂੰ ਮੇਰੇ ਕੰਮਾਂ ਦਾ, ਐਂ ਕਰੋ ਇੱਕ ਕੱਪ ਚਾਹੀ ਬਣਾ ਦਿਓ, ਮੈਂ ਤੂੰ ਨਾ ਉੱਠਿਆ ਜਾ ਨਹੀਂ ਜਾਂਦਾ। ਲੋ ਕਰ ਲੋ ਗੱਲ, ਹੁਣ ਤਾਂ ਮਹਾਰਾਣੀ ਤੋਂ ਉੱਠਿਆ ਵੀ ਨਹੀਂ ਜਾਂਦਾ। ਨਾ ਹੁਣ ਤੇਰੇ ਗੋਡੇ ਦੁਖਦੇ ਨੇ ਜਿਹੜੀ ਤੈਨੂੰ ਮੈਂ ਚਾਹ ਬਣਾ ਕੇ ਦੇਵਾਂ। ਮੰਮੀ ਜੀ ਚਾਹ ਤਾਂ ਮੈਂ ਬਣਾ ਦਿੰਦੀ ਆ। ਆ ਗਈ ਮੇਰੀ ਧੀ। ਮੰਮੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਬੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾ ਕੀ ਗੱਲ, ਅੱਜ ਫੇਰ ਕੱਲੀ ਆਈਆਂ, ਪ੍ਰਾਹੁਣਾ ਨਹੀਂ ਆਇਆ ਨਾਲ? ਭਾਬੀ ਜੀ ਇਹ ਵੀ ਆਏ ਨੇਗੇ, ਉਹ ਤੇ ਬੀਰਾ ਤੇ ਡੈਡੀ ਜੀ ਨੇ ਇਹਨਾਂ ਨੂੰ ਬਾਹਰ ਹੀ ਮਿਲ ਗਏ, ਕਹਿੰਦੇ ਆ ਜਾਓ ਆਪਾਂ ਬਾਜ਼ਾਰ ਦਾ ਕੰਮ ਕਰੇ ਆਈਏ। ਉਹ ਮੰਮੀ ਆ ਤਾਂ ਕਮਾਲ ਹੀ ਹੋ ਗਈ, ਉਹ ਅੱਜ ਸੂਰਜ ਨੂੰ ਤਾਂ ਦੇਖ ਲਓ ਵੀ ਕਿੱਧਰੋਂ ਚੜਿਆ, ਜਿਹੜਾ ਪ੍ਰਾਹੁਣੇ ਨੇ ਆਪਣੇ ਘਰੇ ਪੈਰ ਧਰਿਆ। ਸ਼ੁਭਨੀਤ ਆ ਨਾ ਕੁਛ ਜ਼ਿਆਦਾ ਹੀ ਹੋ ਰਿਹਾ, ਚੱਲ ਜਾ ਕੇ ਚਾਹ ਬਣਾ ਕੇ ਲਿਆ। ਬਣਾ ਲਿਆਉਂਦੀ ਆ, ਮੈਂ ਕੁਛ ਗਲਤ ਤਾਂ ਨਹੀਂ ਕਿਹਾ? ਪੁੱਤ ਤੂੰ ਨਾ ਇਹਦੀਆਂ ਗੱਲਾਂ ਨਾ ਗੁੱਸਾ ਨਾ ਕਰੀ, ਇਹ ਤਾਂ ਹੈ ਹੀ ਬੋਲ ਭੜਕ। ਮੰਮੀ ਮੈਨੂੰ ਪਤਾ ਹੁਣ ਭਾਬੀ ਦਾ, ਨਾ ਤਾਂ ਹੁਣ ਮੈਂ ਭਾਬੀ ਦੀ ਕਿਸੇ ਗੱਲ ਦਾ ਗੁੱਸਾ ਕਰਾਂ ਤੇ ਨਾ ਅੱਜ ਤੋਂ ਬਾਅਦ ਇਹਦੀਆਂ ਗੱਲਾਂ 'ਚ ਆਵਾਂ। ਹੋਰ ਕੀ ਪੁੱਤ, ਉਹ ਇਹਦੇ ਕਰਕੇ ਤਾਂ ਮੇਰੇ ਜਮਾਈ ਨੇ ਨਾ ਕਿੰਨੇ ਸਾਲ ਆਪਣੇ ਘਰੇ ਪੈਰ ਨਹੀਂ ਧਰਿਆ। ਪਰ ਤੈਨੂੰ ਸੱਚ ਦੱਸਾਂ ਨਾ, ਉਸ ਟਾਈਮ ਮੇਰੀ ਵੀ ਗਲਤੀ ਸੀ, ਜਿਹੜਾ ਨਾ ਮੈਂ ਇਹਦਾ ਸਾਥ ਦਿੱਤਾ,
ਉਹ ਜਦੋਂ ਇਹ ਜਿਹੜੀ ਵੀ ਗਲਤੀ ਕਰਦੀ ਸੀ ਨਾ ਮੈਨੂੰ ਉਹਦੀ ਟੋਕਣਾ ਚਾਹੀਦਾ ਸੀ ਇਹਨੂੰ। ਚਲੋ ਮੰਮੀ ਛੱਡੋ ਪੁਰਾਣੀਆਂ ਗੱਲਾਂ ਨੂੰ, ਉਹ ਮਿੱਟੀ ਪਾਓ, ਹੁਣ ਤਾਂ ਖੁਸ਼ੀਆਂ ਦੇ ਦਿਨ ਨੇ, ਆਪਾਂ ਖੁਸ਼ੀਆਂ ਮਨਾਵਾਂਗੇ। ਹਾਂ ਪੁੱਤ। ਹੁਣ ਆ ਗਈ ਨਾ ਮਾਤਾ ਦੀ ਧੀ, ਮਾਤਾ ਦੀ ਤਾਂ ਹਵਾ ਹੀ ਖਰਾਬ ਹੋ ਗਈ। ਪੁੱਤ ਤੇਰੀ ਭਾਬੀ ਦੇ ਨਾ ਆਪਾਂ ਨੇ 11 ਸੂਟ ਕਰਨੇ ਨੇ, 5 ਤਾਂ ਮੈਂ ਲੈ ਆਈ, 6 ਸੂਟ ਹੁਣ ਤੇਰੀ ਪਸੰਦ ਦੇ ਲਿਆਉਣੇ ਨੇ। ਮੰਮੀ ਆ ਕੀ ਕਹਿ ਰਹੇ ਹੋ ਤੁਸੀਂ, ਆਪਣੇ 'ਚ ਤਾਂ ਕੋਈ ਹੋਰ ਗੱਲ ਹੋਈ ਸੀ। ਹੋਰ ਹੋਈ ਸੀ? ਉਹ ਆਪਣੇ 'ਚ ਹੋਰ ਕਿਹੜੀ ਗੱਲ ਹੋਈ ਸੀ? ਆਹੀ ਵੀ 5 ਸੂਟ ਕਰਨੇ ਆਪਾਂ ਨੇ, 3 ਭਾਰੇ ਤੇ 2 ਹਲਕੇ। ਹੋਈ ਸੀ ਆਪਣੀ ਗੱਲ, ਪਰ ਨਾ ਜਿੰਨੇ ਸੂਟ ਮੈਂ ਤੈਨੂੰ ਕੀਤੇ ਸੀ ਨਾ, ਉਹਨੇ ਸੂਟ ਹੀ ਆਪਾਂ ਛੋਟੀ ਨੂੰ ਕਰਨੇ ਨੇ। ਜੇ 11 ਸੂਟ ਮੈਂ ਤੈਨੂੰ ਬਰੀ ਦੇ ਲਾਏ ਨੇ ਨਾ, ਤਾਂ ਛੋਟੀ ਨੂੰ ਮੈਂ 11 ਹੀ ਲਾਊਂਗੀ। ਪਰ ਮੰਮੀ, ਭਾਬੀ ਜੀ ਮੰਮੀ ਕੁਛ ਗਲਤ ਨਹੀਂ ਕਹਿ ਰਹੇ, ਉਹ ਜੋ ਜੋ ਕੁਛ ਤੁਹਾਡੇ ਵਿਆਹ 'ਚ ਤੁਹਾਡੇ ਲਈ ਹੋਇਆ ਨਾ, ਉਹੀ ਕੁਛ ਛੋਟੀ ਭਾਬੀ ਲਈ ਵੀ ਹੋਊਗਾ। ਉਹ ਮਾਤਾ ਘੱਟ ਸੀ ਜਿਹੜੀ ਹੁਣ ਇੱਕ ਨਾਲ ਇਹ ਆ ਗਈ, ਲਾ ਰੱਖੀ ਆ ਛੋਟੀ ਭਾਬੀ ਛੋਟੀ ਭਾਬੀ। ਧੀਏ ਹੁਣ ਤੂੰ ਆ ਗਈ ਨਾ, ਕੱਪੜੇ ਵੀ ਤੂੰ ਹੀ ਲਿਆਉਣੇ ਨੇ ਤੇ ਮੇਕਅਪ ਦਾ ਸਮਾਨ ਵੀ ਤੂੰ ਹੀ ਲਿਆਉਣਾ। ਠੀਕ ਆ ਮੰਮੀ ਜੀ। ਮੰਮੀ ਮੈਨੂੰ ਹੁਣ ਪਤਾ ਲੱਗ ਗਿਆ ਵੀ ਤੁਸੀਂ ਮੈਨੂੰ ਬਾਜ਼ਾਰ ਕਿਉਂ ਨਹੀਂ ਲੈ ਕੇ ਜਾਂਦੇ ਸੀ, ਕਿਉਂਕਿ ਤੁਸੀਂ ਸਾਰੀ ਸ਼ੋਪਿੰਗ ਹੀ ਇਹਤੋਂ ਕਰਾਉਣੀ ਸੀ। ਲੈ ਭਾਬੀ ਇਹ ਵੀ ਕੋਈ ਗੱਲ ਆ, ਉਹ ਬਾਜ਼ਾਰ ਹੀ ਜਾਣਾ, ਆਪਾਂ ਦੋਵੇਂ ਚੱਲ ਪਾਂਗੀਆਂ। ਨਾਲੇ ਵੈਸੇ ਵੀ ਨਾ ਮੰਮੀ ਨੇ ਮੈਨੂੰ ਦੱਸਿਆ ਸੀ ਵੀ ਕਿਵੇਂ ਮੰਮੀ ਦਾ ਬਾਜ਼ਾਰ ਦੇ ਵਿੱਚ ਪਰਸ ਗਾਇਬ ਹੋਇਆ ਤੇ ਪੈਸੇ। ਪਰ ਮੰਮੀ ਹੁਣ ਤੁਸੀਂ ਫਿਕਰ ਨਾ ਕਰੋ, ਹੁਣ ਤੁਹਾਡੀ ਧੀ ਆ, ਨਾ ਮੈਂ ਤੁਹਾਡਾ ਪਰਸ ਗਾਇਬ ਹੋਣ ਦੇਵਾਂ ਤੇ ਨਾ ਹੀ ਪੈਸੇ। ਗੱਲਾਂ ਤਾਂ ਨਾ ਮੈਨੂੰ ਐਂ ਸੁਣਾਉਂਦੀ ਆ ਜਿਵੇਂ ਤੈਨੂੰ ਸਾਰਾ ਕੁਛ ਹੀ ਸੰਭਾਲ ਕੇ ਰੱਖਣਾ ਆਉਂਦਾ। ਜੇ ਤੈਨੂੰ ਇੰਨਾ ਹੀ ਸੰਭਾਲ ਕੇ ਰੱਖਣਾ ਆਉਂਦਾ ਨਾ, ਪ੍ਰਾਹੁਣੇ ਦੇ ਪੈਸੇ ਕਿਉਂ ਨਹੀਂ ਸੰਭਾਲੇ ਗਏ ਤੈਥੋਂ? ਭਾਬੀ ਤੂੰ ਸਾਡੀ ਫਿਕਰ ਨਾ ਕਰ, ਉਹ ਅਸੀਂ ਤਾਂ ਐਂ ਖੁਸ਼ ਹਾਂ, ਅਸੀਂ ਤਾਂ ਨਾ ਥੋੜੇ ਜਿਹੇ ਪੈਸਿਆਂ 'ਚ ਸਬਰ ਰੱਖ ਲੈਂਦੇ ਹਾਂ। ਪਰ ਤੇਰੇ ਵਰਗੀਆਂ ਪੈਸੇ ਵਾਲੀਆਂ ਤੋਂ ਪੂਰਾ ਸਬਰ ਨਹੀਂ ਰੱਖ ਹੁੰਦਾ। ਐਂ ਕਹੋ ਤੁਹਾਡੇ ਵਰਗੀਆਂ ਲਾਲਚਨਾ ਦਾ ਨਾ ਕਦੇ ਵੀ ਲਾਲਚ ਖਤਮ ਨਹੀਂ ਹੁੰਦਾ। ਉਹ ਲਾਲਚ ਤਾਂ ਲਾਲਚ ਹੀ ਸਹੀ, ਪਰ ਤੈਨੂੰ ਇੱਕ ਗੱਲ ਦੱਸਾਂ, ਪੈਸੇ ਵਾਲਿਆਂ ਦੀ ਨਾ ਕੋਈ ਰੀਸ ਵੀ ਨਹੀਂ ਕਰ ਸਕਦਾ। ਹੁਣ ਤੂੰ ਆਪ ਹੀ ਦੇਖ ਲਈ, ਵਿਆਹ 'ਚ ਮੇਰੇ ਤਾਂ ਪਾਇਆ ਹੋਊਗਾ ਡਿਜ਼ਾਈਨਰ ਲਹਿੰਗਾ ਤੇ ਤੇਰੇ। ਭਾਬੀ ਵੈਸੇ ਵੀ ਨਾ ਤੇਰੀ ਕੋਈ ਰੀਸ ਕਰਕੇ ਹੀ ਨਹੀਂ ਰਾਜੀ, ਚਾਹੇ ਭਾ ਡਿਜ਼ਾਈਨਰ ਲਹਿੰਗਾ ਚਾਹੇ ਭਾ ਮਹਿੰਗੇ ਤੋਂ ਮਹਿੰਗਾ ਸੂਟ, ਮੈਨੂੰ ਉਸ ਥਾਂ ਕੋਈ ਮਤਲਬ ਨਹੀਂ। ਮੈਂ ਤਾਂ ਪਾਉਂਗੀ ਵਿਆਹ ਤੇ ਸਿੰਪਲ ਸੂਟ। ਸਿੰਪਲ ਸੂਟ ਨੀ, ਮਾੜੀ ਮੋਟੀ ਸ਼ਰਮ ਕਰ, ਵਿਆਹ ਤੇਰੇ ਭਰਾ ਦਾ, ਸਿੰਪਲ ਸੂਟ ਪਾਉਂਦੀ ਚੰਗੀ ਲੱਗੇਗੀ? ਭਾਬੀ ਜੀ ਸਿੰਪਲ ਸੂਟ ਤਾਂ ਮੈਂ ਪਾਉਣਾ ਤੇ ਮੈਨੂੰ ਤਾਂ ਉਹਦੇ ਵਿੱਚ ਕੋਈ ਸ਼ਰਮ ਨਹੀਂ। ਨਾਲੇ ਮੰਮੀ ਤੁਸੀਂ ਮੈਨੂੰ ਦੱਸੋ, ਜੇ ਵਿਆਹ ਦੇ ਵਿੱਚ ਮੈਂ ਸਿੰਪਲ ਸੂਟ ਪਾਉਂਗੀ ਫਿਰ ਕੀ ਤੁਸੀਂ ਮੈਨੂੰ ਵਿਆਹ 'ਚੋਂ ਕੱਢ ਦੋਗੇ? ਨਾ ਪੁੱਤ ਤੈਨੂੰ ਕਿਉਂ ਕੱਢਾਂਗੇ ਵਿਆਹ 'ਚ, ਉਹ ਚਾਹੇ ਤੂੰ ਸਿੰਪਲ ਸੂਟ ਪਾ ਲਵੇ ਤੇਰੇ ਤਾਂ ਉਹ ਵੀ ਜੱਚੂਗਾ।
ਲੈ ਭਾਬੀ, ਮੇਰੀ ਮਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਤੇ ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ। ਜੋ ਬੋਲਦਾ ਨਾ ਬੋਲੀ ਜਾਵੇ। ਕੱਢ ਲਾ ਫਿਰ ਤੂੰ ਜਿਹੜਾ ਜਲੂਸ ਤੇ ਕੱਢਣਾ। ਚੱਲ ਨੀ, ਜ਼ਿਆਦਾ ਨਾ ਤੂੰ ਬੋਲ, ਨਾਲੇ ਨਾ ਕੱਲ ਜਿਹੜਾ ਤੇਰਾ ਡੈਡੀ ਸੈੱਟ ਲੈ ਕੇ ਆਇਆ ਉਹ ਲਿਆ ਕੇ ਦਿਖਾ ਸ਼ੈਲੀ ਨੂੰ। ਡੈਡੀ ਸਨੈਰ ਤੋਂ ਸੈੱਟ ਲੈ ਵੀ ਆਏ ਤੇ ਤੁਸੀਂ ਮੈਨੂੰ ਦੱਸਿਆ ਤੱਕ ਨਹੀਂ? ਨਹੀਂ, ਕੰਮ ਤਾਂ ਬੈਂਚ ਮੈਂ ਉਲਝੀ ਹੋਈ ਸੀ, ਨਹੀਂ ਯਾਦ ਰਿਹਾ ਮੇਰੇ। ਤੂੰ ਨਾ ਜਾ ਕੇ ਅਲਮਾਰੀ 'ਚ ਸੈੱਟ ਚੱਕ ਲਿਆ, ਦਿਖਾ ਦਈਏ ਕੁੜੀ ਨੂੰ। ਉਲਝੇ ਹੋਏ ਸੀ ਕੰਮ ਧੰਦਿਆਂ 'ਚ, ਨਾ ਹੁਣ ਧੀ ਨੂੰ ਦਿਖਾਉਣਾ, ਹੁਣ ਬੜਾ ਯਾਦ ਆ ਗਿਆ। ਨਹੀਂ, ਐਂ ਡੇਲੇ ਪਾੜ ਪਾੜ ਮੈਨੂੰ ਕੀ ਚੱਕ ਜਾਂਦੀ ਆ, ਜਾ ਜਾ ਕੇ ਸੈੱਟ ਲੈ ਆ। ਚੱਕ ਲਿਆਉਣੀ ਆ, ਐਂ ਖਿੱਚ ਕੇ ਕਿਉਂ ਪਹਿਨੇ ਹੋ? ਮੇਰੀ ਚੈਨੀ ਕਿੱਥੇ ਆ? ਹੋਰ ਮੰਮੀ, ਮਾਸੀ ਹੁਣੀਆਂ ਨੇ ਕਦੋਂ ਆਉਣਾ? ਬਸ ਪਰਸੋਂ ਤੱਕ ਤਾਂ ਸਾਰੇ ਨਹੀਂ ਆ ਜਾਣਾ। ਠੀਕ ਆ ਮੰਮੀ। ਆ ਲੈ ਮੰਮੀ, ਲੈ ਦੇਖ ਪੁੱਤ ਤੇਰੀ ਛੋਟੀ ਭਾਬੀ ਦਾ ਸੈੱਟ। ਮੰਮੀ, ਇਹ ਤਾਂ ਕੱਲਾ ਸੈੱਟ ਹੀ ਆ। ਹਾਂ ਫੇਰ, ਉਹ ਛੋਟੀ ਨੇ ਉਹਨੂੰ ਕੱਲਾ ਸੈੱਟ ਹੀ ਪਾਉਣਾ। ਉਹ ਤਾਂ ਮੈਨੂੰ ਵੀ ਪਤਾ, ਪਰ ਇਹਦੇ ਨਾਲ ਤੁਸੀਂ ਮੇਰੀ ਚੈਨੀ ਬਣਵਾਉਣੀ ਦਿੱਤੀ ਸੀ, ਉਹ ਤਾਂ ਹੈ ਨਹੀਂ ਇਹਦੇ ਵਿੱਚ। ਉਹ ਮੰਮੀ ਜੀ, ਮੇਰੀ ਚੈਨੀ ਕਿੱਥੇ ਆ? ਕਿਤੇ ਹੋਰ ਤਾਂ ਨਹੀਂ ਕਿਸੇ ਹੋਰ ਲਿਫਾਫੇ 'ਚ ਰੱਖੀ ਹੋਈ? ਵੀ ਤੂੰ ਕਿਹੜੀ ਚੈਨੀ ਦੀ ਗੱਲ ਕਰਦੀ ਆ? ਮੰਮੀ, ਜੋ ਤੁਸੀਂ ਆ ਸੈੱਟ ਬਣਨਾ ਦੇਣ ਗਏ ਸੀ, ਉਦੋਂ ਤੁਸੀਂ ਸੁਨਿਆਰੇ ਨੂੰ ਕਹਿ ਕੇ ਨਹੀਂ ਆਏ ਸੀਗੇ ਵੀ ਵੱਡੀ ਨੂੰ ਉਹਦੀ ਵੀ ਚੇਨ ਬਣਾਉਣੀ ਆ? ਅੱਛਾ, ਤੇਰੇ ਯਾਦ ਆ? ਹਾਂਜੀ ਮੰਮੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅੱਛਾ, ਨਹੀਂ ਫੇਰ ਤਾਂ ਤੇਰੇ ਇਹ ਵੀ ਯਾਦ ਹੋਣਾ ਵੀ ਤੂੰ ਸੁਨਿਆਰੇ ਨੂੰ ਕੀ ਕਹਿ ਕੇ ਆਈ ਸੀ। ਮੈਂ ਤਾਂ ਕੁਛ ਵੀ ਨਹੀਂ ਕਿਹਾ ਉਹਨੂੰ। ਲੱਗਦਾ ਤੂੰ ਭੁੱਲ ਗਈ। ਕੋਈ ਨੀ, ਮੈਂ ਤੈਨੂੰ ਯਾਦ ਕਰਾ ਦਿੰਦੀ ਆ। ਜਿੱਦੇ ਤੂੰ ਸੁਨਿਆਰੇ ਨੂੰ ਮਿਲ ਕੇ ਆਈ ਆ ਨਾ, ਤਾਂ ਉਹਦਾ ਮੈਨੂੰ ਫੋਨ ਆਇਆ ਸੀ ਤੇ ਉਹ ਕਹਿੰਦਾ। ਮੈਨੂੰ ਤਾਂ ਕੋਈ ਗੜਬੜ ਲੱਗਦੀ ਹੈ, ਇੱਕ ਵਾਰੀ ਫੋਨ ਮਿਲਾ ਕੇ ਭੈਣ ਜੀ ਨਾਲ ਕਨਫਰਮ ਕਰ ਹੀ ਲਈਏ। ਸੁਨਿਆਰੇ ਦਾ ਫੋਨ, ਪੈਸਿਆਂ ਨੂੰ ਕਹਿੰਦਾ ਹੋਣਾ। ਹੈਲੋ, ਹਾਂਜੀ ਭਾਜੀ। ਭੈਣ ਜੀ, ਚੈਨ ਕਨਫਰਮ ਕਰਨਾ ਸੀ, ਤੁਹਾਡੀ ਵੱਡੀ ਨੂੰਹ ਦੀ ਜਿਹੜੀ ਚੈਨ ਆ ਉਹ ਭਾਰੀ ਬਣਾਉਣੀ ਹੈ ਕਿ ਹਲਕੀ ਬਣਾਉਣੀ ਹੈ? ਲੈ, ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਅਖੇ ਵੱਡੀ ਨੂੰਹ ਦੀ ਭਾਰੀ ਚੈਨ ਬਣਵਾਉਣੀ ਆ? ਉਹ ਅਸੀਂ ਤਾਂ ਤੁਹਾਨੂੰ ਛੋਟੀ ਨੂੰਹ ਦਾ ਸੈੱਟ ਭਾਰੀ ਬਣਵਾਉਣ ਨੂੰ ਕਹਿ ਕੇ ਗਏ ਸੀ, ਨਾ ਕਿ ਵੱਡੀ ਨੂੰਹ ਦੀ ਚੈਨ ਨੂੰ। ਹਾਂਜੀ ਹਾਂਜੀ ਭੈਣ ਜੀ, ਕਹਿ ਕੇ ਤਾਂ ਤੁਸੀਂ ਆਈ ਗਏ ਸੀਗੇ, ਪਰ ਤੁਹਾਡੀ ਵੱਡੀ ਨੂੰਹ ਆਈ ਸੀ, ਉਹ ਕਹਿੰਦੀ ਵੀ ਤੁਸੀਂ ਕਿਹਾ ਵੀ ਛੋਟੀ ਨੂੰਹ ਦਾ ਜਿਹੜਾ ਸੈੱਟ ਹੈ ਵੀ ਉਹ ਹਲਕਾ ਬਣਾ ਦਿਓ, ਮੇਰੀ ਚੈਨੀ ਭਾਰੀ ਬਣਾ ਦਿਓ। ਨਾ ਨਾ ਭਾਈ, ਮੈਂ ਨਹੀਂ ਕਿਸੇ ਨੂੰ ਵੀ ਕੁਝ ਕਿਹਾ। ਮੈਨੂੰ ਲੱਗਿਆ ਸੀ ਜਿਵੇਂ ਕੋਈ ਗੜਬੜ ਹੈ, ਤਾਂ ਹੀ ਮੈਂ ਕਿਹਾ ਚਲੋ ਇੱਕ ਵਾਰੀ ਫੋਨ ਕਰਕੇ ਪੁੱਛ ਹੀ ਲਵਾਂ। ਆ ਤਾਂ ਭਾਜੀ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਮੈਨੂੰ ਫੋਨ ਕਰ ਲਿਆ। ਹੁਣ ਨਾ ਤੁਸੀਂ ਐ ਕਰੋ, ਛੋਟੀ ਨੂੰਹ ਦਾ ਸੈੱਟ ਕਰੋ ਭਾਰੀ ਤੇ ਵੱਡੀ ਨੂੰਹ ਦੀ ਚੈਨ ਕਰੋ ਕੈਂਸਲ।
ਤੂੰ ਹੀ ਉਹਨੂੰ ਕਿਹਾ ਸੀ ਵੀ ਉਹ ਤੇਰੀ ਜੇਨੀ ਦਾ ਭਾਰੀ ਬਣਾ ਦੇ ਤੇ ਛੋਟੀ ਨੂੰਹ ਦਾ ਸੱਟ ਹੌਲਾ। ਮੰਮੀ ਮੈਂ ਨੀ ਸੁਨਿਆਰੇ ਨੂੰ ਕੁਛ ਕਿਹਾ, ਉਹ ਝੂਠ ਬੋਲਦਾ। ਬਸ ਕਰ ਗੁੜੇ, ਝੂਠ ਦੀ ਵੀ ਨਾ ਕੋਈ ਹੱਦ ਹੁੰਦੀ ਆ। ਉਹ ਤੇਰੇ ਨਾਂ ਤਾਂ ਮੈਨੂੰ ਉਹ ਸੁਨਿਆਰੇ ਤੇ ਜ਼ਿਆਦਾ ਯਕੀਨ ਆ ਜਿਹਨੇ ਮੈਨੂੰ ਫੋਨ ਕਰਕੇ ਦੱਸਿਆ। ਨਹੀਂ ਤੂੰ ਤਾਂ ਘਰੇ ਠੱਗੀਆਂ ਲਾਉਣ ਲੱਗੀ ਪਈ ਆ, ਮੈਂ ਤੇਰੇ ਤੋਂ ਕੀ ਉਮੀਦ ਰੱਖ ਲੂੰਗੀ। ਮੰਮੀ ਇਹ ਸਭ ਕਰਕੇ ਨਾ ਤੁਸੀਂ ਠੀਕ ਨਹੀਂ ਕੀਤਾ। ਅੱਛਾ, ਫਿਰ ਜੋਸ਼ ਤੂੰ ਕੀਤਾ ਉਹ ਸਾਰਾ ਠੀਕ ਸੀ? ਨਹੀਂ ਤਾਂ ਸ਼ੁਕਰ ਕਰ ਮੈਂ ਨਾ ਹਜੇ ਮੁੰਡੇ ਨੂੰ ਨਹੀਂ ਦੱਸਿਆ, ਨਹੀਂ ਫਿਰ ਸੋਚ ਤੂੰ ਤੇਰਾ ਕੀ ਬਣਦਾ। ਮੰਮੀ ਭਾਬੀ ਆਹ ਕੁਛ ਕਰਦੀ ਆ? ਆਹ ਕੁਛ ਕੀ ਪੁੱਤ, ਇਹ ਤਾਂ ਬਥੇਰਾ ਕੁਛ ਕਰਦੀ ਆ। ਜੇ ਇਹਦਾ ਬਸ ਚੱਲੇ ਨਾ ਇਹ ਸਾਰੀ ਪ੍ਰੋਪਰਟੀ ਵੇਚ ਕੇ ਆਪਦੇ ਨਾਂ ਲਵਾ ਲਵੇ। ਮਾਤਾ ਨੇ ਨਾ ਮੇਰੇ ਨਾਲ ਚੰਗਾ ਨਹੀਂ ਕੀਤਾ ਤੇ ਸੁਨਿਆਰਾ ਉਹ ਵੀ ਮੇਰੇ ਨਾਲ ਧੋਖਾ ਕਰ ਗਿਆ। ਮੰਮੀ ਭਾਬੀ ਇੰਨਾ ਕੁਛ ਕਰਦੀ ਆ ਨਾ, ਤੁਹਾਨੂੰ ਵੀਰੇ ਨਾਲ ਗੱਲ ਕਰਨੀ ਚਾਹੀਦੀ ਸੀ। ਪੁੱਤ ਗੱਲ ਕਰਨ ਨੂੰ ਕੀ ਆ, ਉਹ ਤਾਂ ਮੈਂ ਹੁਣੇ ਹੀ ਕਰ ਲਾਂ, ਪਰ ਕੀ ਫਾਇਦਾ, ਉਹ ਘਰ ਤਾਂ ਆਪਦਾ ਹੀ ਖਰਾਬ ਹੋਣਾ। ਵੀ ਜਿਹੜਾ ਕੁਛ ਇਹ ਕਰ ਰਹੀ ਹੈ ਨਾ, ਮੈਨੂੰ ਤਾਂ ਨਹੀਂ ਲੱਗਦਾ ਵੀ ਇਹਦਾ ਆਪਦਾ ਦਿਮਾਗ ਚੱਲਦਾ ਹੋਊ, ਇਹਦੇ ਪਿੱਛੇ ਤਾਂ ਕਿਸੇ ਹੋਰ ਦਾ ਦਿਮਾਗ ਚੱਲਦਾ। ਹਾਂ ਮੰਮੀ ਸਹੀ ਕਹਿ ਰਹੇ ਤੁਸੀਂ, ਮੈਨੂੰ ਵੀ ਇੰਨਾ ਕੁ ਤਾਂ ਭਾਬੀ ਤੇ ਯਕੀਨ ਆ, ਉਹ ਇਹੋ ਜਿਹਾ ਕੁਛ ਨਹੀਂ ਕਰ ਸਕਦੀ। ਜ਼ਰੂਰ ਨਾ ਕਿਸੇ ਹੋਰ ਦਾ ਹੀ ਦਿਮਾਗ ਹੋਊ, ਪਰ ਹੋ ਕੌਣ ਸਕਦਾ ਉਹ? ਕੀ ਪਤਾ ਪੁੱਤ, ਇਹਨੂੰ ਨਾ ਹੁਣ ਰੰਗੇ ਹੱਥੀ ਫੜਨਾ ਪੈਣਾ, ਤੇ ਹੁਣ ਮੌਕਾ ਵੀ ਆ, ਕਿਉਂਕਿ ਹੁਣ ਜੋ ਕੁਛ ਹੋਇਆ ਨਾ ਇਹ ਉਸ ਬੰਦੇ ਨੇ ਕੰਨਾਂ ਥਾਂ ਤਾਂ ਜ਼ਰੂਰ ਕੱਢੂਗੀ। ਚੱਲ ਆ ਜਾ ਫਿਰ ਆਪਾਂ ਦੇਖੀਏ। ਹਾਂਜੀ ਮੰਮੀ ਚਲੋ ਦੇਖਦੇ ਹਾਂ। ਹੈਲੋ, ਹਾਂ ਪੁੱਤ ਕਿਵੇਂ ਯਾਦ ਕੀਤਾ ਤੂੰ ਆਪਣੀ ਮਾਂ ਨੂੰ? ਮੰਮੀ ਜੀ ਯਾਦ ਤਾਂ ਕਰਨਾ ਹੀ ਆ, ਆਪਣੇ ਤਾਂ ਸਾਰੇ ਪਲਾਨ ਫੇਲ ਤੇ ਫੇਲ ਹੋਈ ਜਾਂਦੇ ਨੇ। ਇਹ ਕੀ ਕਹਿ ਰਹੀ ਹੈ ਤੂੰ? ਹੋਰ ਕੀ, ਉਹ ਸੁਨਿਆਰਾ ਵੀ ਮੰਮੀ ਨੂੰ ਫੋਨ ਕਰਕੇ ਸਾਰੀ ਸੱਚਾਈ ਦੱਸ ਗਿਆ ਤੇ ਮੇਰੀ ਚੇਨ ਕੈਂਸਲ ਹੋ ਗਈ, ਉੱਪਰੋਂ ਨੀ ਮੇਰੀ ਨੰਨ ਡਾ ਕੇ ਬਹਿ ਗਈ। ਅੱਛਾ ਜੀ, ਹੋਰ ਕੀ ਮੰਮੀ, ਹੁਣ ਤਾਂ ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਰਾਂ। ਇੱਕੋ ਜਦੋਂ ਦੀ ਮੇਰੀ ਨੰਨ ਦਾ ਹੀ ਆ ਨਾ, ਮਜਾਲ ਆ ਵੀ ਮੰਮੀ ਇੱਕ ਮਿੰਟ ਵਾਸਤੇ ਵੀ ਉਹ ਤੋਂ ਪਰੇ ਹੋਏ ਹੋਣ, ਉਹਦੀ ਪੂਛ ਪੂਛ ਕਰੀ ਜਾਂਦੇ ਨੇ। ਵਾਹ ਭੈਣ ਜੀ, ਆਪਦੀ ਧੀ ਨੂੰ ਬੜੀ ਵਧੀਆ ਸਿੱਖਿਆ ਦੇ ਰਹੇ ਹੋ ਤੁਸੀਂ। ਹੈਲੋ ਹੈਲੋ, ਲੈ ਫੜ, ਤੇਰੀ ਮਾਂ ਨੇ ਤਾਂ ਫੋਨ ਹੀ ਕੱਟਤਾ। ਮੈਨੂੰ ਨਾ ਪਹਿਲਾਂ ਹੀ ਪਤਾ ਸੀ ਵੀ ਤੂੰ ਨੀ ਇਹੋ ਜਿਹਾ ਕੁਛ ਕਰ ਸਕਦੀ, ਤੈਨੂੰ ਨਾ ਕਿਸੇ ਨੇ ਜ਼ਰੂਰ ਚੱਕ। ਭਾਬੀ ਉਹ ਤੂੰ ਆਪਣੇ ਘਰ ਦੇ ਵਿੱਚ ਹੀ ਹੇਰਾ ਫੇਰੀਆਂ ਕਰ ਰਹੀ ਆ, ਉਹ ਇਹ ਸਭ ਕੁਛ ਤੁਹਾਡਾ ਹੀ ਆ, ਤੁਹਾਨੂੰ ਇਹ ਕੁਛ ਕਰਨ ਦੀ ਕੀ ਲੋੜ ਪੈ ਗਈ ਸੀ? ਸ਼ੈਲੀ ਤੂੰ ਨਾ ਸਾਡੇ ਵਿੱਚ ਬੋਲ। ਕਿਉਂ ਨਾ ਬੋਲੇ ਇਹ ਵਿੱਚ, ਉਹ ਗਲਤ ਤਾਂ ਇਹਨੇ ਕੁਛ ਕਿਹਾ ਹੀ ਨਹੀਂ, ਹੁਣ ਤਾਂ ਮੇਰੀ ਵੀ ਬਰਦਾਸ਼ਤ ਤੋਂ ਬਾਹਰ ਆ, ਹੁਣ ਨਾ ਤੇਰਾ ਫੈਸਲਾ ਮੇਰਾ ਮੁੰਡਾ ਹੀ ਕਰੂਗਾ। ਉਹ ਨਾਲੇ ਬੁਲਾਉਂਗੀ ਤੇਰੀ ਮਾਂ ਨੂੰ ਜਿਹੜੀ ਫੋਨ ਕਰ ਕਰਕੇ ਨਾ ਸਾਡਾ ਘਰ ਖਰਾਬ ਕਰ ਰਹੀ ਹੈ ਤੇ ਤੈਨੂੰ ਚੱਕ ਰਹੀ ਆ। ਚੱਲ ਸ਼ੈਲੀ
ਫੋਨ ਲਾ, ਬੁਲਾ ਆਪਣੇ ਵੀਰੇ ਨੂੰ ਘਰੇ, ਦੱਸੀਏ ਆਪਾਂ ਇਹਦੀਆਂ ਕਰਤੂਤਾਂ। ਪਰ ਮੰਮੀ ਪੁੱਤ ਹੁਣ ਤਰਸ ਖਾਣ ਦੀ ਇਹਦੇ ਕੋਈ ਲੋੜ ਨਹੀਂ, ਉਹ ਪਾਣੀ ਤਾਂ ਸਿਰ ਤੋਂ ਨਹੀਂ ਲੰਘ ਗਿਆ, ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਘਰ ਇਹਦਾ। ਅਰੇ ਪੁੱਤ ਇਹਨੂੰ ਪਤਾ ਵੀ ਜਿਹੜਾ ਕੁਛ ਵੀ ਹੈ ਇਹਨਾਂ ਦੋਹਾਂ ਭਾਈਆਂ ਦਾ ਹੀ ਹੈ, ਇਹ ਫੇਰ ਵੀ ਇਹੋ ਜਿਹਾ ਕੁਛ ਕਰਦੀ ਹੈ। ਹੁਣ ਤਾਂ ਪੁੱਤ ਮੇਰੀ ਬਰਦਾਸ਼ਤ ਤੋਂ ਬਾਹਰ ਆ, ਤੂੰ ਫੋਨ ਲਾ ਉਹਦੇ ਭਰਾ ਨੂੰ। ਮੰਮੀ ਤੁਸੀਂ ਮੈਨੂੰ ਮਾਫ ਕਰ ਦਿਓ, ਆ ਲਾਲਚ ਨੇ ਨਾ ਮੇਰੇ ਅੱਖਾਂ ਤੇ ਪਰਦਾ ਪਾਤਾ ਸੀਗਾ, ਮੈਨੂੰ ਇਹ ਨਹੀਂ ਸਮਝ ਆ ਰਹੀ ਸੀ ਵੀ ਮੈਂ ਕੀ ਗਲਤ ਕਰ ਰਹੀ ਹਾਂ ਕੀ ਸਹੀ ਕਰ ਰਹੀ ਹਾਂ। ਨਾ ਕੁੜੇ ਹੁਣ ਤਾਂ ਨਾ ਤੇਰੇ ਤੇ ਯਕੀਨ ਕਰਨਾ ਵੀ ਬੜਾ ਔਖਾ। ਮੰਨਦੀ ਹਾਂ ਮੰਮੀ ਮੈਂ, ਜਿਹੜੀਆਂ ਗਲਤੀਆਂ ਮੇਰੇ ਤੋਂ ਹੋਈਆਂ ਨੇ ਉਹਨਾਂ ਨੂੰ ਮਾਫ ਕਰਨਾ ਬਹੁਤ ਔਖਾ, ਪਰ ਗਲਤੀਆਂ ਤਾਂ ਸਭ ਤੋਂ ਹੀ ਹੁੰਦੀਆਂ ਨੇ ਤੇ ਮੇਰੇ ਤੋਂ ਵੀ ਹੋਈਆਂ ਨੇ, ਪਲੀਜ਼ ਮੈਨੂੰ ਮਾਫ ਕਰ ਦਿਓ। ਸ਼ੈਲੀ ਮੈਂ ਤੈਨੂੰ ਵੀ ਨੀਵਾਂ ਦਿਖਾਇਆ ਤੇ ਰਾਜ ਨੂੰ ਵੀ ਉਹਦੀ ਗਰੀਬੀ ਦੇ ਤਾਨੇ ਦਿੱਤੇ ਨੇ, ਜੇ ਹੋ ਸਕਦਾ ਤਾਂ ਪਲੀਜ਼ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡਾ ਬਹੁਤ ਦਿਲ ਦੁਖਾਇਆ। ਮੰਮੀ ਰਹੀ ਮੇਰੀ ਮਾਂ ਦੀ ਗੱਲ, ਮੈਂ ਉਹਦੀਆਂ ਗੱਲਾਂ 'ਚ ਹੁਣ ਕਦੇ ਨਹੀਂ ਆਊਂਗੀ, ਮੈਂ ਆਪਣੀ ਇਸ ਮਾਂ ਦੀ ਗੱਲ ਮੰਨੂੰਗੀ। ਮੰਮੀ ਪਲੀਜ਼ ਹੱਥ ਜੋੜ ਕੇ ਬੇਨਤੀ ਆ, ਤੁਸੀਂ ਇਹਨਾਂ ਨੂੰ ਨਾ ਕੁਛ ਦੱਸਿਓ। ਮੰਮੀ ਭਾਬੀ ਨੂੰ ਆਪਣੀ ਗਲਤੀ ਦਾ ਪਛਤਾਵਾ, ਤੁਸੀਂ ਵੀ ਹੁਣ ਇਹਨਾਂ ਨੂੰ ਮਾਫ ਕਰ ਦਿਓ। ਪਰ ਪੁੱਤ ਮੰਮੀ ਕੁਛ ਭਰਪੂਰ ਨਹੀਂ, ਉਹ ਮਸਾਂ ਤਾਂ ਸਭ ਕੁਛ ਠੀਕ ਹੋਇਆ, ਭਾਬੀ ਨੇ ਆਪਣੀ ਗਲਤੀ ਮੰਨ ਲਈ ਆ ਨਾ, ਇਹਦੇ ਤੋਂ ਉੱਤੇ ਹੋਰ ਕੀ ਆ, ਘਰ 'ਚ ਵਿਆਹ ਦਾ ਫੰਕਸ਼ਨ ਆ, ਐਵੇਂ ਸਾਰੇ ਜਾਣੇ ਮੂੰਹ ਬਣਾਈ ਫਿਰਨਗੇ, ਉਹ ਚੰਗਾ ਥੋੜ੍ਹੀ ਲੱਗੂਗਾ, ਖੁਸ਼ੀਆਂ ਨੇ ਖੁਸ਼ੀਆਂ ਮਨਾਓ। ਹਾਂ ਪੁੱਤ ਇਹਦੀ ਗਲਤੀ ਨਾ ਮਾਫ ਕਰਨ ਵਾਲੀ ਤਾਂ ਨਹੀਂ ਹੈਗੀ, ਪਰ ਕਰ ਦਿੰਦੇ ਹਾਂ। ਚਲੋ ਹੁਣ ਦੋਵੇਂ ਜਾਣੀਆਂ ਰਲ ਕੇ ਨਾ ਖਿੱਚਾਂ ਵਿਆਹ ਦੀ ਤਿਆਰੀ। ਸੱਚੀ ਮੰਮੀ ਤੁਸੀਂ ਮੈਨੂੰ ਮਾਫ ਕਰਤਾ ਨਾ? ਆਹੋ ਮਾਫ ਕਰਤਾ, ਉਹ ਹੁਣ ਤੈਨੂੰ ਮੈਂ ਲਿਖ ਕੇ ਦੇਵਾਂ, ਚਲੋ ਜਾਓ ਲੱਭੋ ਕੰਮ। ਅਰੇ ਤੂੰ ਤਾਂ ਮੁੰਡੇ ਦੀ ਭਰਜਾਈ ਆ, ਉਹ ਇੱਕ ਮਿੰਟ ਵੀ ਤੂੰ ਵਿਹਲੀ ਨਹੀਂ ਰਹਿ ਸਕਦੀ, ਤੇਰਾ ਤਾਂ ਪੈਰ ਨਹੀਂ ਜੋ ਧਰਤੀ ਤੇ ਲੱਗਣਾ। ਹਾਂਜੀ ਮੰਮੀ ਤੁਸੀਂ ਜਮਾ ਫਿਕਰ ਨਾ ਕਰੋ, ਮੈਂ ਤਾਂ ਕੰਮ ਦੀਆਂ ਧੂੜਾਂ ਪੱਟ ਦੂ ਧੂੜਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਹਾਨੂੰ ਇਹ ਸੀਰੀਜ਼ ਜ਼ਰੂਰ ਪਸੰਦ ਆਈ ਹੋਏਗੀ ਜੀ। ਵਿਆਹ ਦੇ ਵਿੱਚ ਤਾਂ ਥੋੜ੍ਹਾ ਮੋਟਾ ਕਾਲਾ ਮਾਲਾ ਜਿਹਾ ਚੱਲਦਾ ਹੀ ਰਹਿੰਦਾ ਵਾ, ਕਿਤੇ ਕੁਛ ਹੋ ਜਾਂਦਾ ਕਿਤੇ ਕੁਛ ਹੋ ਜਾਂਦਾ, ਜਿਵੇਂ ਕਿ ਹੁਣ ਇਹਦੇ ਵਿੱਚ ਦੀਦੀ ਦਾ ਕਰੈਕਟਰ ਸੀਗਾ, ਇਹ ਸੀਗੇ ਨੈਗੇਟਿਵ ਕਰੈਕਟਰ। ਹਾਂਜੀ ਤੇ ਮੇਰਾ ਕਰੈਕਟਰ ਆ ਨੈਗੇਟਿਵ, ਤੇ ਕਰੈਕਟਰ ਨੈਗੇਟਿਵ ਵੀ ਹੁੰਦੇ ਨੇ ਤੇ ਪੋਜ਼ਿਟਿਵ ਵੀ ਹੁੰਦੇ ਨੇ, ਇਹ ਸਿਰਫ ਅਸੀਂ ਤੁਹਾਡੇ ਇੰਟਰਟੇਨਮੈਂਟ ਲਈ ਕਰਦੇ ਹਾਂ, ਤੇ ਜ਼ਰੂਰੀ ਨਹੀਂ ਹੈਗਾ ਕਿ ਜੋ ਬੰਦਾ ਨੈਗੇਟਿਵ ਕਰੈਕਟਰ ਕਰ ਰਿਹਾ ਤੇ ਉਹਦੀ ਨੇਚਰ ਜਾਂ ਉਹਦਾ ਬਿਹੇਵੀਅਰ ਉਦਾਂ ਦਾ ਹੀ ਹੁੰਦਾ। ਸਹੀ ਗਿਆ ਬਿਲਕੁਲ ਦੀਦੀ ਨੇ ਜੀ, ਇਹ ਨਹੀਂ ਹੈਗਾ ਕਿ ਜੇ ਅਸੀਂ ਸੀਰੀਜ਼ ਦੇ ਵਿੱਚ ਐਦਾਂ ਕੰਮ ਕਰ ਰਹੇ ਹਾਂ ਤਾਂ ਅਸੀਂ ਬਿਲਕੁਲ ਉਹੀ ਹਾਂ ਸੇਮ ਡਿਟੋ ਹੀ ਹਾਂ, ਨਹੀਂ ਸਿਰਫ ਅਸੀਂ ਇੱਕ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਤੁਹਾਨੂੰ ਇੰਟਰਟੇਨ ਕਰ ਸਕੀਏ। ਚਲੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਸੀਰੀਜ਼ ਜ਼ਰੂਰ ਪਸੰਦ ਆਈ ਹੋਏਗੀ, ਅਤੇ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆਈ ਆ ਉਹ ਲਾਈਕ ਦਾ ਬਟਨ ਜ਼ਰੂਰ ਦਬਾਇਓ, ਸ਼ੇਅਰ ਕਰਿਓ, ਅਤੇ ਨਵੀਂ ਸੀਰੀਜ਼ ਲੈ ਕੇ ਛੇਤੀ ਹਾਜ਼ਰ ਹੁੰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।